SBS, you are listening to the only 24/7 Indian radio station in Melbourne on 1674 AM Radio Hanji. ਤੁਸੀਂ ਸੁਣ ਰਹੇ ਜੀ ਰੇਡੀਓ ਹਾਂਜੀ 1674 ਐਮ ਦੋਸਤੋ, ਮੈਂ ਗੁਰਜੋਤ ਸਿੰਘ ਸੋਢੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਤੇ ਆਸ ਕਰਦਾ ਤੁਹਾਡਾ ਸਾਰਿਆਂ ਦਾ ਅੱਜ ਦਾ ਦਿਨ ਗੁਜ਼ਰਿਆ ਹੋਊਗਾ ਜੀ ਹੱਸਦੇ ਹੱਸਦੇ। ਪਰਮਾਤਮਾ ਹੱਸਦਿਆਂ ਰੱਖੇ, ਵਸਦਿਆਂ ਰੱਖੇ। ਵਾਸਤੇ ਅਰਦਾਸ ਸਾਡੀ ਸਾਰਿਆਂ ਦੀ ਹੁੰਦੀ ਆ, ਸਾਡੇ ਮਾਂ ਪਿਓ ਦੀ ਵੀ ਇਹੀ ਹੁੰਦੀ ਆ ਜੀ। ਫਟਾਫਟ ਜਿਹੜਾ ਆ ਤੁਸੀਂ ਆਪਣੇ ਸਟੂਡੈਂਟ ਵੀਜ਼ੇ ਤੋਂ ਫਾਰਗ ਹੋਵੋ ਅਤੇ ਛੇਤੀ ਛੇਤੀ ਜਿਹੜਾ ਤੁਸੀਂ ਪਰਮਾਨੈਂਟ ਹੋਵੋ। ਅਤੇ ਸਾਡੀ ਵੀ ਕੋਸ਼ਿਸ਼ ਹੁੰਦੀ ਆ ਰੇਡੀਓ ਹਾਂਜੀ ਦੇ ਉੱਤੇ ਕਿ ਜਿਹੜੇ ਸਾਡੇ ਨਾਲ ਸਪੋਂਸਰਸ ਨੇ ਸਾਡੇ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਮਾਈਗ੍ਰੇਸ਼ਨ ਜਿਹੜੇ ਮਹਿਕਮੇ ਦੇ ਨਾਲ ਜੁੜੇ ਹੋਏ ਨੇ, ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਨੇ ਜੀ, ਉਹਨਾਂ ਨੂੰ ਜ਼ਰੂਰ ਲੈ ਕੇ ਆਉਂਦੇ ਰਹੀਏ। ਅਤੇ ਇਸ ਵਕਤ ਸਾਡੇ ਨਾਲ OECC ਤੋਂ ਨਵਨੀਤ ਸਿੰਘ ਜੀ ਔਰ ਬੀਜੀ ਚਾਵਲਾ ਜੀ ਮੌਜੂਦ ਨੇ ਰੇਡੀਓ ਹਾਂਜੀ ਦੇ ਉੱਤੇ। ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਅਤੇ ਔਰ ਅੱਜ ਦੀ ਜਿਹੜੀ ਖਾਸ ਗੱਲਬਾਤ ਆ, ਤਸਮਾਨੀਆ ਸਟੇਟ ਸਪੋਂਸਰਸ਼ਿਪ ਦੇ ਕਾਫੀ ਜਿਹੜੇ ਆ ਮਾਰਕੀਟ ਦੇ ਵਿੱਚ ਰਿਊਮਰਸ ਨੇ। ਜਦੋਂ ਰਿਊਮਰਸ ਦੀ ਗੱਲ ਆਉਂਦੀ ਆ ਤਾਂ ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਸੋ ਅੱਜ ਦੇਖਦੇ ਹਾਂ ਕਿ ਕਿਹੜੀ ਖਾਸ ਜਾਣਕਾਰੀ ਨਵਨੀਤ ਸਿੰਘ ਜੀ ਸਾਡੇ ਲਈ ਲੈ ਕੇ ਆਇਆ। ਔਰ ਇਸ ਵਕਤ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਹਾਂ, ਤੁਸੀਂ ਲਾਈਵ ਜਾ ਕੇ ਵੀ ਜਿਹੜਾ ਇਹ ਦੇਖ ਸਕਦੇ ਹੋ ਕਿ ਜੋ ਵੀ ਕਿਹਾ ਜਾ ਰਿਹਾ ਸਾਹਮਣੇ, ਔਰ ਇਹਨਾਂ ਦੇ ਕੋਲ ਸਾਰੇ ਡਾਕੂਮੈਂਟਸ ਆ ਉਹਦੇ ਹਿਸਾਬ ਦੇ ਨਾਲ ਇਹ ਸਾਰੀ ਗੱਲ ਕਹਿ ਰਿਹਾ ਜੀ। ਨਵਨੀਤ ਜੀ ਸਵਾਗਤ ਰੇਡੀਓ ਹਾਂਜੀ ਦੇ। ਸਤਿ ਸ਼੍ਰੀ ਅਕਾਲ ਤੇ ਰੇਡੀਓ ਹਾਂਜੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜੀ ਇੱਕ ਵਾਰੀ ਫਿਰ ਤੇ ਆਸ ਕਰਦੇ ਹਾਂ ਕਿ ਵਧੀਆ ਵਧੀਆ ਜਾਣਕਾਰੀ ਜਿਹੜੀ ਆ ਤੁਸੀਂ ਦਓਗੇ। ਸੋ ਨਵਨੀਤ ਭਾਜੀ, ਇਹ ਜਿਹੜੀ ਇਨਫੋਰਮੇਸ਼ਨ ਜਿਵੇਂ ਤਸਮਾਨੀਆ ਦੀ ਚੱਲ ਰਹੀ ਆ, ਕਾਫੀ ਕੁਛ ਮੇਰੇ ਵੀ ਸੁਣਨ 'ਚ ਆ ਰਿਹਾ। ਅੱਜ ਵੀ ਇੱਕ ਸਟੂਡੈਂਟ ਸਨ ਮੇਰੀ, ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਗਾਈਡ ਕਰ ਰਿਹਾ ਸੀਗਾ ਕਿ ਤੁਸੀਂ ਤਸਮਾਨੀਆ ਚਲੇ ਜਾਓ ਕਿਉਂਕਿ ਮੈਂ ਸੁਣਨ 'ਚ ਮੇਰੇ ਆਇਆ। ਤੇ ਲੱਕੀਲੀ ਉਹਨਾਂ ਨੇ ਕਿਹਾ ਕਿ ਮੈਂ OECC ਤੋਂ ਭਾਬੀ ਜੀ ਨੂੰ ਮਿਲ ਕੇ ਆਇਆ ਸੀ, ਗੁਨੀਆ ਚਾਵਲਾ ਜੀ ਨੂੰ, ਤੇ ਉਹ ਮਿਲ ਕੇ ਆਏ ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਉਹਨਾਂ ਨੇ ਸਾਨੂੰ ਕੁਛ ਹੋਰ ਵੀ ਗਾਈਡ ਕੀਤਾ ਵੀ ਹੋਰ ਵੀ ਬੜੀਆਂ ਚੀਜ਼ਾਂ ਹੈਗੀਆਂ ਨੇ, ਜ਼ਰੂਰੀ ਨੀਗਾ ਕਿ ਇਕੱਲਾ ਤਸਮਾਨੀਆ ਦੇ ਉੱਤੇ ਹੀ ਤੁਸੀਂ ਰਹਿਣਾ। ਸੋ ਭਾਜੀ ਤਸਮਾਨੀਆ ਹੈ ਕੀ ਆ, ਥੋੜ੍ਹਾ ਜਿਹਾ ਸਮਝਾਓਗੇ? ਗੁਰਜੋਤ ਭਾਜੀ, ਪਹਿਲਾਂ ਤਾਂ ਜਿਹੜਾ ਤਸਮਾਨੀਆ ਹੈ ਬੜਾ ਹੋਟ ਟੋਪਿਕ ਚੱਲ ਰਿਹਾ ਅੱਜ ਕੱਲ੍ਹ। ਤੁਸੀਂ ਦੇਖੋਗੇ ਚਾਹੇ ਫੇਸਬੁੱਕ 'ਤੇ ਵੇਖੋਗੇ ਜਾਂ ਹਰ ਏਜੰਟਸ, ਇਹਨਾਂ ਨੂੰ ਕਾਫੀ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਔਰ ਸਭ ਨੂੰ ਇਹੀ ਲੱਗਦਾ ਹੈ ਕਿ ਜਿਹੜੀ ਸਾਡੀ ਲਾਸਟ ਹੋਪ ਹੈ ਹੁਣ ਉਹ ਤਸਮਾਨੀਆ ਦੇ ਉੱਤੇ ਟਿਕੀ ਹੋਈ ਹੈ। ਅਤੇ ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਤਸਮਾਨੀਆ ਸਟੇਟ ਸਪੋਂਸਰਸ਼ਿਪ ਦਿੰਦਾ, ਜਿੱਦਾਂ ਕਿ 195 ਪਰਮਾਨੈਂਟ ਸਬ ਕਲਾਸ ਵੀਜ਼ਾ ਵਾਸਤੇ ਅਤੇ 489 ਜਿਹੜਾ ਪ੍ਰੋਵਿਸ਼ਨਲ ਰੀਜਨਲ ਵੀਜ਼ਾ ਹੈ ਉਹਦੇ ਵਾਸਤੇ ਉਹ ਸਪੋਂਸਰਸ਼ਿਪ ਦਿੰਦਾ ਹੈ। ਲੇਕਿਨ ਉਹਨਾਂ ਦੇ ਕੁਛ ਆਪਦੇ ਕ੍ਰਾਈਟੀਰੀਆਜ਼ ਨੇ, ਉਹਨਾਂ ਦੀ ਆਪਦੀ ਲਿਸਟ ਹੈ, ਉਸੇ ਹਿਸਾਬ ਨਾਲ ਉਹ ਨੋਮੀਨੇਸ਼ਨ ਦਿੰਦੇ ਆ। ਤਾਂ ਉਹਨਾਂ ਨੂੰ ਆਪਾਂ ਸਟੈਪ ਬਾਏ ਸਟੈਪ ਥੋੜ੍ਹਾ ਜਿਹਾ ਆਪਾਂ ਚਾਨਣਾ ਥੋੜ੍ਹਾ ਡਿਸਕਸ ਕਰਾਂਗੇ ਆਪਾਂ ਥੋੜ੍ਹੇ ਅਗਲੇ 5-10 ਮਿੰਟ 'ਚ ਅਬਾਊਟ ਤਸਮਾਨੀਆ। ਜੀ ਬਹੁਤ ਸ਼ੁਕਰੀਆ। ਲੁੱਕ, ਜਿਹੜਾ ਤਸਮਾਨੀਆ ਦੀ ਸਪੋਂਸਰਸ਼ਿਪ ਦਾ ਜਿਹੜਾ ਫਾਇਦਾ ਹੋ ਸਕਦਾ ਉਹ ਇਹ ਹੈ ਕਿ ਸਭ ਤੋਂ ਵੱਡਾ ਫਾਇਦਾ ਤਾਂ ਹੈ ਕਿ ਫਾਰ 190 ਜਿਹੜਾ ਸਕਿੱਲਡ ਨੋਮੀਨੇਟਿਡ ਵੀਜ਼ਾ ਉਹਦੇ ਵਾਸਤੇ ਤੁਹਾਨੂੰ 5 ਪੁਆਇੰਟ ਤਸਮਾਨੀਆ ਦੇ ਮਿਲ ਸਕਦੇ ਆ। ਜੇ ਤੁਸੀਂ 489 ਵੀਜ਼ਾ 'ਚ ਤੁਹਾਨੂੰ ਸਟੇਟ ਨੋਮੀਨੇਸ਼ਨ ਮਿਲਦੀ ਹੈ ਫੋਰ ਰੀਜਨਲ ਏਰੀਆ, ਤੁਹਾਨੂੰ 10 ਪੁਆਇੰਟਸ ਉਹਦੇ ਵਾਸਤੇ ਵੀ ਮਿਲ ਸਕਦੇ ਆ। ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ 190 ਐਂਡ 489 ਦੋਵੇਂ ਪੁਆਇੰਟ ਬੇਸਡ ਵੀਜ਼ਾਸ ਨੇ। ਸੋ ਜੇ ਤੁਹਾਡਾ ਸਕੋਰ 60 ਹੈ ਤਾਂ ਫਾਰ 489 ਜੇ ਸਪੋਂਸਰਸ਼ਿਪ ਮਿਲਦੀ ਹੈ ਤਾਂ ਤੁਹਾਡਾ ਸਕੋਰ 70 ਹੋ ਜਾਊਗਾ, ਵਿਚ ਮੀਨਸ ਕਿ ਯੂ ਹੈਵ ਗੁੱਡ ਚਾਂਸ ਹੈ ਕਿ ਤੁਹਾਡੇ ਕਿ ਤੁਹਾਨੂੰ ਉਹਨਾਂ ਕੋਲੋਂ ਇਨਵੀਟੇਸ਼ਨ ਮਿਲ ਸਕਦਾ। ਔਰ ਇੱਕ ਜਿਹੜਾ ਹੋਰ ਫਾਇਦਾ ਹੈ ਉਹ ਸਮਾਨੀਆ ਦੀ ਸਪੋਂਸਰਸ਼ਿਪ ਦਾ, ਉਹ ਹੈਗਾ ਪ੍ਰਾਇਓਰਟੀ ਪ੍ਰੋਸੈਸਿੰਗ। ਜਿਹੜੇ ਵੀ ਓਕੂਪੇਸ਼ਨ ਤਸਮਾਨੀਆ ਦੀ ਸਕਿੱਲ ਓਕੂਪੇਸ਼ਨ ਲਿਸਟ 'ਤੇ TSOL 'ਤੇ ਹੈਗੇ ਆ, ਉਹਨਾਂ ਵਾਸਤੇ ਪ੍ਰਾਇਓਰਟੀ ਪ੍ਰੋਸੈਸਿੰਗ ਦਾ ਅਰੇਂਜਮੈਂਟ ਕੀਤਾ ਹੋਇਆ ਤਾਂ ਉਹ ਕੁਇਕਲੀ ਪ੍ਰੋਸੈਸ ਹੁੰਦੀਆਂ। ਔਰ ਇੱਕ ਜਿਹੜਾ ਹੋਰ ਫਾਇਦਾ ਇਹ ਹੈ ਕਿ ਉਹਨਾਂ ਦੇ ਉੱਤੇ ਕੋਈ ਵੀ ਓਕੂਪੇਸ਼ਨਲ ਸੀਲਿੰਗ ਨਹੀਂ ਹੁੰਦੀ, ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਹਰ ਸਾਲ ਜਿੱਦਾਂ ਅਕਾਊਂਟੈਂਟ 'ਤੇ 2500 189 ਵੀਜ਼ਾ ਵਾਸਤੇ ਉਹਨਾਂ ਨੇ ਸੀਲਿੰਗ ਰੱਖੀ ਹੋਈ ਹੈ, ਪਰ ਸਟੇਟ ਆਫ ਦੀ ਰਿਕੁਆਇਰਮੈਂਟਸ ਆਪ ਡਿਸਾਈਡ ਕਰਦੀ ਹੈ ਅਤੇ ਇਸ ਕਰਕੇ ਉਹਨਾਂ ਦੇ ਉੱਤੇ ਕੋਈ ਓਕੂਪੇਸ਼ਨ ਸੀਲਿੰਗ ਨਹੀਂ ਹੁੰਦੀ। ਜੀ, ਇੱਕ ਹੋਰ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇੱਕ ਮੋਰ ਓਕੂਪੇਸ਼ਨ ਟੂ ਚੂਜ਼ ਫਰੋਮ, ਯਾਨੀ ਕਿ ਤੁਹਾਡੇ ਕੋਲ ਜਿੱਦਾਂ ਸਟੇਟ ਨੋਮੀਨੇਸ਼ਨ ਵਾਸਤੇ ਜਿਹੜੇ ਓਕੂਪੇਸ਼ਨ MLT ਲਿਸਟ 'ਤੇ ਜਾਂ ਫਿਰ STSOL ਲਿਸਟ 'ਤੇ ਹੈਗੇ ਉਹ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਨਾਲ ਜਿਹੜੇ TSOL ਜਿਹੜੇ ਓਕੂਪੇਸ਼ਨਸ ਹੈਗੇ ਕੁਛ ਐਡੀਸ਼ਨਲ ਉਹਨਾਂ ਵਾਸਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਜੀ, ਇਹ ਕੁਛ ਫਾਇਦੇ ਨੇ ਜਿਹੜੇ ਕਿ ਤਸਮਾਨੀਆ ਦੀ ਸਟੇਟ ਸਪੋਂਸਰਸ਼ਿਪ ਦੇ। ਅਤੇ ਹਾਲਾਂਕਿ ਹੁਣ ਪਿੱਛੇ ਜੇ ਉਹਨਾਂ ਨੇ ਰੀਸੈਂਟਲੀ ਕਾਫੀ ਚੇਂਜਿਸ ਅਨਾਊਂਸ ਕੀਤੇ ਆ, ਕੁਛ ਚੇਂਜਿਸ ਅਗੇਨ ਫੇਸਿਸ ਦੇ ਵਿੱਚ ਹੋਣਗੇ, ਕੁਛ ਚੇਂਜਿਸ ਜਿਹੜੇ ਆ ਉਹ 1 ਜੁਲਾਈ ਤੋਂ ਸ਼ੁਰੂ ਹੋ ਜਾਣਗੇ, ਫਿਰ ਉਸ ਤੋਂ ਬਾਅਦ ਅਗਸਤ ਦੇ ਵਿੱਚ, ਅਤੇ ਫਿਰ ਜਾ ਕੇ ਜਨਵਰੀ ਦੇ ਵਿੱਚ ਚੇਂਜਿਸ ਹੋਣਗੇ। ਅਤੇ ਜਿਹੜੇ ਚੇਂਜਿਸ 1 ਜੁਲਾਈ 2017 ਤੋਂ ਆਲਰੇਡੀ ਸਟਾਰਟ ਹੋ ਚੁੱਕੇ ਆ, ਉਹਦੇ ਵਿੱਚ ਇੱਕ ਚੇਂਜਿਸ ਹੈ ਕਿ ਉਹਨਾਂ ਨੇ ਇੱਕ ਓਵਰਸੀਜ਼ ਐਪਲੀਕੈਂਟਸ ਜਿਹੜੇ ਹੈਗੇ 489 ਵੀਜ਼ਾ ਵਾਸਤੇ, ਉਹਨਾਂ ਵਾਸਤੇ ਇੱਕ ਨਵੀਂ ਕੈਟੇਗਰੀ ਉਹਨਾਂ ਨੇ ਸ਼ੁਰੂ ਕੀਤੀ ਹੈ। ਪਹਿਲਾਂ 3 ਜਾਂ 4 ਕੈਟੇਗਰੀ ਸੀਗੀਆਂ ਨੋਮੀਨੇਸ਼ਨ ਵਾਸਤੇ, ਹੁਣ ਉਹਨਾਂ ਨੇ 5 ਕਰ ਦਿੱਤੀਆਂ ਵਧਾ ਕੇ।
ਸਿਰਫ ਉਹ ਜਿਹੜੀ ਕੈਟੇਗਰੀਜ਼ ਹੈ ਉਹਦੇ ਵਾਸਤੇ ਸਿਰਫ ਆਫਸ਼ੋਰ ਐਪਲੀਕੈਂਟਸ ਹੀ ਅਪਲਾਈ ਕਰ ਸਕਦੇ ਆ। ਅਤੇ ਜਿਹੜੇ ਹੁਣ ਪੰਜ ਕ੍ਰਾਈਟੀਰੀਆ ਜਿਹੜੇ ਹੈਗੇ, ਪੰਜ ਵੇਜ਼ ਆਫ ਗੈਟਿੰਗ ਨੋਮੀਨੇਸ਼ਨ ਫਰੋਮ 489 ਵੀਜ਼ਾ ਫਰੋਮ ਤਸਮਾਨੀਆ, ਉਹ 'ਚ ਸਭ ਤੋਂ ਪਹਿਲਾਂ ਹੈ ਕਿ ਤਸਮਾਨੀਆ ਗ੍ਰੈਜੂਏਟਸ, ਇਹਦੇ ਵਿੱਚ ਤੁਸੀਂ ਐਟਲੀਸਟ ਇੱਕ ਸਾਲ ਦਾ ਕਰਾਈ ਕੋਰਸ, ਯਾਨੀ ਕਿ ਵਿੱਚ ਇਸ 40 ਵੀਕ ਦਾ ਕੋਰਸ ਤੁਸੀਂ ਉੱਥੋਂ ਕਰਾਈ ਕੋਸਟ ਕੋਰਸ ਕੀਤਾ ਹੋਵੇ ਤਾਂ ਤੁਹਾਨੂੰ ਸਪੋਂਸਰਸ਼ਿਪ ਮਿਲ ਸਕਦੀ ਹੈ। ਇਹਦੇ ਵਿੱਚ ਤੁਸੀਂ ਡਿਗਰੀ, ਡਿਪਲੋਮਾ, ਐਡਵਾਂਸ ਡਿਪਲੋਮਾ ਜਾਂ ਮਿਨੀਮਮ ਸਰਟੀਫਿਕੇਟ 3 ਲੈਵਲ ਦੀ ਜਿਹੜੀ। ਮੈਂ ਚਾਹੁੰਗਾ ਆਪਾਂ ਇਸ ਪੁਆਇੰਟ ਨੂੰ ਇੱਕ ਵਾਰੀ ਫਿਰ ਦੁਬਾਰਾ ਰਿਪੀਟ ਕਰੀਏ ਜੀ। ਜੀ, ਜੇ ਤੁਸੀਂ ਤਸਮਾਨੀਅਨ ਗ੍ਰੈਜੂਏਟ ਹੋ, ਠੀਕ ਹੈ ਜੀ, ਇੱਕ ਕਰਾਈ ਕੋਰਸ ਕੋਰਸ ਕੀਤਾ ਹੈ ਤੁਸੀਂ, ਪਲੱਸ ਉੱਥੇ 12 ਮੰਥਸ ਤੁਸੀਂ ਰਹੇ ਹੋ, ਤੁਸੀਂ ਐਲੀਜੀਬਲ ਹੋ ਫਾਰ ਦ ਤਸਮਾਨੀਅਨ ਨੋਮੀਨੇਸ਼ਨ। ਤੇ ਜਿਹੜਾ ਕੋਰਸ ਤੁਸੀਂ ਕਰਨਾ ਹੈ ਉਹ ਡਿਗਰੀ ਵੀ ਹੋ ਸਕਦੀ ਹੈ, ਡਿਪਲੋਮਾ ਵੀ ਹੋ ਸਕਦਾ, ਐਡਵਾਂਸ ਡਿਪਲੋਮਾ, ਐਸੋਸੀਏਟ ਡਿਗਰੀ, ਬਟ ਮਿਨੀਮਮ ਸਰਟੀਫਿਕੇਟ 3 ਲੈਵਲ ਦਾ ਤੁਸੀਂ ਕੋਰਸ ਉੱਥੋਂ ਕਰੋਗੇ ਤਾਂ ਤੁਹਾਨੂੰ ਸਟੇਟ ਨੋਮੀਨੇਸ਼ਨ। ਕੀ ਭਾਜੀ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਵੀ ਉਹ ਜਿਹੜਾ ਕੋਰਸ ਹੈ ਕਿਹੜੀ ਲਿਸਟ ਦੇ ਵਿੱਚ ਆ? ਨੋਟ ਐਗਜੈਕਟਲੀ, ਇਹ ਸਿਰਫ ਕਿਉਂਕਿ ਸਟੇਟ ਨੋਮੀਨੇਸ਼ਨ ਦੀ ਗੱਲ ਹੋ ਰਹੀ ਹੈ, ਰਾਈਟ, ਤੇ ਉਹਨਾਂ ਨੇ ਇਹ ਸਿੱਧਾ ਮੈਟਰ ਨਹੀਂ ਕਰੇਗਾ। ਅੱਛਾ ਜੀ, ਯਾਨੀ ਐਨੀ ਐਡਵਾਂਸ ਡਿਪਲੋਮਾ ਆਫ ਬਿਜ਼ਨਸ ਵਟਐਵਰ ਜੋ ਤੁਸੀਂ ਚਾਹੁੰਦੇ ਹੋ। ਜੀ ਜੀ, ਜੋ ਚੀਜ਼ਾਂ ਨੇ ਉਹ ਆਪਾਂ ਕਰ ਸਕਦੇ ਹਾਂ, ਕਿਉਂਕਿ ਸਟੇਟ ਨੋਮੀਨੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਸਟੇਟ ਨੋਮੀਨੇਸ਼ਨ ਕਿਹਨੂੰ ਕਿਹਨੂੰ ਕਰੂਗਾ? ਬਾਕੀ ਡਿਪਾਰਟਮੈਂਟ ਦੀ ਤਾਂ ਓਬਵੀਅਸਲੀ ਓਬਵੀਅਸਲੀ ਹਰ ਚੀਜ਼ ਦੀਆਂ ਮੈਨੂੰ ਲੱਗਦਾ ਲਿਮਿਟਡ ਸੀਟਸ ਹੋਣਗੀਆਂ ਨਾ, ਬਾਕੀ ਚੀਜ਼ ਆਪਾਂ ਬਾਕੀ ਪਰਮਨੈਂਟ ਵੀਜ਼ਾਸ ਵਗੈਰਾ ਵਾਸਤੇ ਤਾਂ ਆਪਦੀ ਲਿਸਟ ਹੈਗੀ ਆ, ਐਮਐਲਟੀ ਲਿਸਟ ਫਾਰ 189, ਫਿਰ ਜਿਹੜੀ ਆ 190 489 ਵਾਸਤੇ ਜਿਹੜੀਆਂ ਦੋਨੋਂ ਲਿਸਟ ਕੰਬਾਈਨਡ, ਪਲੱਸ ਜਿਹੜੇ ਸਟੇਟ ਦੀ ਆਪਦੀ ਪ੍ਰਾਇਰਟੀ ਲਿਸਟ ਹੁੰਦੀ ਹੈ ਉਹ ਵਾਲੀ। ਜੀ, ਓਕੇ, ਇੱਕ ਤਰੀਕਾ ਇਹ ਸੀਗਾ। ਸੈਕਿੰਡ ਜਿਹੜਾ ਤਰੀਕਾ ਹੈ ਉੱਥੋਂ ਨੋਮੀਨੇਸ਼ਨ 5 points ਜਾਂ 10 points ਲੈਣ ਵਾਸਤੇ, ਉਹ ਹੈਗਾ ਜੋਬ ਆਫਰ। ਤੁਹਾਨੂੰ ਉੱਥੇ ਇੱਕ ਫੋਰਮਲ ਜੋਬ ਆਫਰ ਹੋਣਾ ਚਾਹੀਦਾ ਤੁਹਾਡੇ ਕੋਲ, ਜਿਹੜਾ ਕਿ ਤੁਸੀਂ ਐਪਲੀਕੇਸ਼ਨ ਦੇ ਨਾਲ ਉਹਨਾਂ ਨੂੰ ਸੈਂਡ ਕਰਨਾ ਹੈ। ਪਿਛਲੇ ਸ਼ੋਅ ਤੇ ਵੀ ਗੱਲ ਕੀਤੀ ਸੀਗੀ ਕਿ ਕਾਫੀ ਇੱਕ ਕੋਈ ਰੋਹਿਤ ਜੀ ਸੀਗੇ ਜਿਨ੍ਹਾਂ ਨੇ ਸਵਾਲ ਖੜਾ ਕੀਤਾ ਸੀਗਾ ਕਿ ਗਵਰਨਮੈਂਟ ਵੈਬਸਾਈਟ ਤੇ ਕਹਿੰਦੀ ਕਿ ਮਿਨੀਮਮ 2 ਸਾਲ ਦੀ ਤੁਹਾਡੀ ਸਟੱਡੀ ਹੋਣੀ ਚਾਹੀਦੀ ਹੈ ਤਸਮੇਨੀਆ 'ਚ। ਤਦ ਵੀ ਮੈਂ ਇੱਕ ਪੁਆਇੰਟ ਰੇਜ਼ ਕੀਤਾ ਸੀਗਾ ਕਿ ਕਾਫੀ ਸਾਰੇ ਜਿਹੜੇ ਆਨਸ਼ੋਰ ਬੱਚੇ ਹੈ ਜਿਨ੍ਹਾਂ ਨੇ ਹੁਣੇ ਰੀਸੈਂਟਲੀ ਬੈਚਲਰਸ ਕੀਤੀ ਹੈ ਜਾਂ ਮਾਸਟਰਸ ਕੀਤੀ ਹੈ ਜਾਂ ਫਿਰ ਆਲਰੇਡੀ ਪੜ੍ਹ ਰਹੇ ਹੈ, ਜਿਨ੍ਹਾਂ ਨੇ ਇੱਕ ਸਮੈਸਟਰ ਜਾਂ 2 semesters ਕੀਤਾ, ਉਹ ਯੂਨੀਵਰਸਿਟੀ ਤਸਮੇਨੀਆ ਉੱਥੇ ਐਡਮਿਸ਼ਨ ਲੈ ਸਕਦੇ ਆ, ਠੀਕ ਹੈ, ਉੱਥੇ ਆਪਣੇ ਕੋਰਸ ਕੰਪਲੀਸ਼ਨ ਕਰ ਸਕਦੇ, ਜਿਹਦੇ ਅੰਡਰ 1 ਸਾਲ ਅਗਰ ਉਹ ਆਪਣਾ ਪੜ੍ਹ ਲੈਂਦੇ ਆ ਤਾਂ ਉਹ ਗਵਰਨਮੈਂਟ ਦੀ ਰਿਕੁਆਇਰਮੈਂਟ ਵੀ ਪੂਰੀ ਕਰ ਰਹੇ ਆ। ਨਾਲ ਦੀ ਨਾਲ ਕਾਫੀ ਸਾਰੇ ਇਹੋ ਜਿਹੇ ਪ੍ਰਾਈਵੇਟ ਕਾਲਜਿਸ ਵੀ ਹੈ ਤਸਮੇਨੀਆ ਦਾ, ਆਪਣਾ ਟੇਫ ਵੀ ਹੈ ਜਿੱਥੇ ਉਹ ਐਨਰੋਲ ਕਰ ਸਕਦੇ ਆ। ਅਤੇ ਰਹੀ ਗੱਲ ਆਪਾਂ ਜਦ ਹੁਣ ਜਿਵੇਂ ਨਵਨੀਤ ਭਾਅ ਜੀ ਗੱਲ ਕਰ ਰਹੇ ਸੀ ਜੋਬ ਆਫਰ ਦੀ, ਤਸਮੇਨੀਆ ਇੱਕ ਬੜੀ ਛੋਟੀ ਜਿਹੀ ਸਟੇਟ ਹੈ, ਮੈਂ ਖੁਦ 6 ਸਾਲ ਉੱਥੇ ਰਿਹਾ, ਮੈਂ ਉੱਥੋਂ ਹੀ ਗ੍ਰੈਜੂਏਟ ਹਾਂ, ਅਤੇ ਬਹੁਤ ਛੋਟੀ ਜਿਹੀ ਸਟੇਟ ਹੈ ਜਿੱਥੇ ਬੜੇ ਲਿਮਿਟਿਡ ਜੇ ਬਿਜ਼ਨਸ ਹੈ ਅਤੇ ਜੋਬ ਆਫਰ ਲੈਣਾ ਉੱਥੇ ਥੋੜ੍ਹਾ ਔਖਾ ਹੋ ਜਾਂਦਾ, ਲੇਕਿਨ ਇੱਕ ਜਿਹੜੇ ਇੱਕ ਸਟੂਡੈਂਟ ਲਈ ਉੱਥੇ ਮਾਈਗ੍ਰੇਟ ਕਰਨਾ ਆਪਣੇ ਕੋਰਸ ਕ੍ਰੈਡਿਟ ਲੈ ਕੇ ਯੂਨੀਵਰਸਿਟੀ ਦੇ, ਉਹ ਈਜ਼ੀ ਆਪਸ਼ਨ ਹੈ। ਬੱਚਾ ਉੱਥੇ ਆਪਣਾ ਅਗਰ 6 ਮਹੀਨੇ ਸਾਲ ਕੀਤੇ ਆ ਉਸ ਕੋਰਸ ਦੇ ਕ੍ਰੈਡਿਟ ਲੈ ਕੇ ਰਿਮੇਨਿੰਗ ਕੋਰਸ ਉੱਥੇ ਪੂਰਾ ਕਰ ਸਕਦਾ, ਜਾਂ ਫਿਰ ਨਾਲ ਦੀ ਨਾਲ ਉੱਥੇ ਬਹੁਤ ਸਾਰੇ ਕਾਫੀ ਪ੍ਰਾਈਵੇਟ ਕਾਲਜਿਸ ਹੈ ਜਿਹੜੇ ਮੈਲਬਰਨ ਸਿਡਨੀ ਆ, ਉਹਨਾਂ ਨੇ ਆਪਣੇ ਕੈਂਪਸਿਸ ਖੋਲ ਲਏ ਉੱਥੇ, ਉੱਥੇ ਜਾ ਕੇ ਆਪਣਾ ਡਿਪਲੋਮਾ ਲੈਵਲ ਕੋਰਸ ਕਰਕੇ ਇਹ ਰਿਕੁਆਇਰਮੈਂਟ ਪੂਰੀ ਕਰ ਸਕਦਾ। ਜੀ, ਜਿੱਦਾਂ ਕਿ ਹੁਣ ਬਿਰੀ ਸਰ ਨੇ ਦੱਸਿਆ ਕਿ ਲੈਟਸ ਸੇ ਤੁਸੀਂ 2 semesters ਇੱਥੇ ਕਰ ਲਏ ਤੇ 2 semesters ਤੁਸੀਂ ਉੱਥੋਂ ਕਰ ਸਕਦੇ ਹੋ ਤਾਂ ਵੀ ਤੁਸੀਂ ਐਲੀਜੀਬਲ ਹੋਵੋਗੇ ਤਸਮੇਨੀਆ ਗ੍ਰੈਜੂਏਟ ਦੇ ਅੰਦਰ। ਕਿਉਂਕਿ ਇਹ ਨਾਲ ਮੈਂ ਐਡ ਕਰਨਾ ਚਾਹੁੰਦਾ ਸੀ ਕਿ OECC ਇੱਕ ਏਜੰਟ ਹੈ ਯੂਨੀਵਰਸਿਟੀ ਆਫ ਤਸਮੇਨੀਆ ਦਾ, ਆਥੋਰਾਈਜ਼ਡ ਏਜੰਟ ਹੈ, ਠੀਕ ਹੈ, ਕਿਉਂਕਿ ਅਸੀਂ ਆਪ ਗ੍ਰੈਜੂਏਟ ਹਾਂ ਤੁਹਾਨੂੰ ਇੱਕ ਵਧੀਆ ਐਡਵਾਈਸ ਦੇ ਸਕਦੇ ਹਾਂ ਕਿ ਉੱਥੇ ਦਾ ਲਾਈਫ ਸਟਾਈਲ ਕੀ ਹੈ, ਉੱਥੇ ਦੇ ਤੁਹਾਡੇ ਲਈ ਵਰਕ ਓਪਰਚੁਨਿਟੀਜ਼ ਕੀ ਹੈ, ਜੇ ਤੁਸੀਂ ਉੱਥੇ ਪੜ੍ਹ ਰਹੇ ਹੋ ਜਾਂ ਸਟੇ ਕਰ ਰਹੇ ਹੋ ਤੁਹਾਨੂੰ ਕਾਫੀ ਸਪੋਰਟ ਮਿਲ ਸਕਦੀ ਹੈ, ਕਿਉਂਕਿ ਉਸ ਏਰੀਆ ਤੋਂ ਅਸੀਂ ਬਹੁਤ ਅੱਛੇ ਜਾਣਕਾਰ ਹਾਂ, ਅਸੀਂ ਉੱਥੇ ਆਪ ਉੱਥੇ ਰਹੇ ਹੋਏ ਹਾਂ, ਉੱਥੇ ਹੀ ਆਪਣਾ ਗ੍ਰੈਜੂਏਸ਼ਨ ਕੀਤੀ PR ਲੈ ਕੇ। ਹਾਂਜੀ ਹਾਂਜੀ, ਬਿਲਕੁਲ ਜੀ, ਇਹ ਚੀਜ਼ ਬਿਲਕੁਲ ਸਹੀ ਸਾਬਤ ਵੀ ਹੁੰਦੀ ਹੈ ਜੀ, ਤੁਸੀਂ ਵਾਕਈ ਉੱਥੋਂ ਪੜ੍ਹੇ ਵੀ ਔਰ ਉੱਥੋਂ ਰੈਜ਼ੀਡੈਂਸੀ ਲੈ ਕੇ ਇੱਥੇ ਆਏ। ਜੀ ਜੀ, ਸੋ ਹੋਰ ਜੀ ਆਪਾਂ ਇਹ ਸੀ ਤਸਮਾਨੀਆ ਗ੍ਰੈਜੂਏਟ ਬਾਰੇ, ਜੋ ਸੈਕਿੰਡ ਇਜ਼ ਜੋਬ ਆਫਰ, ਜਿੱਦਾਂ ਸਰ ਨੇ ਦੱਸਿਆ ਕਿ ਥੋੜ੍ਹਾ ਜਿਹਾ ਮੁਸ਼ਕਿਲ ਹੋ ਸਕਦਾ, ਲੇਕਿਨ ਇਹ ਵੀ ਇੱਕ ਤਰੀਕਾ ਜਿਹਦੇ ਨਾਲ ਤੁਸੀਂ ਕਿ ਸਟੇਟ ਨੋਮੀਨੇਸ਼ਨ ਲੈ ਸਕਦੇ ਹੋ। ਜਿਹੜਾ ਜੋਬ ਆਫਰ ਹੈ ਉਹਦੇ ਵਿੱਚ ਐਟਲੀਸਟ 35 hours ਦਾ ਜਿਹੜਾ ਤੁਸੀਂ ਜਾਂ ਤਾਂ ਇੱਕ ਜੋਬ ਤੋਂ ਜਾਂ 2 ਜਾਂ 3 jobs ਮਿਲਾ ਕੇ ਤੁਸੀਂ ਐਟਲੀਸਟ 35 hours ਤੁਹਾਨੂੰ ਇੰਪਲੋਇਮੈਂਟ ਉੱਥੇ ਮਿਲਣਾ ਚਾਹੀਦਾ। ਔਰ ਜਿਹੜਾ ਹੁਣ ਕਈਆਂ ਦਾ ਇੱਕ ਸਵਾਲ ਹੁੰਦਾ ਕਿ ਅਸੀਂ ਹੁਣ ਜਾ ਕੇ ਉੱਥੇ ਕੋਈ ਬਿਜ਼ਨਸ ਖੋਲ ਲੈਂਦੇ ਹਾਂ, ਤਾਂ ਉਹਦੇ ਵਾਸਤੇ ਉਹਦਾ ਆਂਸਰ ਇਹ ਹੈ ਕਿ ਬਿਜ਼ਨਸ ਜਿਹੜਾ ਹੈ ਉਹ ਐਕਟਿਵਲੀ ਓਪਰੇਟਿੰਗ ਹੋਣਾ ਚਾਹੀਦਾ ਐਟਲੀਸਟ 12 months, ਠੀਕ ਹੈ। ਤਾਂ ਇਸ ਕਰਕੇ ਜਿਹੜੇ ਨਵੇਂ ਬਿਜ਼ਨਸ ਉਹ ਸ਼ਾਇਦ ਨਹੀਂ ਐਲੀਜੀਬਲ ਹੋਣਗੇ, ਪਲੱਸ ਉਸ ਤੋਂ ਇਲਾਵਾ ਤੁਹਾਨੂੰ ਜਿਹੜੀ ਇੱਕ ਜੈਨੂਅਨ ਪੋਜੀਸ਼ਨ ਜਿਹੜੀ ਹੈ ਉੱਥੇ ਵਾਕਈ ਇਹ ਪੋਜੀਸ਼ਨ ਐਗਜ਼ਿਸਟ ਕਰਦੀ ਹੈ, ਓਬਵੀਅਸਲੀ ਉਹਦੇ ਪ੍ਰੂਫ ਤਾਂ ਤੁਹਾਨੂੰ ਦੇਣੇ ਹੀ ਪੈਣਗੇ। ਭਾਅ ਜੀ, ਇੱਕ ਸਵਾਲ ਵੀ ਆ ਜਾਂਦਾ ਕਿ ਕਿਵੇਂ ਆਪਾਂ ਜਦੋਂ ਜੋਬ ਆਫਰ ਲੈਟਰ ਦੀ ਗੱਲ ਕਰਦੇ ਹਾਂ ਤਾਂ ਬੜੀ ਵਾਰੀ ਹੋ ਜਾਂਦਾ, ਕਿਉਂਕਿ ਹੁਣ ਭਾਅ ਜੀ ਉਹਨਾਂ ਨੇ ਇੰਨੇ ਕੈਨੇਡਾ ਦੇ ਨਾਲ ਰਿਲੇਟਡ ਵੀ ਪ੍ਰੋਗਰਾਮ ਕੀਤੇ ਆ, ਤਾਂ ਉਹ ਇੱਕ ਜਿਹੜਾ ਹੁੰਦਾ ਆ ਸਵਾਲ ਕਿ ਆਪਾਂ ਨੂੰ ਜੋਬ ਲੈਟਰ ਸਾਡੇ ਫੀਲਡ 'ਚ ਹੀ ਚਾਹੀਦੀ ਹੈ ਜਾਂ ਕਿਸੇ 'ਚ ਵੀ? ਲੁੱਕ ਫਾਰ 489 ਵੀਜ਼ਾ ਕਿਸੇ ਵੀ ਫੀਲਡ 'ਚ,
ਅੱਛਾ 190 ਜਿਹੜੀ ਕਿ ਪਰਮਾਨੈਂਟ ਹੈ ਉਹਦੇ ਵਾਸਤੇ ਜਿਹਦੇ ਨਾਲ ਤੁਹਾਡੀ ਸਕਿੱਲ ਅਸੈਸਮੈਂਟ ਹੋਈ ਹੈ ਰਿਲੇਟਿਵ ਫੀਲਡ ਉਸੇ ਹੀ ਫੀਲਡ ਦੇ ਵਿੱਚ ਹੋਣੀ ਚਾਹੀਦੀ ਹੈ। ਕਈ ਵਾਰ ਤੁਸੀਂ ਦੇਖੋਗੇ ਭਾਜੀ ਅਗਰ ਤੁਸੀਂ ਤਸਮੇਨੀਅਨ ਗਵਰਨਮੈਂਟ ਦੀ ਵੈਬਸਾਈਟ ਤੇ ਵੀ ਜਾਓ ਠੀਕ ਹੈ ਉੱਥੇ ਸਾਰੀ ਉਹਨਾਂ ਨੇ ਇਮੀਗ੍ਰੇਸ਼ਨ ਆਕਿਊਪੇਸ਼ਨ ਲਿਸਟ ਦਿੱਤੇ ਹੁੰਦੇ ਜਿੱਥੇ ਉਹਨਾਂ ਨੇ ਕਲੀਅਰਲੀ ਦੱਸਿਆ ਹੁੰਦਾ ਹੈ ਕਿ ਕਿਹੜੀ ਆਕਿਊਪੇਸ਼ਨ ਲਈ ਜੋਬ ਆਫਰ ਲੈਟਰ ਦੀ ਲੋੜ ਪੈਂਦੀ ਹੈ ਠੀਕ ਹੈ ਉਹ ਕਲੀਅਰਲੀ ਡਿਸਕ੍ਰਾਈਬ ਕੀਤਾ ਹੁੰਦਾ ਇਹ ਨਹੀਂ ਹੈ ਕਿ ਅਸੀਂ ਆਪਣੀ ਐਕਸਪਰਟੀਜ਼ ਨਾਲ ਵੱਖਰਾ ਕੁਝ ਦੱਸ ਰਹੇ ਹਾਂ ਗਵਰਨਮੈਂਟ ਆਪਣੇ ਆਪ ਹੀ ਅਪਡੇਟ ਕਰ ਰਹੀ ਹੈ ਐਪਲੀਕੈਂਟਸ ਨੂੰ ਕਿ ਕਿਹੜੀ ਪਰਟੀਕੁਲਰ ਆਕਿਊਪੇਸ਼ਨਸ ਲਈ ਉਹਨਾਂ ਨੂੰ ਜੋਬ ਆਫਰ ਦੀ ਲੋੜ ਹੈ ਜੀ। ਰਹੀ ਗੱਲ ਜਿਵੇਂ ਹੁਣ ਆਪਾਂ ਜੀ ਬਿਜ਼ਨਸ ਦੀ ਗੱਲ ਕਰ ਰਹੇ ਹਾਂ ਮੈਂ ਨਾਲ ਇਸ ਲਈ ਐਡ ਆਨ ਕਰ ਰਿਹਾ ਕਿਉਂਕਿ ਮੈਂ ਉਸ ਜਗ੍ਹਾ ਤੋਂ ਕਾਫੀ ਫੈਮਿਲੀਅਰ ਹਾਂ। ਹੋਬਾਰਟ ਸਭ ਤੋਂ ਵੱਡਾ ਸ਼ਹਿਰ ਹੈ ਤਸਮੇਨੀਆ ਦਾ ਜਿਹਦੀ ਆਬਾਦੀ ਕੁੱਲ ਤਕਰੀਬਨ 2 ਲੱਖ ਬੰਦੇ ਦੀ ਹੈ। ਉਸ ਤੋਂ ਇਲਾਵਾ ਦੇਖਿਆ ਜਾਏ ਤਾਂ ਉਸ ਤੋਂ ਬਾਅਦ ਲੌਨਸੈਸਟਨ ਸ਼ਹਿਰ ਆ ਜਾਂਦਾ ਹੈ ਡੈਵਨਪੋਰਟ ਆਉਂਦਾ ਬਰਨੀ ਆ ਜਾਂਦਾ ਹੈ ਅਤੇ ਜਿਵੇਂ ਆਪਾਂ ਨੌਰਥ ਜਾਈ ਜਾਂਦੇ ਹਾਂ ਉਹਨੇ ਛੋਟੇ ਕਸਬੇ ਹੈ ਜਿੱਥੇ ਆਬਾਦੀ ਥੋੜ੍ਹੀ ਘੱਟ ਹੈ ਅਤੇ ਉੱਥੇ ਕਾਫੀ ਓਪਰਚੁਨਿਟੀਜ਼ ਹੈ ਬੰਦਿਆਂ ਲਈ ਆਪਣਾ ਬਿਜ਼ਨਸ ਕਰਨ ਨੂੰ ਵੀ ਕਿਉਂਕਿ ਬਹੁਤ ਘੱਟ ਉੱਥੇ ਸਰਵਿਸਿਜ਼ ਹੈ ਬਹੁਤ ਘੱਟ ਫੈਸਿਲਿਟੀਜ਼ ਪ੍ਰੋਵਾਈਡਡ ਹੈ ਅਤੇ ਜਿਸ ਕਰਕੇ ਇੱਕ ਵਧੀਆ ਓਪਰਚੁਨਿਟੀ ਬਣਦੀ ਹੈ ਤਸਮੇਨੀਆ ਲਈ ਜਿਹੜੇ ਕਿ ਇਨਵੈਸਟ ਕਰਕੇ ਉੱਥੇ ਆਪਣਾ ਬਿਜ਼ਨਸ ਦੇ ਬੇਸਿਸ 'ਤੇ ਜਾਣਾ ਚਾਹੁੰਦੇ ਨੇ ਜੀ। ਜੀ ਜਿਹੜੀ ਇਹਨਾਂ ਨੇ ਗੱਲ ਕੀਤੀ ਬਿਜ਼ਨਸ ਬਾਰੇ ਉਹ ਵੀ ਆਪਾਂ ਇਹ 'ਚ ਹੀ ਹੁਣ ਆਪਾਂ ਡਿਸਕਸ ਕਰਾਂਗੇ ਜੀ। ਸਵਾਲ ਵੀ ਨੇ ਇਹਦੇ ਨਾਲ ਜੀ ਜੀ ਇੱਕ ਫਸਟ ਇਜ਼ ਗ੍ਰੈਜੂਏਟ ਉਸ ਤੋਂ ਬਾਅਦ ਜੋਬ ਆਫਰ ਅਤੇ ਹੁਣ ਜਿਹੜਾ ਤੀਸਰੀ ਆ ਉਹ ਤੁਹਾਡੀ ਫੈਮਿਲੀ ਇਨ ਤਸਮਾਨੀਆ 'ਚ ਹੈਗੀ ਹੈ ਤਾਂ ਵੀ ਤੁਸੀਂ ਜਿਹੜਾ ਹੈ ਪੁਆਇੰਟਸ ਕਲੇਮ ਕਰ ਸਕਦੇ ਹੋ ਫਰੋਮ ਦਾ ਸਟੇਟ ਨੋਮੀਨੇਸ਼ਨ ਮਤਲਬ ਜਿਵੇਂ ਬਲੱਡ ਰਿਲੇਸ਼ਨ ਆਪਾਂ ਉਹੀ ਕਰ ਰਹੇ ਹਾਂ। ਪਹਿਲੀ ਗੱਲ ਤਾਂ ਕਿ ਉਹ ਪੀ ਆਰ ਅਤੇ ਸਿਟੀਜ਼ਨ ਹੋਣੇ ਚਾਹੀਦੇ ਆ ਰਾਈਟ। ਦੂਸਰੀ ਗੱਲ ਉਹ ਐਜ਼ ਏ ਪੀ ਆਰ ਜਾਂ ਸਿਟੀਜ਼ਨ ਐਟ ਲੀਸਟ ਉੱਥੇ 12 ਮੰਥਸ ਰਹੇ ਹੋਣੇ ਚਾਹੀਦੇ ਆ ਕਿਉਂਕਿ ਕਈਆਂ ਦਾ ਇਹ ਸਵਾਲ ਵੀ ਹੁੰਦਾ ਕਿ ਮੇਰਾ ਬ੍ਰਦਰ ਇੱਥੇ ਸਿਟੀਜ਼ਨ ਹੈ ਜੋ ਵੀ ਮੇਰੇ ਨਾਲ ਮੂਵ ਕਰ ਜੇ ਕਿ ਮੈਨੂੰ ਸਪੋਂਸਰਸ਼ਿਪ ਮਿਲ ਜੂਗੀ ਸਟੇਟ ਸਪੋਂਸਰਸ਼ਿਪ। 12 ਮੰਥਸ ਐਟ ਲੀਸਟ ਉੱਥੇ ਰਹੇ ਹੋਣੇ ਚਾਹੀਦੇ ਆ ਤਾਂ ਤੁਸੀਂ ਫੈਮਿਲੀ ਵਾਲੀ ਜਿਹੜੀ ਸਟ੍ਰੀਮ 'ਚ ਤੁਸੀਂ ਆਉਂਦੇ ਹੋ। ਯੈਸ ਤਾਂ ਜਿਹੜੇ ਤੁਸੀਂ ਗੱਲ ਕੀਤੀ ਕਿ ਬਲੱਡ ਰਿਲੇਸ਼ਨ ਉਹਦੇ ਵਿੱਚ ਜਿੱਦਾਂ ਅੰਕਲ ਆਂਟ ਅਤੇ ਫਸਟ ਕਜ਼ਨ ਤੱਕ ਵੀ ਅਲਾਊਡ ਹੈਗੇ ਆ ਤਸਮਾਨੀਆ ਦੇ ਵਿੱਚ ਉਹਨਾਂ ਵੀ ਮਿਲ ਸਕਦੇ ਆ ਰਾਈਟ। ਓਕੇ ਫੋਰਥ ਜਿਹੜੀ ਹੈਗੀ ਆ ਉਹ ਸਮਾਲ ਬਿਜ਼ਨਸ ਓਨਰਸ ਤਾਂ ਉਹਦੇ ਵਿੱਚ ਜਿੱਦਾਂ ਕਿ ਉਹਨਾਂ ਨੇ ਸਾਫ਼ ਸਾਫ਼ ਲਿਖ ਕੇ ਲਾਇਆ ਹੋਇਆ ਕਿ ਕੋਈ ਫਰੈਂਚਾਈਜ਼ੀ ਜਾਂ ਜਿਹੜਾ ਐਗਜ਼ਿਸਟਿੰਗ ਬਿਜ਼ਨਸ ਖਰੀਦ ਲੂੰਗੇ ਉਹਨਾਂ ਵਾਸਤੇ ਇਹ ਆਪਸ਼ਨ ਨਹੀਂ ਹੈ ਰਾਈਟ। ਹੁਣ ਤੁਸੀਂ ਬਿਜ਼ਨਸ ਪਲਾਨ ਆਪਦਾ ਐਪਲੀਕੇਸ਼ਨ ਦੇ ਨਾਲ ਉਹਨਾਂ ਨੂੰ ਸਬਮਿਟ ਕਰਨਾ ਹੈ ਵਿਦ ਦਾ ਸਬਸਟੈਂਸ਼ੀਅਲ ਫਾਈਨੈਂਸ਼ੀਅਲ ਕਪੈਸਿਟੀ ਸ਼ੋ ਕਰਕੇ ਅਤੇ ਇਹ ਪਲੱਸ ਤੁਹਾਡੇ ਕੋਲ ਐਗਜ਼ਿਸਟਿੰਗ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਰਿਲੇਟਿਡ ਬਿਜ਼ਨਸ ਦਾ ਓਨਲੀ ਦੈਨ ਜਿਹੜਾ ਤੁਸੀਂ ਸਮਾਲ ਬਿਜ਼ਨਸ ਵਾਲੀ ਜਿਹੜਾ ਤਰੀਕੇ ਨਾਲ ਉੱਥੋਂ ਸਪੋਂਸਰਸ਼ਿਪ ਲੈ ਸਕਦੇ ਹੋ। ਇੱਕ ਕੁਸ਼ਚਨ ਮੈਂ ਵੈਸੇ ਆਪ ਹੀ ਪੁੱਛ ਲੈਣਾ ਨਵਨੀਤ ਭਾਅ ਜੀ ਕਿ ਜਿਹੜਾ ਬਿਜ਼ਨਸ ਇਨਵੈਸਟਰ ਸਭ ਪਲੱਸ 188 ਆਉਂਦਾ ਠੀਕ ਹੈ ਕੀ ਇਹ ਉਹਦੇ ਨਾਲ ਰਿਲੇਟਿਡ ਹੈ ਕਿ ਡਿਫਰੈਂਟ ਆਪਾਂ ਸਿਰਫ ਗੱਲ ਕਰ ਰਹੇ ਹਾਂ 489 ਕਾਫੀ ਬੰਦੇ ਜਿਹੜੇ ਇੱਥੇ ਹੋਣਗੇ ਕਿਉਂਕਿ ਜਿਹੜੇ ਇਨਵੈਸਟਰ ਕਲਾਸ ਬਾਰੇ ਪੁੱਛਣਾ ਚਾਹਣਗੇ ਕਿ ਉਹਦੀ ਜਿਹੜੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੈ ਉਹ ਕਾਫੀ ਹਾਈ ਹੈ। ਓ ਇਟਸ ਕਾਫੀ ਹਾਈ ਹੈ ਰਾਈਟ। ਇਹਦੇ ਤੇ ਕੋਈ ਮਿਨਿਮਮ ਇਨਵੈਸਟਮੈਂਟ ਦਾ ਕ੍ਰਾਈਟੇਰੀਆ? ਇਟਸ ਅਪ ਟੂ ਹਾਫ ਮਿਲੀਅਨ ਤੋਂ ਤੁਸੀਂ ਸ਼ੁਰੂ ਹੋ ਸਕਦੇ ਹੋ ਕਿਉਂਕਿ ਬਿਜ਼ਨਸ ਇਨਵੈਸਟਰ ਇਸ ਤੋਂ ਬਹੁਤ ਵੱਡਾ ਹੈ। ਇਹ ਇੱਕ ਤਰ੍ਹਾਂ ਦਾ ਤੁਸੀਂ ਬਿਜ਼ਨਸ ਪਲਾਨ ਦੇਣਾ ਔਰ ਉਸ ਤੋਂ ਬਾਅਦ ਤੁਸੀਂ ਕਿੱਦਾਂ ਨਵਾਂ ਬਿਜ਼ਨਸ ਉੱਥੇ ਸਟਾਰਟ ਕਰਨਾ ਹੈ ਕਿ ਐਗਜ਼ਿਸਟਿੰਗ ਤਾਂ ਹੀ ਉਹਨਾਂ ਨੇ ਮਨਾ ਕਰਤਾ ਜਿਹੜਾ ਬਿਜ਼ਨਸ ਹੋ ਤਾਂ ਕਿ ਉੱਥੇ ਚਾਹੁੰਦੇ ਕਿ ਸ਼ਾਇਦ ਵਰਾਇਟੀ ਆਵੇ ਉੱਥੇ। ਪਰ ਇਹ ਤਸਮੇਨੀਅਨ ਬਿਜ਼ਨਸ ਤੇ ਕਮਰਸ ਚੈਂਬਰ ਨੂੰ ਦੇਣਾ ਹੈ ਬਿਜ਼ਨਸ ਪਲਾਨ ਕਿ ਇਹ ਬਿਜ਼ਨਸ ਪਲਾਨ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੂੰ ਦੇਣਾ ਹੈ? ਡਿਫਰੈਂਟ ਸੈਕਟਰਸ ਨੇ ਤਸਮੇਨੀਅਨ ਗਵਰਨਮੈਂਟ ਤਸਮਾਨੀਆ ਵੀ ਆਪਾਂ ਗੱਲ ਕਰ ਰਹੇ ਡਿਪਾਰਟਮੈਂਟ ਆਫ ਗਰੋਥ ਡਿਪਾਰਟਮੈਂਟ ਆਫ ਗਰੋਥ ਜਿਹੜੀ ਤਸਮਾਨੀਆ ਦਾ ਹੈਗਾ ਉਹਨਾਂ ਨੂੰ ਜਿਹੜੀ ਕਿ ਸਟੇਟ ਨੋਮੀਨੇਸ਼ਨ ਨਾਲ ਰਾਈਟ। ਲੇਕਿਨ ਜਦੋਂ ਵੀ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਉਹ ਡਾਇਰੈਕਟ ਕਰ ਦਿੰਦੇ ਆ ਡਿਪਾਰਟਮੈਂਟ ਆਫ ਬਿਜ਼ਨਸ ਨੂੰ ਜੋ ਵੀ ਹੈਗਾ ਜੀ। ਓਕੇ ਉਸ ਤੋਂ ਇਲਾਵਾ ਜਿਹੜਾ ਪੰਜਵਾਂ ਤਰੀਕਾ ਚਾਰ ਆਪਾਂ ਡਿਸਕਸ ਕਰ ਚੁੱਕੇ ਹਾਂ। ਪੰਜਵਾਂ ਤਰੀਕਾ ਉਹ ਹੈਗਾ ਕਿ ਨਿਊ ਐਡੀਸ਼ਨ ਜਿਹੜਾ 1 ਜੁਲਾਈ ਤੋਂ ਹੋਇਆ ਜਿਹਦੀ ਆਪਾਂ ਗੱਲ ਕੀਤੀ ਸੀ ਓਵਰਸੀਜ਼ ਐਪਲੀਕੈਂਟਸ ਵਾਸਤੇ। ਇੱਕ ਤਰੀਕਾ ਤਾਂ ਓਵਰਸੀਜ਼ ਐਪਲੀਕੈਂਟਸ ਵਾਸਤੇ ਹੈ ਕਿ ਉਹ ਇੱਕ ਜੋਬ ਆਫਰ ਲੈ ਲੈਣ ਠੀਕ ਹੈ ਜੀ। ਔਰ ਜਿਹੜਾ ਇੰਪਲੋਇਰ ਹੈ ਐਟਲੀਸਟ ਜਿੱਦਾਂ ਆਪਾਂ ਅੱਗੇ ਦੱਸਿਆ ਐਟਲੀਸਟ 12 ਮੰਥ ਹੋ ਚੁੱਕੇ ਹੋਣੇ ਚਾਹੀਦੇ ਉਹਨੂੰ ਨਿਊ ਬਿਜ਼ਨਸ ਨਹੀਂ ਕਰ ਸਕਦਾ ਅਤੇ ਇੱਕ ਜੈਨੂਅਨ ਪੋਜੀਸ਼ਨ ਹੋਣੀ ਚਾਹੀਦੀ ਇੱਕ ਤਰੀਕਾ ਇਹ ਹੈ। ਬਾਕੀ ਜਿਹੜੀ ਰਿਕੁਆਇਰਮੈਂਟਸ ਹੈ ਓਵਰਸੀਜ਼ ਐਪਲੀਕੈਂਟਸ ਵਾਸਤੇ ਉਹ ਹੈ ਕਿ ਉਹ ਓਵਰਸੀਜ਼ ਹੀ ਹੋਣੇ ਚਾਹੀਦੇ ਹੈ ਰਾਈਟ। ਅਤੇ ਉਹਨਾਂ ਦਾ ਓਕੂਪੇਸ਼ਨ ਜਿਹੜਾ ਹੈ ਉਹ ਤਸਮਾਨੀਆ ਦੀ ਜਿਹੜੀ ਲਿਸਟ ਹੈਗੀ ਉਹਦੇ ਉੱਪਰ ਹੋਣਾ ਚਾਹੀਦਾ ਟੀ ਐੱਸ ਓਲ ਦੇ ਉੱਤੇ। ਅਤੇ ਉਹ ਐਨੀਵੇਅਰਸ ਆਸਟ੍ਰੇਲੀਆ 'ਚ ਜੇ ਕਿਤੇ ਹੋਰ ਕਿਤੇ ਆ ਕੇ ਪਹਿਲਾਂ ਰਹਿ ਚੁੱਕੇ ਆ ਉਹ ਉਹਨਾਂ ਵਾਸਤੇ ਐਲੀਜੀਬਲ ਨਹੀਂ ਹੋਣਗੇ ਤਾਂ ਹੀ ਮੈਂ ਕਿਹਾ ਕਿ ਉਹ ਸਿਰਫ ਓਵਰਸੀਜ਼ ਜਿਹੜੇ ਅਪਲਾਈ ਕਰਨਾ ਚਾਹੁੰਦੇ ਉਹਨਾਂ ਵਾਸਤੇ ਹੈਗਾ ਹੈ। 7 ਬੈਂਡਸ ਦੀ ਰਿਕੁਆਇਰਮੈਂਟ ਹੈ ਇਹਦੇ ਵਿੱਚ। ਉਹਨਾਂ ਨੂੰ ਰਿਸਰਚ ਕਰਨੀ ਪਊਗੀ ਜਿਹੜੀ ਲੋਕਲ ਲੇਬਰ ਮਾਰਕੀਟ ਦੇ ਬਾਰੇ। ਇਹ ਨਹੀਂ ਕਿ ਸਿੰਪਲ ਈਵਨ ਕਿ ਜੇ ਤੁਸੀਂ ਕਿਸੇ ਵੀ ਸਟੇਟ ਨੋਮੀਨੇਸ਼ਨ ਨੂੰ ਅਪਲਾਈ ਕਰਦੇ ਹੋ ਚਾਹੇ ਵਿਕਟੋਰੀਆ ਚਾਹੇ ਸਾਊਥ ਆਸਟ੍ਰੇਲੀਆ ਤਾਂ ਉਹਦੇ ਵਿੱਚ ਉਹ ਕਾਫੀ ਰਿਸਰਚ ਤੁਹਾਡੇ ਕੋਲ ਮੰਗਦੇ ਕਿ ਵਾਕਿਆ ਹੀ ਤੁਸੀਂ ਰਿਸਰਚ ਕੀਤੀ ਹੈ ਕਿਉਂਕਿ ਉਹ ਦੇਖਣਾ ਚਾਹੁੰਦੇ ਕਿ ਤੁਸੀਂ ਵਾਕਿਆ ਹੀ ਸੰਸੀਅਰ ਹੋ ਇੱਥੇ ਰਹਿਣ ਵਾਸਤੇ ਕਿ ਜਸ ਖਾਨਾ ਪੂਰਤੀ ਵੀ ਆਪਣਾ ਪੀ ਆਰ ਲਈ ਅਤੇ ਇਸ ਤੋਂ ਬਾਅਦ ਨਿਕਲ ਜਾਓਗੇ ਇੱਥੋਂ। ਤਾਂ ਐਕਚੁਅਲ ਇਸ ਕਰਕੇ ਜਿਹੜੇ ਪਲਾਨ ਜਿਸ ਚੀਜ਼ ਵਾਸਤੇ ਬਣਿਆ ਉਹ ਚਾਹੁੰਦੇ ਕਿ ਉਹਨੂੰ ਪ੍ਰੋਪਰ ਇੰਪਲੀਮੈਂਟ
ਤੇ ਕਿਉਂਕਿ ਮੈਂ ਤਾਂ ਮਾਈਗ੍ਰੇਸ਼ਨ ਏਜੰਟ ਨਹੀਂ, ਇਸ ਲਈ ਮੈਂ ਕੋਈ ਡਾਇਰੈਕਟਲੀ ਨਹੀਂ ਦੇ ਪਾ ਰਿਹਾ ਸੀ ਜਵਾਬ, ਲੇਕਿਨ ਸਵਾਲ ਇਹ ਆ ਰਿਹਾ ਕਿ ਮਾਰਕੀਟ 'ਚ ਬੜੀ ਅਫਵਾਹ ਫੈਲੀ ਹੋਈ ਹੈ ਕਿ ਜੇ ਤੁਹਾਡੇ 60 ਪੁਆਇੰਟ ਹੈ ਤਾਂ ਤੁਹਾਡੀ ਪੀ ਆਰ ਤਸਮੀਨੀਆਂ ਆਉਣੀ ਆਉਣੀ ਹੈ, ਡਿਪੈਂਡ ਡਜ਼ ਨੋਟ ਮੈਟਰ ਕਿ ਤੁਹਾਡੀ ਕਿਹੜੀ ਓਕੂਪੇਸ਼ਨ ਹੈ, ਅਕਾਊਂਟੈਂਸੀ ਦੇ ਅੰਡਰ ਅਪਲਾਈ ਕਰ ਰਹੇ ਹੋ, ਆਈ ਟੀ ਦੇ ਜਾਂ ਨਰਸਿੰਗ ਦੇ, ਤੁਹਾਡੇ 60 ਪੁਆਇੰਟ ਹੋਣੇ ਚਾਹੀਦੇ ਹੈ। ਕਾਫੀ ਸਾਰੇ ਜਿਹੜੇ ਏਜੰਟਸ ਉਹਨਾਂ ਨੇ ਮਾਰਕੀਟ 'ਚ ਅਫਵਾਹ ਫੈਲਾਤੀ, ਕਿੱਥੇ ਤੱਕ ਸੱਚਾਈ ਹੈ? ਅਫਵਾਹੀ ਹੈ, ਰਾਈਟ, ਸੱਚਾਈ ਨਹੀਂ ਹੈ। ਇੱਕ ਗੱਲ ਤਾਂ ਸਭ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ 489 ਹੈ ਚਾਹੇ 189 ਹੈ, ਉਹ ਪੁਆਇੰਟ ਬੇਸਡ ਵੀਜ਼ਾਸ ਹੈ। ਓਬਵੀਅਸਲੀ ਤੁਹਾਡੇ ਸਕਿੱਲਸ 'ਤੇ, ਤੁਹਾਡੇ ਐਕਸਪੀਰੀਅੰਸ 'ਤੇ, ਤੁਹਾਡੇ ਐਜੂਕੇਸ਼ਨ ਦੇ, ਤੁਹਾਡੀ ਏਜ ਦੇ, ਤੁਹਾਡੀ ਇੰਗਲਿਸ਼ ਦੇ, ਤੁਹਾਡੇ ਪਾਰਟਨਰ ਦੇ ਸਕਿੱਲਸ ਦੇ, ਨਾਟੀ ਦੇ, ਪ੍ਰੋਫੈਸ਼ਨਲ ਈਅਰ ਦੇ, ਇਹਦਾ ਜਿੰਨਾ ਸਮ ਅਪ ਹੋਊਗਾ, ਰਾਈਟ, ਉਸ ਹਿਸਾਬ ਨਾਲ ਤੁਹਾਨੂੰ ਇਨਵੀਟੇਸ਼ਨ ਆਉਣਾ। ਜੇ ਇੱਥੇ ਅਕਾਊਂਟਿੰਗ ਵਾਲੇ ਉੱਥੇ 70 ਵਾਲੇ ਬੈਠੇ ਆ, ਤੁਹਾਨੂੰ 60 ਵਾਲੇ ਨੂੰ ਕਿਉਂ ਨੋਮੀਨੇਸ਼ਨ? ਇਹ ਬਾਰੇ ਜ਼ਿਆਦਾ ਮਾਰਕੀਟ 'ਚ ਫੈਲਾਇਆ ਜਾ ਰਿਹਾ ਕੁਇਕ ਬਗ ਬਣਾਉਣ ਲਈ ਕਿ ਜੀ ਤੁਹਾਡੇ 60 ਪੁਆਇੰਟ ਹੈ, ਡਜ਼ਨਟ ਮੈਟਰ ਅਗਰ ਅਕਾਊਂਟਿੰਗ ਦਾ ਕੱਟ ਆਫ 80 ਚੱਲ ਰਿਹਾ ਤਾਂ ਤੁਸੀਂ 60  'ਤੇ ਤਸਮੀਨੀਆਂ ਵੀ ਲੈ ਸਕਦੇ ਹੋ, ਅਤੇ ਜੇ 70 ਚੱਲ ਰਿਹਾ ਆਈ ਟੀ ਦਾ, ਡਜ਼ਨਟ ਮੈਟਰ, ਤੁਸੀਂ 55 'ਤੇ ਅਪਲਾਈ ਕਰੋ, ਸਟੇਟ ਨੋਮੀਨੇਸ਼ਨ ਦੇ ਪੁਆਇੰਟ ਲਓ ਅਤੇ ਸਿੱਧਾ ਅਪਲਾਈ ਕਰਕੇ 60 ਪੁਆਇੰਟ 'ਤੇ, ਫਿਰ ਵੀ ਤੁਹਾਡੇ ਤਸਮੀਨੀਆਂ ਇਨਵੀਟੇਸ਼ਨ ਆ ਜਾਏਗਾ। ਕਿਉਂਕਿ ਬੜੀ ਜ਼ਿਆਦਾ ਮਿਸਗਾਈਡੈਂਸ ਹੋ ਰਹੀ ਹੈ ਮਾਰਕੀਟ 'ਚ, ਕਿਉਂਕਿ ਕਈ ਲੋਕ ਇਹਨੂੰ ਐਜ਼ ਅ ਟੂਲ ਵਰਤ ਰਹੇ ਹੈ ਕਿ 31 ਜੁਲਾਈ ਤੱਕ ਇਹ ਗਵਰਨਮੈਂਟ ਨੇ ਇੰਪਲੀਮੈਂਟ ਕੀਤੀ ਹੋਈ ਪੋਲਿਸੀ, ਅਤੇ ਤੁਸੀਂ ਜੋ ਵੀ ਹੈ ਜੋ ਆਇਆ ਸੋ ਰਾਜੀ ਜਾਏ ਵਾਲਾ ਹਿਸਾਬ ਹੋ ਰਿਹਾ, ਠੀਕ ਹੈ, ਜਿਹੜਾ ਹੁੰਦਾ ਠੀਕ ਹੈ ਉਹਦੀ ਫਾਈਲ ਲਾ ਦਿਉ, ਠੀਕ ਹੈ, ਪੈਸੇ ਬਣਾ ਲਓ, ਰਿਜ਼ਲਟ ਆਏ ਨਾ ਆਏ, ਇਟਸ ਓਕੇ। ਲੁੱਕ, ਉਸ ਬਾਰੇ ਤਾਂ ਮੈਂ ਇੰਨਾ ਹੀ ਕਹੂੰਗਾ ਕਿ ਜਿਹੜਾ ਤੁਸੀਂ ਕਿਹਾ 31 ਜੁਲਾਈ, ਉਹਦੇ ਵਾਸਤੇ ਵੀ ਇੱਕ ਹੈਗਾ, ਉਹ ਆਪਾਂ ਬਾਅਦ 'ਚ ਡਿਸਕਸ ਕਰ ਰਹੇ ਹਾਂ, ਲੇਕਿਨ ਇਹ ਹੈ ਕਿ ਅਗੇਨ ਇਟਸ ਪੁਆਇੰਟ ਬੇਸਡ ਵੀਜ਼ਾ, ਠੀਕ ਹੈ, ਤੁਹਾਡੇ ਜੇ ਸਕੋਰ 70 ਵਾਲਾ ਹੈਗਾ, ਉੱਥੇ 65 ਵਾਲੇ ਨੂੰ ਇਨਵੀਟੇਸ਼ਨ ਕਿਉਂ ਦੇਗੀ ਸਟੇਟ ਨੋਮੀਨੇਸ਼ਨ? ਕਾਮਨ ਜੀ ਗੱਲ ਹੈ ਕਿ ਗਵਰਨਮੈਂਟ ਨੇ ਕ੍ਰਾਈਟੀਰੀਆ ਸੈੱਟ ਕਰਤਾ, ਠੀਕ ਹੈ, ਆਪਾਂ ਲੋਕ ਇਹ ਗੱਲ ਨਹੀਂ ਸਮਝ ਸਕਦੇ ਮੇਰੇ ਹਿਸਾਬ ਨਾਲ ਕਿ ਸੀਟਾਂ ਹੈਗੀਆਂ 3000, 4000, 5000, ਐਪਲੀਕੈਂਟ ਹੈ 20000, ਤਾਂ ਓਬਵੀਅਸਲੀ ਪੁਆਇੰਟ ਸਿਸਟਮ ਵੱਧ ਰਿਹਾ, ਠੀਕ ਹੈ, ਤੇ ਇਹਨੂੰ ਕੋਈ ਗਵਰਨਮੈਂਟ ਕੰਟਰੋਲ ਨਹੀਂ ਕਰ ਸਕਦੀ। ਜੇ ਤੁਹਾਡੇ ਘੱਟ ਪੁਆਇੰਟ ਹੈ ਰਿਕੁਆਇਰਡ ਕੱਟ ਆਫ ਨਾ ਲਓ, ਤੇ ਉਹਨੂੰ ਇਨਵੀਟੇਸ਼ਨ ਆਉਣ ਦਾ ਕੋਈ ਸਵਾਲ ਹੀ ਨਹੀਂ ਕਰਦਾ। ਲੁੱਕ, ਹੈਵਿੰਗ ਸੈਡ ਦੈਟ, ਇੱਕ ਚੀਜ਼ ਮੈਂ ਕਹੂੰਗਾ ਫਿਰ ਵੀ, ਕਿਉਂਕਿ ਸਾਰੇ ਨਿਊ ਸਾਊਥ ਵੇਲਸ, ਵਿਕਟੋਰੀਆ 'ਚ ਰਹਿਣਾ ਜ਼ਿਆਦਾ ਪਸੰਦ ਕਰਦੇ ਆ, ਇਹੀ ਚੋਇਸ ਹੈ, ਇਸੇ ਟ੍ਰੈਂਡ ਕਰਕੇ ਇਹਨਾਂ ਨੇ ਹੁਣ ਨਵੀਂ ਨਵੀਂ ਚੀਜ਼ਾਂ ਚਲਾਈਆਂ ਤਾਂ ਕਿ ਲੋਕ ਬਾਕੀ ਸਟੇਟਸ ਦੇ ਵਿੱਚ ਵੀ ਜਾ ਕੇ, ਸਟੇਟਸ ਲਾਈਕ ਏ ਸੀ ਟੀ, ਉਹ ਸਿਰਫ ਉਹਨਾਂ ਨੂੰ, ਤਸਮਾਨੀਆਂ ਸਿਰਫ ਉਹਨਾਂ ਨੂੰ ਹੀ ਇਹ ਸਪੋਂਸਰਸ਼ਿਪ ਦੇਣਾ ਚਾਹੁੰਦੀ ਜਿਹੜੇ ਉੱਥੇ ਐਕਚੁਅਲ ਪੜ੍ਹੇ ਹੋਏ, ਰਾਈਟ, ਇੱਕ ਪ੍ਰਮੋਟ ਕਰਨ ਦਾ ਤਰੀਕਾ ਤਾਂ ਕਿ ਲੋਕ ਵੀ ਉੱਥੇ ਆ ਕੇ ਸੈਟਲ ਹੋਣ। ਬਿਲਕੁਲ ਭਾਅ ਜੀ, ਕਿਉਂਕਿ ਮੇਰਾ ਆਪ ਦੇ ਇੱਕ ਫਰੈਂਡ ਹੈ, ਮੈਂ ਹੁਣ ਪਿਛਲੇ ਆਪਣੇ ਟ੍ਰਿਪ 'ਤੇ ਯੂਟਾਸ ਗਿਆ ਸੀਗਾ ਅਤੇ ਆਪਣੀ ਟੀਮ ਨੂੰ ਮਿਲਿਆ ਸੀ, ਉੱਥੇ ਮੇਰੀ ਫਰੈਂਡ ਹੈ ਮਲੇਸ਼ੀਆ ਤੋਂ, ਮੇਰੇ ਨਾਲ ਹੀ ਪੜ੍ਹੀ ਹੈ, ਅਤੇ ਉਹਨੇ ਅਪਲਾਈ ਕੀਤਾ, ਅਤੇ ਸਰਪ੍ਰਾਈਜ਼ਿੰਗਲੀ ਆਈ ਵਾਸ ਸ਼ੌਕ ਟੂ ਹੀਅਰ ਇਟ ਕਿ ਉਹਦੇ 3 ਦਿਨ 'ਚ ਆਪਣਾ ਆ ਗਿਆ ਸੀ EOI ਓਪਨ ਹੋ ਗਿਆ ਸੀ, ਸਿਰਫ 3 ਦਿਨਾਂ 'ਚ। ਅੱਛਾ ਜੀ, ਰਾਈਟ, ਐਂਡ ਉਹਦੇ ਅਗਲੇ 1 ਮਹੀਨੇ ਦੇ ਅੰਦਰ PR ਆਈ, ਅਤੇ ਹਾਂ, ਜੋ ਉੱਥੇ ਤਸਮੀਨੀਆਂ ਹੀ ਰਹਿ ਰਹੀ ਹੈ। ਬਹੁਤ ਵਧੀਆ ਜੀ, ਜੀ ਅਗੇਨ ਪੁਆਇੰਟ ਬੇਸਡ ਹੈ, ਇਨਵੀਟੇਸ਼ਨ ਤੁਹਾਡੇ ਸਕੋਰ 'ਤੇ ਡਿਪੈਂਡ ਕਰੇਗਾ, ਲੇਕਿਨ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਨਾਲ ਹੋ ਸਕਦਾ ਉੱਥੇ ਕੰਪੀਟੀਸ਼ਨ ਘੱਟ ਹੋਵੇ, ਉੱਥੇ 80 ਪੁਆਇੰਟਸ ਵਾਲੇ ਨਾ ਹੋਣ, 70 ਪੁਆਇੰਟਸ, ਲੇਕਿਨ ਅਗੇਨ ਐਟ ਦ ਐਂਡ ਇਟਸ ਏ ਨੰਬਰ ਗੇਮ, ਠੀਕ ਹੈ ਜੀ। ਜੀ, ਜਿਹੜਾ ਅਗਸਤ 2017 ਤੋਂ ਜਿਹੜੇ ਚੇਂਜਿਸ ਆ ਰਹੇ ਨੇ ਫਾਰ 489 ਵੀਜ਼ਾ, ਸਿਰਫ 489 ਇਨ ਤਸਮਾਨੀਆ ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਲੇਬਰ ਮਾਰਕੀਟ ਜਿਹੜੀ ਹੈਗੀ ਫਾਰ ਜੋਬ, ਲੇਬਰ ਮਾਰਕੀਟ ਟੈਸਟਿੰਗ ਉਹਨਾਂ ਨੇ ਕਰ ਦਿੱਤੀ ਫਾਰ ਜੋਬ ਆਫਰ। ਇਹਦੇ ਵਿੱਚ ਇਹਨਾਂ ਨੇ ਕੀਤਾ ਕਿ ਜਿਹੜੇ ਐਨਸਕੋ ਅਤੇ ਸਕਿੱਲ ਲੈਵਲ 4 ਜਾਂ ਉਸ ਤੋਂ ਥੱਲੇ ਵਾਲੀ ਜੋਬਸ ਹੈਗੀਆਂ, ਜਿਹਦੇ ਵਾਸਤੇ ਕਿ ਬਹੁਤ ਸਪੈਸ਼ਲਾਈਜੇਸ਼ਨ ਨਹੀਂ ਚਾਹੀਦੀ, ਉਹਦੇ ਵਾਸਤੇ ਜੋਬ ਆਫਰ ਵਾਸਤੇ ਉਹਨਾਂ ਨੂੰ ਲੇਬਰ ਮਾਰਕੀਟ ਟੈਸਟਿੰਗ ਕਰਨੀ ਪਊਗੀ ਕਿ ਤੁਸੀਂ ਆਸਟ੍ਰੇਲੀਅਨ ਹੀ ਕਿਉਂ ਨਹੀਂ, ਕੋਈ ਆਸਟ੍ਰੇਲੀਅਨ ਪ੍ਰੂਵ ਕਰਨਾ ਪਊਗਾ, ਸਾਨੂੰ ਆਸਟ੍ਰੇਲੀਅਨ ਨਹੀਂ ਮਿਲਿਆ, ਅਸੀਂ ਐਡ ਕੀਤੀ ਸੀ, ਇਸ ਕਰਕੇ ਅਸੀਂ ਇਹਨਾਂ ਨੂੰ ਜੋਬ ਆਫਰ ਦੇ ਰਹੇ ਹਾਂ। ਫਾਰ ਐਗਜ਼ਾਮਪਲ ਜਿੱਦਾਂ ਸਿਕਿਉਰਟੀ ਆਫਿਸਰ ਸੀ ਲੈਵਲ 5 ਹੈ, ਠੀਕ ਹੈ, ਜਿਹੜਾ 4 ਤੋਂ ਥੱਲੇ ਹੋਊਗਾ 1 ਅਗਸਤ ਤੋਂ ਬਾਅਦ ਉੱਥੇ ਲੇਬਰ ਮਾਰਕੀਟ ਟੈਸਟਿੰਗ ਦਾ ਪ੍ਰੂਫ ਦੇਣਾ ਹੋਊਗਾ। ਪਰ ਜੇ ਆਪਾਂ ਗੱਲ ਕਰੀਏ ਜਿਹਦੇ ਨਾਲ ਆਪਣਾ ਪੰਜਾਬੀਆਂ ਦਾ ਜਾਂ ਆਪਣੇ ਇੰਡੀਅਨਸ ਦਾ ਜ਼ਿਆਦਾ ਵਾਹ ਪੈਂਦਾ, ਕੁੱਕ, ਬੇਕਰ, ਇਹ ਜਿਹੜੇ ਹੈਗੇ ਏ ਐਸ ਸੀ ਸਕਿੱਲ ਲੈਵਲ 3 ਦੀ ਜੋਬਸ ਨੇ, ਇਹ ਇਫੈਕਟਿਡ ਨਹੀਂ ਹੋਣਗੀਆਂ। ਯਾਨੀ ਕਿ ਇਹਨਾਂ ਜੋਬਸ ਦੇ ਆਪਾਂ ਨੂੰ ਜੋਬ ਆਫਰ ਲੈਟਰ 'ਤੇ ਉਹਨਾਂ ਨੂੰ ਐਲਮਾਂ ਨੂੰ ਹੀ ਕਰਨਾ, ਕਿਉਂਕਿ ਇਹ ਕਲੋਜ਼ ਇਸ ਕਿ 489 ਵਾਸਤੇ ਤੁਹਾਨੂੰ ਕੋਈ ਵੀ ਜੋਬ ਆਫਰ ਲਿਆਓ, ਲੋਕਾਂ ਨੇ ਜਿੱਦਾਂ ਸਿਕਿਉਰਟੀ ਆਫਿਸਰ ਲੈ ਲਿਆ ਜਾਂ ਕੋਈ ਡਿਫਰੈਂਟ ਲੈ ਲਿਆ, ਰਾਈਟ, ਉਹ 1 ਅਗਸਤ ਤੋਂ ਬਾਅਦ LMT ਟੈਸਟਿੰਗ ਜਿਹੜੀ ਲੈਵਲ 4 ਤੋਂ ਥੱਲੇ ਵਾਲੀ ਜੋਬਸ ਹੈਗੀਆਂ, ਰਾਈਟ, ਜਾਂ ਇੱਕ ਤਰ੍ਹਾਂ ਦਾ ਉਹਨਾਂ ਨੇ ਹੋਰ ਚੈੱਕ ਲਾ ਦਿੱਤਾ ਜਿੱਦਾਂ ਜਿੱਦਾਂ ਉੱਥੇ ਲੋਕ ਵੱਧ ਰਹੇ ਆ, ਡਿਮਾਂਡ ਵੱਧ ਰਹੀ ਹੈ ਜੀ। ਅਤੇ ਅਕਤੂਬਰ 1, 2017 ਤੋਂ ਜਿਹੜੇ ਚੇਂਜਿਸ ਆ ਰਹੇ ਆ ਉਹ 190 ਅਤੇ 489 ਦੋਵਾਂ ਵੀਜ਼ਾ ਵਾਸਤੇ, ਉਹਦੇ ਵਿੱਚ ਉਹਨਾਂ ਨੇ ਕਰ ਦੇਣਾ ਕਿ 3 ਮੰਥ ਦਾ ਤੁਹਾਡੇ ਕੋਲ ਇੰਪਲੋਇਮੈਂਟ ਹੋਣਾ ਚਾਹੀਦਾ ਜੋਬ ਆਫਰ, ਜਿੱਦਾਂ ਕਿ ਸੇਮ ਵਿਦ ਆਸਟ੍ਰੇਲੀਅਨ ਕੈਪੀਟਲ
ਟੈਰੀਟਰੀ ਜਿਹੜੀ ਕੈਨਬਰਾ ਵਾਸਤੇ ਵੀ ਇਹ ਨਹੀਂ ਵੀ ਤੁਸੀਂ ਜੋਬ ਆਫਰ ਲਿਆ, ਐਟਲੀਸਟ 3 ਮਹੀਨੇ ਤੁਸੀਂ ਆਲਰੇਡੀ ਉੱਥੇ ਜੋਬ ਕਰਦੇ ਹੋਣੇ ਚਾਹੀਦੇ ਆ, ਓਨਲੀ ਦੈਨ ਤੁਹਾਨੂੰ ਜਿਹੜਾ ਹੈ ਜੋਬ ਆਫਰ ਵਾਲਿਆ ਜਿਹੜੇ ਲੈਵਲ ਦੇ ਨਾਲ ਤੁਸੀਂ 5 ਪੁਆਇੰਟਸ ਕਲੇਮ ਕਰ ਪਾਓਗੇ 5 ਜਾਂ 10, ਰਾਈਟ। ਔਰ ਜਿਹੜਾ 1 ਜਨਵਰੀ 2018 ਤੋਂ ਜਿਹੜੇ ਚੇਂਜਿਸ ਆਉਣੇ ਆ ਉਹਦੇ ਵਿੱਚ 2 ਈਅਰਸ ਦੀ ਸਟੱਡੀ ਕਰ ਦੇਣੀ ਹੈ 1 ਈਅਰ ਦੀ ਸਟੱਡੀ ਤੋਂ, ਯਾਨੀ ਕਿ ਕ੍ਰਾਈਕੋਸ ਕੋਰਸ ਜਿਹੜਾ ਹੈ ਤੁਸੀਂ 2 ਸਾਲ ਉੱਥੇ ਪੜੂੰਗੇ ਤਾਂ ਤੁਹਾਨੂੰ ਉੱਥੋਂ ਦੀ ਸਪੋਂਸਰਸ਼ਿਪ ਮਿਲੂਗੀ। ਲੇਕਿਨ ਇਹ ਸਿਰਫ 190 ਸਕਿੱਲ ਨੋਮੀਨੇਟਡ ਪਰਮਾਨੈਂਟ ਵੀਜ਼ਾ ਵਾਸਤੇ ਹੈ। ਜੇ ਆਪਾਂ 489 ਦੀ ਗੱਲ ਕਰੀਏ ਉਹ ਉਸ ਤੋਂ ਬਾਅਦ ਵੀ, ਈਵਨ ਜਨਵਰੀ ਤੋਂ ਬਾਅਦ ਵੀ, ਯਾਨੀ ਨਾ ਓਨ ਉਹ 1 ਸਾਲ ਹੀ ਰਹੇਗੀ। ਯਾਨੀ ਕਿ ਜਿਹੜਾ ਆਪਾਂ ਕਿ 1 ਸਾਲ ਜਿਹੜਾ ਬੱਚੇ ਨੇ ਕਿਰਾਏ ਕਰੋਸ ਉੱਥੇ ਪੜ੍ਹ ਲਿਆ, ਚਾਹੇ ਡਿਪਲੋਮਾ ਹੈ, ਬੈਚਲਰਸ ਡਿਗਰੀ ਹੈ, ਮਾਸਟਰਸ ਡਿਗਰੀ ਕੋਰਸ ਕਰ ਲਿਆ, ਉਹ ਰੀਜਨਲ ਰੀਜਨਲ ਯਾ 489 ਪ੍ਰੋਵਿਜ਼ਨਲ ਪ੍ਰੋਵਿਜ਼ਨਲ ਵੀਜ਼ਾ, ਉਹਦੇ ਲਈ ਫਿਰ ਵੀ ਐਲੀਜੀਬਲ ਰਹੇ, ਸੇਮ 1 ਈਅਰ, ਰਾਈਟ, 1 ਜਨਵਰੀ ਤੋਂ 2018। ਬਾਕੀ ਮੈਂ ਦੋਸਤੋ ਇਹ ਵੀ ਐਡ ਕਰਨਾ ਚਾਹੂੰਗਾ ਕਿ ਜਦ ਆਪਾਂ ਤਸਮੇਨੀਆ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਆਪਾਂ ਹੈਵਨ ਔਨ ਅਰਥ ਵੀ ਕਹਿੰਦੇ ਹਾਂ। ਅਗਰ ਤੁਸੀਂ ਗੂਗਲ 'ਤੇ ਵੀ ਸਰਚ ਕਰੋਗੇ ਦਾ ਮੋਸਟ ਕਲੀਨੈਸਟ ਏਅਰ, ਮੋਸਟ ਬਿਊਟੀਫੁਲ ਪਲੇਸ ਇਨ ਆਸਟ੍ਰੇਲੀਆ, ਅਤੇ ਟੂਰਿਜ਼ਮ ਬਹੁਤ ਵੱਡੀ ਇੰਡਸਟਰੀ ਹੈ, ਠੀਕ ਹੈ। ਕੈਫੇਟੇਰੀਆਜ਼, ਰੈਸਟੋਰੈਂਟਸ, ਹੋਟੇਲਸ ਬਹੁਤ ਜ਼ਿਆਦਾ ਹੈ, ਉੱਥੇ ਹਮੇਸ਼ਾ ਡਿਮਾਂਡ ਰਹਿੰਦੀ ਹੈ ਕਿਉਂਕਿ ਉੱਥੇ ਸਕਿੱਲ ਸ਼ੋਰਟੇਜ ਰਹਿੰਦੀ ਹੈ, ਬਹੁਤ ਜ਼ਿਆਦਾ ਲੋਕ ਪਸੰਦ ਨਹੀਂ ਕਰਦੇ ਕਿਉਂਕਿ ਕੁਆਇਟ ਏਰੀਆ ਹੈ। ਆਪਣੇ ਜਿੰਨੇ ਵੀ ਬੱਚੇ ਆਉਂਦੇ ਆ ਸਭ ਨੂੰ ਸਿਡਨੀ ਮੈਲਬਰਨ ਜਾਣਾ ਪਸੰਦ ਹੈ, ਕੁਆਇਟ ਏਰੀਆ 'ਚ ਕੋਈ ਰੀਜਨਲ ਏਰੀਆ ਜਾਣਾ ਨਹੀਂ ਚਾਹੁੰਦਾ। ਅਤੇ ਇੱਕ ਹੋਸਪਿਟੈਲਿਟੀ ਇੰਡਸਟਰੀ ਦੇ ਜਿੰਨੇ ਵੀ ਬੱਚੇ ਹੈ ਜਿਹੜੀ ਆਪਣੇ ਲਈ ਆਪਸ਼ਨਸ ਦੇਖ ਰਹੇ ਹਾਂ, ਉਹਨਾਂ ਲਈ ਇੱਕ ਤਸਮੇਨੀ ਇੱਕ ਬਹੁਤ ਅੱਛੀ ਆਪਸ਼ਨ ਹੈ ਕਿਉਂਕਿ ਉੱਥੇ ਤੁਹਾਨੂੰ ਈਜ਼ੀਲੀ ਕੁੱਕ ਦੀ, ਸ਼ੈਫ ਦੀ, ਰੈਸਟੋਰੈਂਟ ਮੈਨੇਜਰ ਦੀ, ਹੋਟਲ ਮੈਨੇਜਰ ਦੀ ਜੋਬਸ ਅਵੇਲੇਬਲ ਮਿਲ ਜਾਂਦੀਆਂ। ਜੀ ਜੀ ਅਗੇਨ ਜਿਹੜਾ ਤੁਸੀਂ ਹੁਣ ਆਪਾਂ ਗੱਲ ਕਰ ਰਹੇ ਸੀ ਅੱਗੇ ਕਿ ਮਾਰਕੀਟ ਦੇ ਵਿੱਚ ਜਿਹੜਾ ਰੋਲਾ ਹੈ, 31 ਜੁਲਾਈ 2017 ਤੇ ਜਿਹੜੀ ਆਪਾਂ 2 ਈਅਰ ਵਾਲੀ ਸਟੱਡੀ ਫਿਲਹਾਲ ਲਾਗੂ ਨਹੀਂ ਹੈ, ਰਾਈਟ। ਜੇ ਤੁਸੀਂ 31 ਜੁਲਾਈ ਤੋਂ ਪਹਿਲਾਂ ਐਨਰੋਲ ਕਰ ਲਉਂਗੇ ਤੁਹਾਨੂੰ 1 ਸਾਲ ਹੀ, ਲੈਟ ਸੇ ਤੁਸੀਂ 1 ਸਾਲ ਇੱਥੇ ਪੜ੍ਹ ਚੁੱਕੇ ਹੋ, 1 ਸਾਲ ਉੱਥੇ ਹੋਰ ਪੜ੍ਹ ਲਓ, ਮਾਸਟਰਸ ਆਫ ਜੈਸੇ ਅਕਾਊਂਟਿੰਗ ਤੁਸੀਂ ਕੰਪਲੀਟ ਕਰ ਲਈ, ਦੈਟਸ ਫਾਈਨ, ਰਾਈਟ। ਇਹ ਰੋਹਿਤ ਜੀ ਤੁਹਾਡੇ ਲਈ ਹੈ, ਪਿਛਲੀ ਵਾਰ ਤੁਸੀਂ ਪੁੱਛ ਰਹੇ ਸੀਗੇ ਕਿ ਵੈਬਸਾਈਟ ਕੁਝ ਹੋਰ ਕਹਿ ਰਹੀ ਹੈ ਤੇ ਤੁਸੀਂ ਕੁਝ ਹੋਰ ਕਹਿ ਰਹੇ ਹੋ, ਤੇ ਤੁਹਾਨੂੰ ਮੈਂ ਆਖਿਆ ਵੀ ਸੀਗਾ ਤੁਸੀਂ ਪਰਸਨਲੀ ਮਿਲ ਸਕਦੇ ਹੋ, ਤੇ ਜੇ ਤੁਸੀਂ ਹੁਣ ਵੀ ਇੱਥੇ ਪੜ੍ਹ ਰਹੇ ਹੋ ਤੇ ਤੁਸੀਂ ਅਗਲੀ ਕੋਰਸ ਕੰਪਲੀਸ਼ਨ ਅਗਰ ਤੁਸੀਂ ਯੂਨੀਵਰਸਿਟੀ 'ਚ ਉੱਥੇ ਕਰਦੇ ਹੋ ਮੋਰ ਦੈਨ 1 ਈਅਰ ਕੋਰਸ, ਤੇ ਯੂ ਆਰ ਐਲੀਜੀਬਲ ਫੋਰ ਦੀ ਲੋਕਲ ਸਟੇਟ ਨੋਮੀਨੇਸ਼ਨ। ਯੈਸ, 31 ਜੁਲਾਈ ਤੋਂ, ਇਟਸ ਓਨਲੀ 190 ਫਾਰ 489 ਵੀਜ਼ਾਸ, ਆਪਾਂ ਜਿਹੜੀ ਆਪਾਂ ਗੱਲ ਕੀਤੀ ਹੈ, ਉਸ ਤੋਂ ਬਾਅਦ ਵੀ ਚਾਹੇ ਡੇਟ ਲੰਘ ਜਾਏ ਸਿਰਫ 1 ਸਾਲ ਦੀ ਤੁਹਾਨੂੰ ਪੜ੍ਹਾਈ ਹੋਣੀ ਚਾਹੀਦੀ ਹੈ, ਨਾ ਕਿ 2 ਸਾਲ ਦੀ, ਰਾਈਟ। ਓਕੇ, ਫੁੱਲ ਟਾਈਮ ਜਿਹੜੀ ਤੁਹਾਡੀ ਸਟੱਡੀ ਫਾਰ 40 ਵੀਕਸ, ਜਿਹੜੀ ਹੁਣ ਆਪਾਂ 489 ਜੋ ਅੱਜ ਕੱਲ੍ਹ ਚੱਲ ਰਿਹਾ, ਰਾਈਟ, ਔਰ ਤੁਸੀਂ ਨਾਲ 12 ਮਹੀਨੇ ਉੱਥੇ ਰਹੇ ਹੋਣੇ ਚਾਹੀਦੇ ਤਾਂ ਤੁਸੀਂ ਉਹ ਕਲੇਮ ਕਰ ਸਕਦੇ ਹੋ। ਇੱਕ ਹੋਰ ਗੱਲ, ਜਿਹੜੀ ਹੁਣ ਐਪਲੀਕੇਸ਼ਨਸ, ਕਿਉਂਕਿ ਆ ਚੇਂਜਿਸ ਆਈਆਂ, ਜਿਹੜੀ ਐਪਲੀਕੇਸ਼ਨਸ ਆਲਰੇਡੀ ਲੋਸਟ ਹੋ ਚੁੱਕੀਆਂ ਸਟੇਟ ਨੋਮੀਨੇਸ਼ਨ, ਕਿਉਂਕਿ ਡਿਪੈਂਡਿੰਗ ਔਨ ਸਟੇਟ ਨੋਮੀਨੇਸ਼ਨ 1 ਮਹੀਨੇ ਤੱਕ ਦਾ ਟਾਈਮ ਕਿਵਰੀ ਉਹ ਲੈ ਲੈਂਦੇ ਹੋ, ਕੋਈ ਇਫੈਕਟ ਨਹੀਂ ਹੋਊਗਾ ਉਹਨਾਂ ਦੇ, ਦੇ ਆਰ ਨੋਟ ਅਫੈਕਟਿਡ ਜਿਹੜੀ ਆਲਰੇਡੀ ਲੋਸਟ, ਰਾਈਟ। ਜੇ ਆਪਾਂ ਹੁਣ ਸਬ ਕਲਾਸ 190 ਜਿਹੜਾ ਕਿ ਪਰਮਾਨੈਂਟ, ਜਿਹਦੇ ਵਾਸਤੇ 5 ਪੁਆਇੰਟਸ ਆਪਾਂ ਨੂੰ ਸਟੇਟ ਦਿੰਦੀ ਹੈ, ਪਰਮਾਨੈਂਟ ਵੀਜ਼ਾ ਹੁੰਦਾ, ਉਹਦੀ ਆਪਾਂ ਗੱਲ ਕਰੀਏ ਤਾਂ ਉਹਦੇ 3 ਤਰੀਕੇ ਨੇ। ਫਸਟ ਇਜ਼ ਜਿਹੜਾ ਤਸਮਾਨੀਆ ਗ੍ਰੈਜੂਏਟ, ਉਹ ਆਪਾਂ ਗੱਲ ਕਰ ਚੁੱਕੇ ਹਾਂ ਵੀ 31 ਜੁਲਾਈ ਤੋਂ ਪਹਿਲਾਂ 12 ਮਹੀਨੇ, ਉਸ ਤੋਂ ਬਾਅਦ 2 ਸਾਲ ਹੋ ਜਾਣੀ ਹੈ, ਰਾਈਟ। ਉਸ ਤੋਂ ਬਾਅਦ ਜੋਬ ਆਫਰ, ਜੋਬ ਆਫਰ ਜਿੱਦਾਂ ਆਪਣਾ ਗੁਰਜੋਤ ਭਾਅ ਜੀ ਤੁਸੀਂ ਪਹਿਲਾਂ ਗੱਲ ਕੀਤੀ ਸੀ, ਜੋਬ ਆਫਰ ਜਿਹੜਾ ਹੈ ਤੁਹਾਡੀ ਜਿਹੜੀ ਤੁਸੀਂ ਸਕਿੱਲ ਅਸੈਸਮੈਂਟ ਕਰਾਈ ਹੈ ਇਨ ਲਾਈਨ ਵਿਦ, ਜੈਸ ਅਕਾਊਂਟੈਂਟ ਹੈ ਇਨ ਲਾਈਨ ਵਿਦ, ਤੁਹਾਨੂੰ ਅਕਾਊਂਟਿੰਗ ਦੀ ਜੋਬ ਹੀ ਲੈਣੀ ਪਊਗੀ ਕਿਉਂਕਿ ਇਟਸ ਅ ਪਰਮਾਨੈਂਟ ਵੀਜ਼ਾ, ਇਸ ਕਰਕੇ ਥੋੜ੍ਹਾ ਸਟ੍ਰਿਕਟ ਨੇ ਇਸ ਬਾਰੇ। ਅਤੇ 1 ਤੀਸਰੀ, ਓਵਰਸੀਜ਼ ਜਿਹੜੀ ਐਪਲੀਕੈਂਟਸ ਵਾਸਤੇ, ਉਹ ਮਸਟ ਬੀ ਓਵਰਸੀਜ਼, ਜੇ ਆਸਟ੍ਰੇਲੀਆ 'ਚ ਕਿਤੇ ਹੋਰ ਆ ਕੇ 12 ਮਹੀਨੇ ਕਿਤੇ ਰਹੇ ਆ, ਉਹ ਇਸ ਵਾਸਤੇ ਐਲੀਜੀਬਲ ਨਹੀਂ ਹੋਣਗੇ, ਜੋਬ ਆਫਰ ਉਹਨਾਂ ਦੇ ਓਕੂਪੇਸ਼ਨ ਦੇ ਵਿੱਚ ਹੀ ਉਹਨਾਂ ਨੂੰ ਚਾਹੀਦਾ ਹੋਏਗਾ। ਅਤੇ ਜੇ ਆਪਾਂ ਹੁਣ ਗੱਲ ਕਰੀਏ ਤਸਮਾਨੀਆ ਦੀ ਸਕਿੱਲ ਓਕੂਪੇਸ਼ਨ ਲਿਸਟ ਜੋ ਕਿ ਉਹਨਾਂ ਨੇ ਰਿਲੀਜ਼ ਕੀਤੀ ਹੈ, ਜੇ ਤੁਹਾਡਾ ਓਕੂਪੇਸ਼ਨ ਤਸਮਾਨੀਆ ਦੀ ਲਿਸਟ ਦੇ ਉੱਤੇ ਹੈਗਾ ਤਾਂ ਤੁਹਾਨੂੰ ਪ੍ਰਾਇਓਰਟੀ ਪ੍ਰੋਸੈਸਿੰਗ ਮਿਲੇਗੀ, ਵਿੱਚ ਮੀਨਸ ਕਿ ਬੜੀ ਕੁਇਕਲੀ ਤੁਹਾਡੀ ਪ੍ਰੋਸੈਸ ਕਰ ਦੇਣਗੇ ਐਪਲੀਕੇਸ਼ਨ। ਇਹਦੇ ਵਿੱਚ ਆਪਾਂ ਦੇਖੀ ਜਾਏ ਤਾਂ ਬੇਸਿਕਲੀ ਐਗਰੀਕਲਚਰ ਰਿਲੇਟਿਡ, ਕਿਉਂਕਿ ਰੀਜਨਲ ਏਰੀਆ, ਐਗਰੀਕਲਚਰ ਰਿਲੇਟਿਡ ਆਲਮੋਸਟ ਸਾਰੇ ਓਕੂਪੇਸ਼ਨਸ ਹੈਗੇ ਆ, ਕਿਉਂਕਿ ਅਗਰ ਆਪਾਂ ਗੱਲ ਕਰੀਏ ਤਾਂ ਹੋਬਾਰਟ ਦੇ ਆਸ ਪਾਸ ਹੀ 3 ਕਿਲੋਮੀਟਰ ਤੋਂ ਬਾਅਦ ਏਰੀਆ ਮੋਰਨਿੰਗਟਨ ਬੈਲਸੋਲਾ ਹੈ, ਸਾਰੇ ਏਰੀਆਜ਼ ਹੈ, ਸਾਰੇ ਵਿਨਯਾਰਡਸ ਹੈ, ਵੱਡੇ ਵੱਡੇ ਐਗਰੀਕਲਚਰ ਫਾਰਮਸ ਹੈ, ਖਾਸ ਕਰਕੇ ਆਪਾਂ ਜਿਵੇਂ ਨੌਰਥ ਨੂੰ ਜਾਂਦੇ ਹਾਂ, ਲੌਨਸੈਸਟਨ ਹੋ ਗਿਆ, ਬਰਨੀ, ਡੈਵਨਪੋਰਟ, ਸਾਰਾ ਏਰੀਆ ਐਗਰੀਕਲਚਰ ਫਾਰਮਿੰਗ ਦਾ ਹੈ।
ਬਹੁਤ ਸਾਰੇ 60 ਇਟਾਲੀਅਨ ਗ੍ਰੀਕ ਫੈਮਿਲੀਜ਼ ਉੱਥੇ ਆ ਕੇ ਵਸੀਆਂ ਜਿਨ੍ਹਾਂ ਨੇ ਐਗਰੀਕਲਚਰ ਨੂੰ ਆਪਣਾ ਮੇਨ ਸੋਰਸ ਆਫ ਇਨਕਮ ਬਣਾਇਆ ਅਤੇ ਖਾਸ ਕਰਕੇ ਤਸਮੇਨੀਅਨ ਵਾਈਨ ਵਰਲਡ ਵਾਈਡ ਨੂੰ ਜਾਣੀ ਜਾਂਦੀ ਹੈ ਆਪਣੀ ਕੁਆਲਿਟੀ ਲਈ ਅਤੇ ਐਗਰੀਕਲਚਰ ਅਤੇ ਜਿੰਨੇ ਵੀ ਸਟੂਡੈਂਟਸ ਆ ਉਹਨਾਂ ਲਈ ਬੜੀ ਵਧੀਆ ਓਪਰਚੁਨਿਟੀ ਹੈ ਆਪਣੇ ਆਪ ਆਪਣੀ ਪੀ ਆਰ ਹਾਸਲ ਕਰਨ ਲਈ ਤਸਮੇਨੀਅਨ ਨੋਮੀਨੇਸ਼ਨ ਲੈ ਰਹੇ ਜੀ ਜੀ ਅਤੇ ਜੇ ਆਪਾਂ ਗੱਲ ਕਰੀਏ ਤਾਂ ਕੈਫੇ ਰੈਸਟੋਰੈਂਟ ਮੈਨੇਜਰ ਹੋਟਲ ਮੋਟਲ ਮੈਨੇਜਰ ਇਹ ਓਕੂਪੇਸ਼ਨਸ ਵੀ ਤਸਮਾਨੀਆ ਦੀ ਲਿਸਟ ਦੇ ਉੱਤੇ ਹੈਗੇ ਆ ਉਸ ਤੋਂ ਬਾਅਦ ਜੇ ਇੰਜੀਨੀਅਰਿੰਗ ਦੀ ਗੱਲ ਕਰੀਏ ਸਿਵਿਲ ਇੰਜੀਨੀਅਰ ਟਰਾਂਸਪੋਰਟ ਇੰਜੀਨੀਅਰ ਇਲੈਕਟ੍ਰੀਕਲ ਮਕੈਨੀਕਲ ਇੰਜੀਨੀਅਰਸ ਇੰਜੀਨੀਅਰਿੰਗ ਟੈਕਨੋਲੋਜਿਸਟ ਅਤੇ ਇੰਜੀਨੀਅਰਿੰਗ ਮੈਨੇਜਰ ਇਹ ਉਹਨਾਂ ਦੀ ਟੀ ਸੋਲ ਲਿਸਟ 'ਤੇ ਹੈ ਵਿਚ ਮੀਨਸ ਕਿ ਪ੍ਰਾਇਓਰਟੀ ਪ੍ਰੋਸੈਸਿੰਗ ਹੋਏਗੀ ਐਪਲੀਕੇਸ਼ਨ ਦੀ ਬਾਕੀ ਨਰਸਿਸ ਤਾਂ ਹਰ ਜਗ੍ਹਾ ਡਿਮਾਂਡ 'ਚ ਹੈ ਹੀ ਹੈ ਨੇ ਉਹਨਾਂ ਦਾ ਗੱਲ ਕਰਨ ਦਾ ਫਾਇਦਾ ਨਹੀਂ ਜੇ ਆਪਾਂ ਗੱਲ ਕਰੀਏ ਆਈ ਟੀ ਦੀ ਸਿਸਟਮ ਐਨਾਲਿਸਟ ਪ੍ਰੋਗਰਾਮਰ ਸੋਫਟਵੇਅਰ ਇੰਜੀਨੀਅਰ ਇਹ ਉਹਨਾਂ ਦੀ ਲਿਸਟ ਦੇ ਉੱਤੇ ਨੇ ਉਸ ਤੋਂ ਇਲਾਵਾ ਜੇ ਆਪਾਂ ਟ੍ਰੇਡ ਦੀ ਗੱਲ ਕਰੀਏ ਤਾਂ ਮੋਟਰ ਮਕੈਨਿਕ ਇਲੈਕਟ੍ਰੀਸ਼ੀਅਨ ਵੈਲਡਰ ਕਾਰਪੈਂਟਰ ਸ਼ੈਫ ਦੇਖਿਆ ਜਾਏ ਤਾਂ ਹਰ ਚੀਜ਼ ਦੀ ਸ਼ਾਰਟੇਜ ਹੈ ਉੱਥੇ ਕਿਉਂਕਿ ਨੋਰਮਲੀ ਕੋਈ ਐਵਰੇਜ ਆਸਟ੍ਰੇਲੀਆ ਉੱਥੇ ਜਾ ਕੇ ਰਹਿਣਾ ਨਹੀਂ ਚਾਹੁੰਦਾ ਕੋਈ ਸਟੂਡੈਂਟ ਰਹਿਣਾ ਨਹੀਂ ਚਾਹੁੰਦਾ ਇੱਕ ਮੰਚ ਬਹੁਤ ਵੱਡਾ ਭਰਮ ਹੈ ਕਿ ਉੱਥੇ ਕੰਮ ਨਹੀਂ ਹੈ ਲੇਕਿਨ ਦੋਸਤੋ ਜਿਹੜੇ ਵੀ ਸ਼ੋਅ ਦੇਖ ਰਹੇ ਹੋ ਮੈਂ ਆਪਣਾ ਬਿਜ਼ਨਸ ਉੱਥੋਂ ਸ਼ੁਰੂ ਕੀਤਾ ਪਹਿਲਾਂ ਆਪਣਾ ਕੰਮ ਉੱਥੋਂ ਸ਼ੁਰੂ ਕੀਤਾ ਆਪਣੀ ਗ੍ਰੈਜੂਏਸ਼ਨ ਉੱਤੇ ਅਗਰ ਤੁਸੀਂ ਸੇਵਿੰਗਸ ਵੀ ਦੇਖ ਰਹੇ ਹੋ ਲਾਈਫ ਸਟਾਈਲ ਲਈ ਕੁਆਲਿਟੀ ਐਜੂਕੇਸ਼ਨ ਵੀ ਦੇਖ ਰਹੇ ਹੋ ਅਤੇ ਇੱਕ ਸੇਫ ਇਨਵਾਇਰਮੈਂਟ ਦੇਖ ਰਹੇ ਹੋ ਤਾਂ ਮੇਰੇ ਹਿਸਾਬ ਨਾਲ ਤਸਮੇਨੀਆ ਤੋਂ ਵਧੀਆ ਕੋਈ ਜਗ੍ਹਾ ਆਸਟ੍ਰੇਲੀਆ 'ਚ ਹੈ ਨਹੀਂ ਨਾਲੇ ਰਹੀ ਗੱਲ ਇਹ ਮੈਲਬਨ ਤੋਂ ਕੋਈ ਦੂਰ ਨਹੀਂ ਹੈ ਬਰਨੀ ਤੋਂ ਤੁਹਾਡਾ ਸ਼ਿਪ ਆਉਂਦਾ ਅਤੇ ਸਪਿਰਿਟ ਆਫ ਤਸਮੇਨੀਆ 8 ਘੰਟੇ ਦੇ ਅੰਦਰ ਤੁਸੀਂ ਆਪਣੀ ਗੱਡੀ ਸਮੇਤ ਇੱਥੇ ਜਦ ਮਰਜ਼ੀ ਮੂਵ ਹੋ ਸਕਦੇ ਹੋ ਅਤੇ 1 ਘੰਟੇ ਦੀ ਫਲਾਈਟ ਹੈ ਸਿਰਫ ਇੱਥੋਂ ਮੈਲਬਨ ਤੋਂ ਜੀ ਇਸ ਤੋਂ ਇਲਾਵਾ ਕੁਛ ਜਿੱਦਾਂ ਐਨਰੋਲਡ ਨਰਸ ਇਹ ਤਸਮਾਨੀਆ ਦੀ ਲਿਸਟ ਦੇ ਉੱਤੇ ਹੈ ਬਹੁਤ ਜ਼ਿਆਦਾ ਸ਼ਾਰਟੇਜ ਹੈ ਉੱਥੇ ਖਾਸ ਕਰਕੇ ਰੂਰਲ ਏਰੀਆ 'ਚ ਹੈਲਥ ਪ੍ਰੋਫੈਸ਼ਨਲ ਹੈ ਹੀ ਨਹੀਂ ਉੱਥੇ ਕਿਉਂਕਿ ਈਜ਼ੀਲੀ ਲੋਕ ਮਾਈਗ੍ਰੇਟ ਨਹੀਂ ਕਰਦੇ ਸਭ ਤੋਂ ਜ਼ਿਆਦਾ ਵਸੋਂ ਹੀ ਹੋਬਾਰਟ ਦੇ ਅੰਦਰ ਹੈ ਅਤੇ ਜਿਵੇਂ ਜਿਵੇਂ ਆਪਾਂ ਉੱਪਰ ਜਾ ਰਹੇ ਛੋਟੇ ਸ਼ਹਿਰਾਂ 'ਚ ਉੱਥੇ ਆਬਾਦੀ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਬਹੁਤ ਸ਼ਾਰਟੇਜ ਹਰ ਵਕਤ ਹੈਲਥ ਪ੍ਰੋਫੈਸ਼ਨਲ ਅਤੇ ਉਹਨਾਂ ਨੂੰ ਫਾਇਦਾ ਜਿਹਨਾਂ ਡਿਪਲੋਮਾ ਆਫ ਨਰਸਿੰਗ ਕੀਤਾ ਹੈ ਬਹੁਤ ਫਾਇਦਾ ਅਤੇ ਉਹਨਾਂ ਲਈ ਫਾਇਦਾ ਹੈ ਕਿਉਂਕਿ ਤਸਮਾਨੀਆ 'ਚ ਉਹਨਾਂ ਦੀ ਸਪੋਂਸਰ ਖਾਸ ਕਰਕੇ ਆਪਣੇ ਪੰਜਾਬੀ ਭੈਣਾਂ ਲਈ ਕਿਉਂਕਿ ਨਰਸਿੰਗ ਇੱਕ ਬੜਾ ਪਾਪੂਲਰ ਆਕੂਪੇਸ਼ਨ ਹੈ ਸਾਡੇ ਪੰਜਾਬ ਏਰੀਆ 'ਤੇ ਖਾਸ ਕਰਕੇ ਉਸ ਤੋਂ ਬਾਅਦ ਕੇਰਲਾ ਏਰੀਆ 'ਚ ਅਤੇ ਜਿਹੜੇ ਇੱਥੇ ਆ ਕੇ ਅੱਗੇ ਬੈਚਲਰਸ ਡਿਗਰੀ ਚਾਹੇ ਉਹ ਹੈਲਥ ਸਾਇੰਸਿਸ ਪੜ੍ਹ ਰਹੇ ਹੈ ਚਾਹੇ ਅੱਗੇ ਨਰਸਿੰਗ ਪੜ੍ਹ ਰਹੇ ਹੈ ਕੁਛ ਅਗਰ ਉਹਨਾਂ ਤੁਸੀਂ ਡਿਪਲੋਮਾ ਆਫ ਨਰਸਿੰਗ ਕੀਤਾ ਅਤੇ ਤੁਸੀਂ ਅਸੈਸਮੈਂਟ ਕਰਾ ਸਕਦੇ ਪੋਜ਼ਿਟਿਵ ਅਸੈਸਮੈਂਟ ਆਉਂਦੀ ਹੈ ਅਤੇ ਤਸਮੇਨੀਆ ਤੁਹਾਡੇ ਈਜ਼ੀ ਹੈ ਤੁਹਾਨੂੰ ਪੀ ਆਰ ਹੈਲਪ ਕਰਨ 'ਚ ਨਾਲ ਦੀ ਨਾਲ ਇੱਕ ਵਧੀਆ ਓਪਰਚੁਨਿਟੀ ਦਿੰਦਾ ਕਿਉਂਕਿ ਅਗਰ ਤੁਸੀਂ ਦੇਖੋਗੇ ਇੱਕ ਨਰਸਿੰਗ ਪ੍ਰੋਫੈਸ਼ਨਲ ਲਈ ਤਸਮੇਨੀਆ ਬਹੁਤ ਹਾਈ ਲੈਵਲ ਦੀ ਤੁਹਾਨੂੰ ਸੈਲਰੀ ਸਟਰਕਚਰ ਆਫਰ ਕਰਦਾ ਜੀ ਜੀ ਇਸ ਤੋਂ ਇਲਾਵਾ ਇੱਕ ਥੋੜ੍ਹੀ ਜਿਹੀ ਆਪਾਂ ਦਿੰਦੇ ਹਾਂ ਅਬਾਊਟ ਜਿਹੜੀ ਏ ਸੀ ਟੀ ਕੈਨਬਰਾ ਦੀ ਜਿਹੜੀ ਲਿਸਟ ਉਹਨਾਂ ਨੇ 5 ਜੁਲਾਈ ਨੂੰ ਲਿਸਟ ਆਪਦੀ ਇੱਕ ਨਵੀਂ ਰਿਲੀਜ਼ ਕੀਤੀ ਹੈ ਅਤੇ 10 ਜੁਲਾਈ ਤੋਂ ਆਲਰੇਡੀ ਜਿਹੜੀ ਆ ਉਹਨਾਂ ਦੀ ਨੋਮੀਨੇਸ਼ਨਸ ਓਪਨ ਹੋ ਚੁੱਕੀਆਂ ਜਿਹੜੀ ਏ ਸੀ ਟੀ ਦੀ ਓਕੂਪੇਸ਼ਨ ਲਿਸਟ ਹੈ ਇਹ ਸਿਰਫ 190 ਵੀਜ਼ਾ 489 'ਚ ਪਾਰਟੀਸਪੇਟ ਨਹੀਂ ਕਰਦਾ ਕੈਨਬਰਾ ਏ ਸੀ ਟੀ ਸੋ ਓਨਲੀ 190 ਵੀਜ਼ਾ ਪਰਮਾਨੈਂਟ ਵੀਜ਼ਾ ਇਸ ਕਰਕੇ ਉਹਨਾਂ ਦੀ ਜਿਹੜੀ ਲਿਸਟ ਹੈ ਉਹ ਵੀ ਕਾਫੀ ਛੋਟੀ ਹੈ ਉਹਨਾਂ ਦੀ ਲਿਸਟ 'ਤੇ ਜੋ ਤੁਸੀਂ ਧਿਆਨ ਮਾਰੋ ਉਹ 'ਚ ਕਾਫੀ ਓਕੂਪੇਸ਼ਨ ਹੈ ਜਿਹੜੇ ਕਿ ਓਪਨ ਐਂਡ ਕਲੋਜ਼ਡ ਲਿਖਿਆ ਹੋਇਆ ਜੇ ਓਕੂਪੇਸ਼ਨ ਓਪਨ ਹੈ ਇਟ ਮੀਨਸ ਉਹ ਐਲੀਜੀਬਲ ਉਹਨਾਂ ਦੀ ਪ੍ਰਾਇਰਟੀ ਲਿਸਟ 'ਤੇ ਹੈ ਐਲੀਜੀਬਲ ਫਾਰ ਨੋਮੀਨੇਸ਼ਨ ਜੇ ਕਲੋਜ਼ਡ ਓਕੂਪੇਸ਼ਨ ਹੈ ਮੈਨੀ ਓਕੂਪੇਸ਼ਨ ਆਪਾਂ ਬਾਅਦ 'ਚ ਦੱਸਾਂਗੇ ਜਿਹੜੇ ਮੇਨ ਕਲੋਜ਼ ਨੇ ਉਹਦੇ ਵਾਸਤੇ ਜੇ ਤੁਸੀਂ ਕੈਨਬਰਾ 'ਚ ਰਹਿ ਰਹੇ ਹੋ ਤੁਸੀਂ ਉੱਥੇ ਰਹਿੰਦੇ ਹੋਣੇ ਚਾਹੀਦੇ ਹਾਂ ਪਲੱਸ ਵਰਕਿੰਗ ਕਰਦੇ ਹੋਣੇ ਚਾਹੀਦੇ ਉਸ ਫੀਲਡ 'ਚ ਐਟਲੀਸਟ ਲਾਈਕ 3 ਮੰਥਸ ਜੇ ਓਵਰਸੀਜ਼ ਤੁਸੀਂ ਹੋ ਤਾਂ ਫਿਰ ਜੋਬ ਆਫਰ ਤੁਹਾਨੂੰ ਹੋਣਾ ਚਾਹੀਦਾ ਜਾਂ ਫਿਰ ਇੱਕ ਫੈਮਿਲੀ ਤੁਹਾਡੀ ਉੱਥੇ ਕਲੋਜ਼ ਫੈਮਿਲੀ ਰਾਈਟ ਇੱਥੇ ਜਿੱਦਾਂ ਸਟੈਪ ਸਨ ਜਾਂ ਸਟੈਪ ਫਾਦਰ ਇਹ ਚੱਲ ਸਕਦਾ ਬਟ ਕਜ਼ਨਸ ਵਾਸਤੇ ਪ੍ਰੋਵੀਜ਼ਨ ਨਹੀਂ ਹੈ ਅਤੇ ਇਸ ਤੋਂ ਇਲਾਵਾ ਇੱਕ ਸਟ੍ਰੀਮ ਲਾਈਨਡ ਪੀ ਐੱਚ ਡੀ ਉਹਨਾਂ ਨੇ ਪ੍ਰਮੋਟ ਕਰਨ ਵਾਸਤੇ ਇੱਕ ਹੁੰਗਾਰਾ ਦੇਣ ਵਾਸਤੇ ਉਹਨਾਂ ਨੇ ਜਿੱਦਾਂ ਕਿ ਜੇ ਤੁਸੀਂ ਉੱਥੋਂ ਪੀ ਐੱਚ ਡੀ ਕੀਤੀ ਹੈ ਤਾਂ ਉਹ ਈਵਨ ਕਿ ਸਟੇਟ ਨੋਮੀਨੇਸ਼ਨ ਦੀ ਫੀਸ ਵੀ ਨਹੀਂ ਲੈਂਦੇ ਅਤੇ ਤੁਹਾਡਾ ਓਕੂਪੇਸ਼ਨ ਜਿਹੜਾ ਹੈ ਉਹ ਉਹਨਾਂ ਦੀ ਲਿਸਟ 'ਤੇ ਹੋਣਾ ਵੀ ਜ਼ਰੂਰੀ ਨਹੀਂ ਹੈ ਅੱਛਾ ਜੀ 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 ਅਤੇ ਏ ਸੀ ਟੀ ਯੂਜਲੀ ਜਿਹੜੇ ਉਹ 2 ਸਾਲ ਆਸਟ੍ਰੇਲੀਆ 'ਚ ਕਿਤੇ ਹੋਰ ਰਹਿ ਚੁੱਕੇ ਆ ਉਹਨਾਂ ਨੂੰ ਨੋਮੀਨੇਸ਼ਨ ਨਹੀਂ ਦਿੰਦਾ ਪਰ ਪੀ ਐੱਚ ਡੀ ਹੋਲਡਰਸ ਵਾਸਤੇ ਜਿਹਨਾਂ ਨੇ ਉੱਥੋਂ ਕੀਤੀ ਹੈ ਤਾਂ ਹੁਣ ਕਿਤੇ ਆਸਟ੍ਰੇਲੀਆ ਜਾਂ ਓਵਰਸੀਜ਼ ਰਹਿ ਰਹੇ ਆ ਉਹ ਸਟਿਲ ਵਿਦਇਨ 2 ਈਅਰਸ ਜਿਨ੍ਹਾਂ ਨੇ ਕੀਤੀ ਹੈ ਉਹ ਹਜੇ ਵੀ ਅਪਲਾਈ ਕਰ ਸਕਦੇ ਆ ਅਤੇ ਜੇ ਆਪਾਂ ਨੋਮੀਨੇਸ਼ਨ ਕ੍ਰਾਈਟੇਰੀਆ ਦੀ ਗੱਲ ਕਰ ਦਈਏ ਉਹਨਾਂ ਨੇ ਲਿਖਿਆ ਕਿ ਮਸਟ ਕੈਨਬਰਾ 'ਚ ਹੀ ਰਹਿੰਦੇ ਹੋਣੇ ਚਾਹੀਦੇ ਆ ਜੇ ਆਸਟ੍ਰੇਲੀਆ 'ਚ ਹੈ ਜੇ ਕੈਨਬਰਾ 'ਚ ਹੈ ਐਨੀ ਓਕੂਪੇਸ਼ਨ ਜਿਹੜਾ ਕਿ ਐੱਮ ਐੱਲ ਟੀ ਲਿਸਟ ਜਾਂ ਐੱਸ ਟੀ ਸੋਲ ਲਿਸਟ ਤੇ ਹੈਗਾ ਉਹ ਨੋਮੀਨੇਟ ਕਰ ਸਕਦੇ ਆ ਇਫ ਓਵਰਸੀਜ਼ ਜਾਂ ਤਾਂ ਉਹਨਾਂ ਦਾ ਓਪਨ ਯਾਨੀ ਕਿ ਓਕੂਪੇਸ਼ਨ ਲਿਸਟ ਹੋਣਾ ਚਾਹੀਦਾ ਜਾਂ ਫਿਰ ਕਲੋਜ਼ ਫੈਮਿਲੀ ਹੋਣੀ ਚਾਹੀਦੀ ਆ ਜੇ ਆਪਾਂ ਗੱਲ ਕਰੀਏ ਓਪਨ ਜਿਹੜੇ ਕਿ ਲਿਸਟ ਦੇ ਉੱਤੇ ਹੈਗੇ ਓਪਨ ਓਕੂਪੇਸ਼ਨ ਉਹ 'ਚ ਜਿੱਦਾਂ ਪ੍ਰਿੰਟ ਜਰਨਲਿਸਟ ਆਰਕੀਟੈਕਟ ਲੈਂਡਸਕੇਪ ਆਰਕੀਟੈਕਟ ਗ੍ਰਾਫਿਕ ਡਿਜ਼ਾਇਨਰ ਸਿਵਿਲ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਮਕੈਨੀਕਲ ਇੰਜੀਨੀਅਰਸ ਨਰਸਿੰਗ ਸੋਸ਼ਲ ਵਰਕਰ ਮੋਟਰ ਮਕੈਨਿਕ ਡੀਜ਼ਲ ਸ਼ੈਫ ਹੇਅਰ ਡਰੈਸਰ ਇਹ ਜਿਹਨੇ ਵੀ ਓਪਨ ਓਕੂਪੇਸ਼ਨਸ ਹੈਗੇ ਕਲੋਜ਼ 'ਚ ਆਪਾਂ ਗੱਲ ਕਰੀਏ ਤਾਂ ਹਿਊਮਨ ਰਿਸੋਰਸ ਮੈਨੇਜਮੈਂਟ
ਰੈਸਟੋਰੈਂਟ, ਕੈਫੇ ਰੈਸਟੋਰੈਂਟ, ਹੋਟਲ, ਮੋਟਲ ਮੈਨੇਜਰ, ਸਰਵਿਸ ਮੈਨੇਜਰ, ਅਕਾਊਂਟੈਂਟ, ਐਂਡ ਉਸ ਤੋਂ ਬਾਅਦ ਜਿਹੜੇ ਮੇਨ ਮੇਨ ਹੈਗੇ ਆ ਆਈ ਟੀ ਵਾਸਤੇ ਆਲਮੋਸਟ ਸਾਰੇ ਬਿਜ਼ਨਸ ਐਨਲਿਸਟ, ਸਿਸਟਮ ਐਨਲਿਸਟ, ਸੋਫਟਵੇਅਰ ਟੈਸਟਰਸ, ਆਲ ਦੋਜ਼ ਓਕੂਪੇਸ਼ਨ, ਬੇਕਰ, ਕੁੱਕ, ਪੇਸਟਰੀ ਕੁੱਕ, ਇਹ ਸਾਰੇ ਕਲੋਜ਼ਡ ਹੈ, ਸੋ ਆਲ ਓਕੂਪੇਸ਼ਨਸ ਆਰ ਅਵੇਲੇਬਲ। ਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਨਵਨੀਤ ਭਾਅ ਜੀ ਤੁਹਾਡਾ। ਅਤੇ ਹੁਣ ਆਪਾਂ ਓਬਵੀਅਸਲੀ ਆਏ ਹਾਂ ਅਤੇ ਹੁਣ ਕੈਨੇਡਾ ਦੀ ਵੀ ਜੀ ਗੱਲ ਹੋਣੀ ਚਾਹੀਦੀ ਹੈ। ਭਾਅ ਜੀ ਕੈਨੇਡਾ ਦੀ ਇਨਟੇਕ ਕਦੋਂ ਕੁ ਓਪਨ ਆ, ਆਪਾਂ ਥੋੜ੍ਹਾ ਜਿਹਾ ਬਾਰੇ ਸਪਟੈਂਬਰ ਦੀ ਇਨਟੇਕ ਤਾਂ ਆਲਰੇਡੀ ਕਲੋਜ਼ ਹੋ ਚੁੱਕੀ ਹੈ, ਲੇਕਿਨ ਕਾਫੀ ਸਾਰੇ ਜਿਹੜੇ ਕਾਲਜਸ ਹੈ ਜਨਵਰੀ ਇਨਟੇਕ ਲਈ ਐਪਲੀਕੇਸ਼ਨਸ ਅਸੈਪਟ ਕਰਨੀ ਸ਼ੁਰੂ ਕਰਤੀਆਂ ਹੋਈਆਂ। ਓਕੇ, ਅਰਾਊਂਡ 8-9 ਕਾਲਜਸ ਹੈ, ਟੋਰੋਂਟੋ ਦੇ ਵੀ ਹੈ, ਵੈਂਕੂਵਰ ਦੇ ਵੀ ਕਾਲਜਸ ਹੈ, ਜਿਨ੍ਹਾਂ ਨੇ ਸਟੂਡੈਂਟ ਲੈਣੇ ਸ਼ੁਰੂ ਕਰਤੇ। ਜਿਵੇਂ ਆਪਾਂ ਗੱਲਬਾਤ ਕਰਦੇ ਰਹੇ ਪਿੱਛੇ ਕਿ ਇਸ ਵਾਰ ਇੰਨਾ ਬਿਜ਼ੀ ਗਿਆ ਕੈਨੇਡਾ ਕਿ ਕਾਲਜਸ ਕੋਲ ਸੀਟਸ ਹੀ ਨਹੀਂ ਸੀਗੀਆਂ, ਲਾਈਕ ਆਫਰ ਲੈਟਰਸ ਦੀ ਇੰਨੀ ਪ੍ਰੋਬਲਮ ਆਈ, ਬੜੀ ਮੁਸ਼ਕਿਲ ਹੋਈ। ਉਸੇ ਕਰਕੇ ਕਈ ਕਾਲਜਸ ਨੇ ਆਪਣੀ ਇਨਟੇਕ ਪਹਿਲਾਂ ਹੀ ਖੋਲ੍ਹਤੀ ਆ, ਤਾਂ ਕਿ ਜਿਹੜੇ ਬੱਚੇ ਸਪਟੈਂਬਰ ਇਨਟੇਕ ਲਈ ਨਹੀਂ ਅਪਲਾਈ ਕਰ ਸਕਦੇ ਸੀ ਉਹ ਹੁਣ ਜਨਵਰੀ ਲਈ ਕਰ ਲੈਣ। ਉਹੀ ਗੱਲ ਹੋਣੀ ਹੈ ਕਿ ਜਨਵਰੀ ਇਨਟੇਕ ਵੀ ਮਹੀਨਾ ਡੇਢ ਹੀ ਚੱਲ ਪਾਣੀ ਹੈ ਭਾਜੀ, ਕਿਉਂਕਿ ਸੀਟਸ ਹੁੰਦੀਆਂ ਹੀ ਹੈ, ਐਪਲੀਕੈਂਟਸ ਬਹੁਤ ਸਾਰੇ ਪਏ ਹੈ। ਅਤੇ ਮੇਰਾ ਇਹੀ ਦਰਖਾਸਤ ਹੈ ਕਿ ਜਿਹੜੇ ਬੱਚੇ ਇੱਥੋਂ ਸਟਰਗਲ ਕਰ ਰਹੇ ਆਪਣੀ ਐਜੂਕੇਸ਼ਨ ਲਈ, ਜਾਂ ਚਾਹੁੰਦੇ ਹੈ ਕਿ ਇੱਕ ਆਲਟਰਨੇਟਿਵ ਆਪਸ਼ਨ ਮਿਲੇ ਤਾਂ ਕਿ ਆਪਣੀ ਫੈਮਿਲੀ ਨਾਲ ਉੱਥੇ ਰੀਯੂਨਾਈਟ ਹੋ ਸਕਣ ਅਤੇ ਵਧੀਆ ਐਜੂਕੇਸ਼ਨ ਵੀ ਪਾ ਸਕਣ, ਉਹ ਹੁਣੇ ਅਪਲਾਈ ਕਰਨ ਕੈਨੇਡਾ ਲਈ। ਠੀਕ ਹੈ, ਕੈਨੇਡਾ 2-3 ਸਾਲ ਦਾ ਗੈਪ ਐਕਸੈਪਟ ਕਰ ਲੈਂਦਾ। ਠੀਕ ਹੈ, ਤੁਹਾਡੀ ਮਿਨੀਮਮ ਜਿਹੜੀ ਰਿਕੁਆਇਰਮੈਂਟ ਹੈ ਉਹ 6 ਬੈਂਡਸ ਓਵਰਆਲ ਹੈ, 5.5 ਈਚ ਹੈ SPP ਕਾਲਜਸ ਲਈ, ਅਤੇ ਜੇ ਤੁਸੀਂ ਯੂਨੀਵਰਸਿਟੀ ਲੈਵਲ ਪ੍ਰੋਗਰਾਮਸ 'ਤੇ ਅਪਲਾਈ ਕਰ ਰਹੇ ਹੋ ਨੋਨ SPP, ਤੁਸੀਂ 5.5 ਬੈਂਡਸ 5 ਈਚ ਨਾਲ ਵੀ ਅਪਲਾਈ ਕਰ ਸਕਦੇ ਹੋ ਜੀ। ਸੋ ਇਸ ਤੋਂ ਇਲਾਵਾ ਭਾਅ ਜੀ ਹੋਰ ਕੋਈ ਪਰਮਾਨੈਂਟ ਰੈਜ਼ੀਡੈਂਸੀ ਦੀ ਕੋਈ ਚੇਂਜ ਆਈ ਹੋਵੇ ਜਾਂ ਕੋਈ? ਜੀ ਹਜੇ ਤਾਂ ਸਿਰਫ ਮੇਨ ਇਹ ਚੀਜ਼ ਆਈ ਹੈ ਕਿ ਅਗਰ ਤੁਹਾਡਾ ਕੋਈ ਸਿਬਲਿੰਗ ਹੈ, ਕੋਈ ਰਿਲੇਟਿਵ ਹੈ ਕੈਨੇਡਾ ਦੇ ਅੰਦਰ, ਅਤੇ ਤੁਹਾਨੂੰ ਜਿਹੜੀ CRS ਰੈਂਕਿੰਗ ਪੁਆਇੰਟ ਸਿਸਟਮ ਹੈ ਉਹਦੇ 'ਚ ਤੁਹਾਨੂੰ ਐਡੀਸ਼ਨਲ 15 ਪੁਆਇੰਟ ਮਿਲ ਰਹੇ ਹੈ। ਅੱਛਾ ਜੀ, ਇਸ ਵਾਰ ਅਗਰ ਤੁਸੀਂ ਦੇਖੋ ਕਿ ਜਿਹੜਾ ਲੇਟੈਸਟ ਕੱਟ ਆਫ ਹੈ ਉਹ 449 ਪੁਆਇੰਟਸ 'ਤੇ ਗਿਆ 1200 ਚੋਂ, ਜਦਕਿ ਉਸ ਤੋਂ ਪਿਛਲੇ ਮਹੀਨੇ ਜਿਹੜਾ ਪਿਛਲਾ ਕੱਟ ਆਫ ਗਿਆ ਸੀ ਉਹ 413 'ਤੇ ਗਿਆ ਸੀ। ਅਤੇ ਸਿਬਲਿੰਗਸ ਦੇ ਐਕਸਟਰਾ ਪੁਆਇੰਟਸ ਮਿਲਣ ਕਰਕੇ ਕਾਫੀ ਸਾਰੀ ਜਿਹੜੀ ਪੈਂਡਿੰਗ ਐਪਲੀਕੇਸ਼ਨ ਸੀ ਉਹਨਾਂ ਦੀ ਰੈਂਕਿੰਗ ਅਪ ਹੋਣ ਕਰਕੇ ਇਸ ਵਾਰ ਜਿਹੜਾ ਕੱਟ ਆਫ ਹੈ ਉੱਪਰ ਚਲਾ ਗਿਆ। ਲੇਕਿਨ ਨੋਟ ਟੂ ਵਰੀ, ਕਾਫੀ ਸਾਰੀ ਜਿਹੜੀ ਸਟੇਟਸ ਹੈ PNP ਪ੍ਰੋਗਰਾਮ ਜਿਹਨੂੰ ਅਸੀਂ ਕਹਿੰਦੇ ਹਾਂ, ਜਿਵੇਂ ਸਟੇਟ ਨੋਮੀਨੇਸ਼ਨ ਵਾਂਗ ਹੈ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਉਹ 350 ਅਬਵ CRS ਪੁਆਇੰਟਸ 'ਤੇ ਵੀ ਐਪਲੀਕੇਸ਼ਨਸ ਲੈ ਰਹੀਆਂ, ਜਿਵੇਂ ਕਿ ਪ੍ਰਿੰਸ ਐਡਵਰਡ ਆਈਲੈਂਡ ਹੈ, ਨੋਵਾ ਸਕੋਸ਼ੀਆ ਹੈ, ਸੈਸਕੈਟਵਾਨ ਪ੍ਰੋਵਿੰਸ ਹੈ, ਇਹ ਸਾਰੀ ਐਪਲੀਕੇਸ਼ਨਸ ਲੈ ਰਹੀਆਂ ਅਤੇ ਅੱਛੀ ਓਪਰਚੁਨਿਟੀ ਹੈ ਪ੍ਰੋਫੈਸ਼ਨਲ। ਭਾਅ ਜੀ ਵੈਸੇ ਇੱਕ ਸਵਾਲ ਹੁੰਦਾ, ਐਪਲੀਕੇਸ਼ਨ ਲੈ ਰਹੀ ਆ ਅਤੇ ਆ ਰਹੀ ਆ, ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ, ਹੈ ਨਾ? ਅਤੇ ਲੈ ਤਾਂ ਰਹੇ, ਉਹਨਾਂ ਨੇ ਅਸੈਪਟ ਵੀ ਕਰ ਲਈਆਂ, ਅਤੇ ਆਉਣ ਦੇ ਫਿਰ ਕਿੰਨੇ ਕੁ ਚਾਂਸਿਸ ਹੁੰਦੇ ਆ? ਭਾਅ ਜੀ ਦੇਖੋ, ਹਰ ਉੱਥੇ ਇੱਕ ਸਟੇਟ ਨੇ ਆਪਣਾ ਇੱਕ ਡਿਫਾਈਨ ਕੀਤਾ, ਜਿਵੇਂ ਓਨਟਾਰੀਓ ਕਹਿੰਦੇ ਕਿ 400 ਪੁਆਇੰਟ ਤੋਂ ਵੱਧ ਦੀ ਜਿਹੜੀ ਐਪਲੀਕੇਸ਼ਨ ਅਸੀਂ ਲਵਾਂਗੇ, ਪਿਕ ਕਰਾਂਗੇ। ਠੀਕ ਹੈ, ਅਗਰ ਉਹ ਆਕੂਪੇਸ਼ਨ ਲਿਸਟ ਸਾਡੀ ਡਿਮਾਂਡ ਲਿਸਟ 'ਚ ਹੈ, ਆਕੂਪੇਸ਼ਨ ਡਿਮਾਂਡ ਲਿਸਟ 'ਚ ਹੈ। ਸਿਮਿਲਰਲੀ ਸ਼ਸ਼ਕੈਤਵਾਨ ਨੇ ਵੀ ਕਲੀਅਰ ਕੀਤਾ, ਨੋਵਾ ਸਕੋਸ਼ੀਆ ਨੇ ਵੀ ਕੀਤਾ। ਡਿਪੈਂਡ ਕਰਦਾ ਹੁਣ ਕਿ ਤੁਹਾਡਾ ਆਕੂਪੇਸ਼ਨ ਕਿੰਨੀ ਉੱਥੇ ਸਕਿੱਲ ਸ਼ੋਰਟੇਜ ਹੈ ਉਹ ਲਿਸਟ 'ਚ ਹੈਗਾ, ਅਤੇ ਅਗਰ ਤੁਹਾਡੇ ਪੁਆਇੰਟ ਕਿੰਨੇ ਕੁਆਲੀਫਾਈ ਕਰਦੇ, ਇਹਦੇ 'ਤੇ ਡਿਪੈਂਡੈਂਟ ਹੈ। ਭਾਅ ਜੀ ਇੱਕ ਸਵਾਲ ਸੀਗਾ, ਇੱਥੇ ਫੇਸਬੁੱਕ ਦੇ ਉੱਤੇ ਕੁਝ ਸਵਾਲ ਆਉਣੇ ਸ਼ੁਰੂ ਹੋਏ ਨੇ, ਇਹ ਪੁੱਛਦੇ ਨੇ ਇਨਵੈਸਟਮੈਂਟ PR ਇਨ ਅਸਮਾਨੀਆ ਔਰ ਇਨ ਆਸਟ੍ਰੇਲੀਆ। ਸਵਾਲ ਤੇ ਕਾਫੀ ਵੱਡਾ ਹੋ ਜਾਂਦਾ ਹੈ, ਕਿਉਂਕਿ ਭਾਰੀ ਇਨਵੈਸਟਮੈਂਟ ਹੋ ਜਾਣੀ ਹੈ। ਅਗੇਨ ਆਪਾਂ ਉਹਦੇ ਵਾਸਤੇ ਪਹਿਲਾਂ ਕਿਹਾ ਸੀ ਆਪਾਂ ਬਿਜ਼ਨਸ ਇਨਵੈਸਟਰ ਵੀਜ਼ਾਸ ਵਾਸਤੇ ਆਪਾਂ ਗੱਲ ਕਰਾਂਗੇ, ਲੇਕਿਨ ਉਹਨਾਂ ਦੀ ਰਿਕੁਆਇਰਮੈਂਟ ਇਸ ਹੈਵੀ। ਹਾਂਜੀ, ਕਿੰਨੀ ਭਾਅ ਜੀ ਆਪਾਂ ਥੋੜ੍ਹਾ ਜਿਹਾ ਜੇ ਭਾਅ ਜੀ ਲਾ ਕੇ ਚੱਲੀਏ ਤਾਂ ਅਪਰੋਕਸੀਮੇਟਲੀ $1.5 million ਦਾ ਖਰਚਾ ਆ ਜਾਂਦਾ। ਅੱਛਾ, $1.5 million ਇਨਵੈਸਟਮੈਂਟ ਚਾਹੀਦੀ ਹੈ, ਉਹ ਪ੍ਰੋਵੀਜ਼ਨਲ 4 ਸਾਲ ਦਾ ਤੁਹਾਨੂੰ ਵੀਜ਼ਾ ਆਉਂਦਾ। ਠੀਕ ਹੈ, 2 ਸਾਲ ਬਾਅਦ ਤੁਹਾਨੂੰ ਐਕਸਟੈਂਡ ਕਰਾਉਣਾ ਪੈਂਦਾ। ਓਕੇ, ਉਹ ਡਿਫਰੈਂਟ ਕੈਟੇਗਰੀ ਆ ਜਾਂਦੀ ਹੈ, ਅਤੇ ਉਹਦੇ 'ਤੇ ਕਾਫੀ ਉਹਦੇ ਪੁਆਇੰਟ ਸਿਸਟਮ ਵੀ ਹੈ, ਪੁਆਇੰਟ 'ਤੇ ਵੀ ਕੁਆਲੀਫਾਈ ਹੁੰਦਾ, ਅਤੇ ਪਲੱਸ ਤੁਹਾਡੇ ਇੰਡੀਆ ਤੋਂ ਅਗਰ ਇੱਥੇ ਐਸੈਟਸ ਵੀ ਦੇਖਦੇ ਆ, ਤੁਹਾਡੀ ਸੇਲਸ ਟਰਨਓਵਰ ਸਾਰਾ ਕੁਝ ਮੈਟਰ ਕਰਦਾ। ਇਹ ਕਾਫੀ ਡੀਪ ਡਾਊਨ ਜਾਂਦਾ। ਠੀਕ ਹੈ, ਅਤੇ ਇਟ ਇਜ਼ ਨੋਟ ਪੋਸੀਬਲ ਕਿ ਇੱਥੇ ਸਾਰਾ ਐਕਸਪਲੇਨੇਸ਼ਨ ਦੇ। ਬਿਲਕੁਲ ਜੀ, ਤੁਸੀਂ ਐਕਸਪੀਰੀਅੰਸ ਵੀ ਤੁਹਾਨੂੰ ਉਸ ਫੀਲਡ 'ਚ ਚਾਹੀਦਾ ਜੀ। ਅੱਛਾ ਭਾਅ ਜੀ, ਇਹ ਕਹਿੰਦੇ ਨੇ ਕਿ 2 ਮਹੀਨੇ ਹੋ ਚੁੱਕੇ ਨੇ ਆਫਟਰ 187 ਨੋਮੀਨੇਸ਼ਨ ਅਪਰੂਵਡ, ਹਾਉ ਲੌਂਗ ਇਟ ਵਿਲ ਟੇਕ ਟੂ ਗ੍ਰਾਂਟ ਵੀਜ਼ਾ, ਡਜ਼ ਇਟ ਨੀਡ ਟੂ ਅਪੁਆਇੰਟ ਕੇਸ ਆਫਿਸਰ ਅਗੇਨ ਔਰ ਇਟ ਕੈਨ ਬੀ ਗ੍ਰਾਂਟਡ ਬਾਏ ਬੈਕ ਐਂਡ? ਥੈਂਕ ਯੂ। 2 ਮਹੀਨੇ ਹੋ ਚੁੱਕੇ ਨੇ ਜੀ, 187 ਵੀਜ਼ਾ ਨੋਮੀਨੇਸ਼ਨ ਹੋ ਚੁੱਕੀ ਆ, ਅਤੇ ਕਿੰਨਾ ਕੁ ਲੰਮਾ ਹੋਰ ਸਮਾਂ ਜਿਹੜਾ ਇਹਨਾਂ ਨੂੰ ਲੱਗ ਸਕਦਾ ਜੀ? ਲੁੱਕ ਅਗੇਨ, ਜਿਹੜਾ 186 ਨੋਮੀਨੇਸ਼ਨ ਅਪਰੂਵ ਹੋ ਚੁੱਕਿਆ, ਅਤੇ ਮੇਰੇ ਖਿਆਲ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ ਹੁਣ, ਜੇ ਇਹਨਾਂ ਨੇ ਐਪਲੀਕੇਸ਼ਨ ਵੀ ਇਕੱਠੀ ਕੀਤੀ ਸੀਗੀ, ਰਾਈਟ? ਜੇ ਨੋਮੀਨੇਸ਼ਨ ਤੋਂ ਬਾਅਦ ਕੀਤੀ ਹੈ ਤਾਂ ਹੋ ਸਕਦਾ ਥੋੜ੍ਹਾ ਟਾਈਮ ਲੱਗੂਗਾ। ਭਾਅ ਜੀ, ਇਹ ਸਬ ਕਲਾਸ 820 ਦੇ ਬਾਰੇ ਪ੍ਰੋਸੈਸਿੰਗ ਟਾਈਮ ਪੁੱਛ ਰਹੇ ਨੇ, ਕੋਈ ਥੋੜ੍ਹਾ ਜਿਹਾ ਉਹਦੇ ਬਾਰੇ ਜਾਣਕਾਰੀ ਦੇ ਸਕਦੇ? 820 ਦਾ 16 ਮੰਥ 'ਤੇ ਲੱਗ ਗਿਆ ਹੈਗਾ। ਭਾਅ ਜੀ, ਜੇ ਕੋਈ USA ਦੇ ਵਿੱਚ ਹੋਵੇ ਅਤੇ ਉਹਦੇ 2 ਬੱਚੇ ਵੀ ਹੋਣ, ਉੱਥੇ ਦੇ ਸਿਟੀਜ਼ਨ ਹੋਣ, ਕੀ ਉਹਨਾਂ ਦੇ ਲਈ ਕੋਈ ਪ੍ਰੋਵੀਜ਼ਨ ਹੈਗੀ ਆ, ਜਾਂ ਉਹਨਾਂ ਨੂੰ ਵੀ ਸਾਡੇ ਕ੍ਰਾਈਟੇਰੀਆ 'ਚ ਨਿਕਲਣਾ? ਸੇਮ ਕ੍ਰਾਈਟੇਰੀਆ, ਉਹਨਾਂ ਨੂੰ ਇਹ ਤਾਂ ਨਹੀਂ ਆ ਵੀ ਕੋਈ PO ਨਿਊਜ਼ੀਲੈਂਡ ਪਾਸਪੋਰਟ ਹੋਲਡਰ ਵਾਸਤੇ ਥੋੜ੍ਹਾ ਜਿਹਾ ਇਹਨਾਂ ਨੇ ਰਿਲੈਕਸ ਕੀਤਾ ਹੈ ਪ੍ਰੋਗਰਾਮ, ਟਰੰਪ ਦੇ
ਟਰੰਪ ਦੇ ਆਉਣ ਤੋਂ ਬਾਅਦ ਭਾਜੀ ਥੋੜੇ ਮਾੜੇ ਹਾਲਾਤ ਹੋਏ ਹਰ ਜਗ੍ਹਾ ਦੇ, ਜਿਹੜਾ ਸਟੂਡੈਂਟ ਵੀ ਜਾਂਦਾ ਸੀਗਾ ਉਹ ਵੀ ਡਰਦਾ ਹੁਣ ਉੱਥੇ ਜਾਂਦਾ। ਸਹੀ ਹੈ ਜੀ। ਸੋ ਇਸ ਤੋਂ ਬਾਅਦ ਭਾਜੀ ਕਹਿੰਦੇ ਨੇ ਕਿ ਪਾਰਟਨਰ ਪੀ ਆਰ ਸਟੇਜ ਟੂ ਦਾ ਪ੍ਰੋਸੈਸਿੰਗ ਟਾਈਮ ਕੀ ਆ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਨੂੰ ਤੁਸੀਂ ਔਨ ਸ਼ੋਰ ਹੋ ਰਾਈਟ, ਔਰ ਉਸ ਤੋਂ ਬਾਅਦ ਤੁਹਾਨੂੰ ਸਾਰੇ ਰਾਈਟਸ ਹੈਗੇ, ਸੋ ਇਸ ਕਰਕੇ ਅਪ ਟੂ 2 ਈਅਰਸ। ਅੱਛਾ ਭਾਜੀ, ਡੂ COE ਇਜ਼ ਨੀਡਿਡ ਇਫ ਯੂ ਆਰ ਔਨ 485 ਵੀਜ਼ਾ? ਨੋ, ਕੋਈ ਕੰਡੀਸ਼ਨ ਨਹੀਂ ਹੈ ਵੀਜ਼ੇ ਸਾਡੇ, ਰਾਈਟ? ਓਕੇ। ਸੋ ਕਿਰਨ ਬੇਦੀ ਜਿਨ੍ਹਾਂ ਦਾ ਕਿ ਪਹਿਲਾਂ ਆਪਾਂ ਨੂੰ ਇਹ ਸਵਾਲ ਸੀਗਾ, ਮੈਂ ਦੁਬਾਰਾ ਇਹਨਾਂ ਦਾ ਸਵਾਲ ਲਾਉਣਾ, ਵਟ ਅਬਾਊਟ ਦਾ ਇਨਵੈਸਟਮੈਂਟ ਪੀ ਆਰ ਤਸਮਾਨੀਆ ਔਰ ਆਸਟ੍ਰੇਲੀਆ, ਅਤੇ ਨਾਲੇ ਪੁੱਛਦੇ ਨੇ ਸੈਪਰੇਟ ਐਪਲੀਕੇਸ਼ਨ ਸੀ ਭਾਜੀ। ਅੱਛਾ, ਇਹਦੇ ਬਾਰੇ ਕੀ ਸੈਪਰੇਟ ਐਪਲੀਕੇਸ਼ਨ? ਮੈਂ ਇਹਨਾਂ ਨੇ 3-4 ਸਵਾਲ ਪੁੱਛੇ ਨੇ ਜੀ। ਓਕੇ, 2 ਮਹੀਨੇ ਪਹਿਲਾਂ ਜਿਹੜਾ ਇਹਨਾਂ ਨੇ 187 ਨੋਮੀਨੇਸ਼ਨ ਲਾਈ ਸੀ ਭਾਜੀ ਅਪਰੂਵ, ਅਤੇ ਹਾਓ ਲੌਂਗ ਇਟ ਵਿਲ ਟੇਕ? ਇਹ ਕਹਿੰਦੇ ਨੇ ਕਿ 2 ਸੈਪਰੇਟ ਐਪਲੀਕੇਸ਼ਨ ਸੀਗੀਆਂ ਮੇਰੀਆਂ। 2 ਮਹੀਨੇ ਪਹਿਲਾਂ ਨੋਮੀਨੇਸ਼ਨ ਐਪਲੀਕੇਸ਼ਨ ਲਗਾਈ ਹੈ? ਹਾਂਜੀ, 2 ਮਹੀਨੇ ਪਹਿਲਾਂ 18 ਨੋਮੀਨੇਸ਼ਨ ਅਪਰੂਵ ਹੋਈ ਆ। ਅਪਰੂਵ ਹੋਈ ਹੈ ਜੀ, ਜੋ ਉਸ ਤੋਂ ਬਾਅਦ ਫਿਰ ਐਪਲੀਕੇਸ਼ਨ? ਹਾਂਜੀ, ਹਾਂ, ਫਿਰ ਟਾਈਮ ਲੱਗੇਗਾ। ਅੱਛਾ, ਫਿਰ ਟਾਈਮ ਲੱਗ ਸਕਦਾ। ਓਕੇ, ਚਲੋ, ਜਦੋਂ ਗੱਲ ਕਰਦੇ ਆ ਵੀਜ਼ਾ ਪ੍ਰੋਸੈਸਿੰਗ ਦੀ, 12-13 ਮੰਥ ਤੋਂ ਵੀਜ਼ਾ ਦੀ ਗੱਲ ਕਰਦੇ ਐਕਚੁਅਲੀ, ਨੋਟ ਨੋਮੀਨੇਸ਼ਨ ਜੀ। ਸੋ ਕੈਨਬਰਾ ਦਾ ਤੇ ਵੈਸੇ ਆਪਾਂ ਅਪਡੇਟ ਕਰ ਹੀ ਚੁੱਕੇ ਹਾਂ, ਸੋ ਕੈਨਬਰਾ ਦੀ ਕੋਈ ਸਟੇਟ ਸਪੌਂਸਰ ਨਹੀਂ ਹੈਗੀ, ਕੁਛ ਨਹੀਂ ਹੈਗਾ ਕੈਨਬਰਾ ਦੇ? ਉੱਥੇ ਕੈਨਬਰਾ ਰੈਜ਼ੀਡੈਂਟ ਵਾਸਤੇ, ਜਾਂ ਉੱਥੇ ਜਿਹੜੇ ਸਟੂਡੈਂਟਸ ਉਹਨਾਂ ਵਾਸਤੇ, ਜਾਂ ਫਿਰ ਜਿਹੜਾ ਇੱਥੇ ਕਿਤੇ ਆਸਟ੍ਰੇਲੀਆ ਕਿਤੇ ਹੋਰ ਨਹੀਂ ਰਿਹਾ, ਰਾਈਟ, ਉਹਦੇ ਕਲੋਜ਼ ਰਿਲੇਟਿਵ ਉੱਥੇ ਆ, ਉਹਨਾਂ ਵਾਸਤੇ ਆਪਸ਼ਨਸ ਵੈਰੀ ਲਿਮਿਟਿਡ, ਕਿਉਂਕਿ ਛੋਟੀ ਜਿਹੀ ਜਗ੍ਹਾ, ਛੋਟੀ ਜਗ੍ਹਾ, ਛੋਟੀ ਜਿਹੀ ਸਟੇਟ ਹੈ, ਸ਼ਹਿਰ ਹੀ ਹੈ ਬੇਸਿਕਲੀ, ਸਟੇਟ ਤਾਂ ਹੈ ਨਹੀਂ, ਉੱਥੇ ਰਿਕੁਆਇਰਮੈਂਟ ਬਹੁਤ ਮਿਨੀਮਲ ਹੈ, ਕਾਫੀ ਸਟ੍ਰਿਕਟ ਹੋ ਗਿਆ ਹੈ ACT ਦੀ, ਆਪਾਂ ਦੇਖਿਆ ਮੈਂ ਵੀ ਪੜ੍ਹੀ ਸੀ ਥੋੜ੍ਹੇ ਦਿਨ ਪਹਿਲਾਂ ਲਿਸਟ, ਅਤੇ ਇਟ ਹੈਜ਼ ਬਿਕਮ ਟਫ ਮਿਊਜ਼ਿਕ ਨੋਮੀਨੇਸ਼ਨ ਜੀ। ਸੋ ਭਾਜੀ, ਕੈਨੇਡਾ ਬਾਰੇ ਵੀ ਜਿਹੜਾ ਸਵਾਲ ਆਉਂਦਾ, ਓਬਵੀਅਸਲੀ ਮੈਂ ਬਾਰ ਬਾਰ ਜਿਹੜਾ ਕਰਦਾ ਨਾ ਕਿ ਆਇਲਸ ਦੀ ਰਿਕੁਆਇਰਮੈਂਟ ਕਾਫੀ ਘੱਟ ਆ ਉਹਨਾਂ ਦੀ, ਹੈ ਨਾ, ਅਤੇ ਜੇ ਸਟੂਡੈਂਟਸ ਦੀ ਗੱਲ ਕਰੀਏ, ਮੈਂ ਸਟੂਡੈਂਟ ਵੀਜ਼ੇ ਦੇ ਉੱਤੇ ਥੋੜ੍ਹਾ ਜਿਹਾ ਇਹਨੂੰ ਫੋਕਸ ਕਰਨਾ ਚਾਹੂੰਗਾ, ਕਿਉਂਕਿ ਹੁਣ ਜੇ ਆਪਾਂ ਕਹੀਏ ਜਨਵਰੀ ਇਨਟੇਕ ਜਿਹੜੀ ਆ ਸ਼ੁਰੂ ਹੋ ਚੁੱਕੀ ਆ, ਇੱਥੇ ਨਈ ਗੱਲਬਾਤ ਬਣ ਰਹੀ, ਅਤੇ ਜਿਹੜਾ ਇੱਕ ਗੈਪ ਪੈ ਜਾਂਦਾ ਹੁੰਦਾ ਅਕਸਰ ਹੀ ਸਾਡਾ, ਹੈ ਨਾ, ਵੀ ਉਹ ਆਪਣੇ ਕੋਲ ਆਪਾਂ ਕੋਲ ਕੰਮ ਵੀ ਨਹੀਂ ਚੰਗੀ ਤਰ੍ਹਾਂ ਕਰ ਸਕੇ, ਨਾ ਆਪਾਂ ਹੁਣ ਦਿਖਾ ਹੀ ਸਕਦੇ, ਕਈਆਂ ਨੇ ਕੈਸ਼ ਦੇ ਉੱਤੇ ਕੰਮ ਕੀਤਾ ਹੁੰਦਾ, ਸਟੱਡੀ ਜਿਹੜੀ ਆ ਉਹਨਾਂ ਦੀ, ਉਹਦੇ ਵਿੱਚ ਵੀ ਗੈਪ ਆ, ਜਾਂ ਆਪਾਂ TR ਲੈ ਲਈ ਆ, TR ਤੋਂ ਬਾਅਦ ਹੁਣ ਮੈਂ ਉੱਥੇ ਜਾਣਾ ਚਾਹੁੰਦਾ ਹਾਂ, ਸੋ ਵੈਸੇ ਸਵਾਲ ਤਾਂ ਤਿੰਨੋਂ ਜਾਂਦੇ ਆ, ਮੇਰਾ ਖਿਆਲ ਤੁਸੀਂ ਮੇਰਾ ਨਹੀਂ, ਮੈਂ ਸਮਝਦਾ ਭਾਜੀ, ਕਾਫੀ ਦਿਨਾਂ ਤੋਂ ਜਦ ਅਸੀਂ ਰੇਡੀਓ ਹਾਂਜੀ 'ਤੇ ਟਾਕ ਕਰ ਰਹੇ ਹਾਂ, ਕਾਫੀ ਬੱਚੇ ਆਉਂਦੇ ਕੈਨੇਡਾ ਸਟੂਡੈਂਟ ਵੀਜ਼ਾ ਲਈ, ਨਾ ਕਈ ਇਹੋ ਜਿਹੇ ਲੋਕ ਆਏ ਆ ਜਿਹੜੇ 2007-08 ਤੋਂ ਆਏ ਆ, ਅਤੇ ਉੱਥੇ ਇੱਥੇ ਡਿਪਲੋਮਾ ਪ੍ਰੋਗਰਾਮਸ ਹੀ ਕਰੇ ਜਾ ਰਹੇ ਹਜੇ ਤੱਕ, ਉਹਨਾਂ ਲਈ ਕੁਆਲੀਫਿਕੇਸ਼ਨ ਇੰਨਾ ਜ਼ਿਆਦਾ ਗੈਪ ਹੋ ਚੁੱਕਿਆ ਜਿਹੜਾ ਐਕਸੈਪਟੇਬਲ ਨਹੀਂ ਹੈ ਕੈਨੇਡਾ 'ਚ। ਤੁਸੀਂ 2014-15 'ਚ ਆਸਟ੍ਰੇਲੀਆ ਆਏ ਹੋ, ਅਤੇ ਤੁਸੀਂ ਸਰ 3-4 ਡਿਪਲੋਮਾ ਕੀਤਾ ਹੈ, ਜਾਂ ਉਸ ਤੋਂ ਬਾਅਦ ਤੁਸੀਂ ਜੋਬ ਕੀਤੀ ਹੈ, ਜਾਂ ਤੁਸੀਂ ਇੱਥੇ ਆ ਕੇ ਬੈਚਲਰਸ ਜਾਂ ਮਾਸਟਰਸ ਡਿਗਰੀ ਕੀਤੀ ਹੋਈ ਹੈ, ਅਤੇ ਤੁਹਾਡਾ 1-1.5 ਸਾਲ TR ਦਾ ਗੈਪ ਪੈ ਗਿਆ, ਜਾਂ ਤੁਸੀਂ ਹਜੇ ਦੂਜੀ ਕੁਆਲੀਫਿਕੇਸ਼ਨ ਕਰ ਰਹੇ ਹੋ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਕੈਨੇਡਾ ਸਟੂਡੈਂਟ ਵੀਜ਼ਾ ਲਈ। ਕੈਨੇਡਾ ਸਟੂਡੈਂਟ ਵੀਜ਼ਾ, ਅਗਰ ਤੁਸੀਂ +2 ਤੋਂ ਬਾਅਦ ਦਾ ਬੱਚਾ, ਤਾਂ 2-3 ਸਾਲ ਤੱਕ ਤਾਂ ਗੈਪ ਚੱਲ ਜਾਂਦਾ ਹੈ, ਅਤੇ ਅਗਰ ਤੁਸੀਂ ਬੈਚਲਰਸ ਤੋਂ ਬਾਅਦ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਮੈਕਸੀਮਮ 4-5 ਸਾਲ ਦਾ ਗੈਪ ਚੱਲ ਜਾਂਦਾ, ਪਰ ਤੁਹਾਨੂੰ ਇੱਕ ਪਰੂਫ ਦੇਣਾ ਪੈਂਦਾ ਕਿ ਵੈਦਰ ਯੂ ਆਰ ਵਰਕਿੰਗ ਔਰ ਵੈਦਰ ਯੂ ਆਰ ਸਟੱਡਿੰਗ, ਵਾਟ ਯੂ ਆਰ ਯੂ ਡੂਇੰਗ, ਰਾਈਟ? ਅਤੇ ਜਦ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ, ਆਪਾਂ ਜਦ ਅਪਲਾਈ ਕਰਦੇ ਹਾਂ, ਅਸੀਂ SOP ਲਿਖਦੇ ਹਾਂ, ਸਟੇਟਮੈਂਟ ਔਫ ਪਰਪਸ, ਕੈਨੇਡਾ ਦੀ ਵੀ ਸੇਮ ਰਿਕੁਆਇਰਮੈਂਟ ਹੈ ਕਿ ਜਦ ਵੀਜ਼ਾ ਫਾਈਲਿੰਗ ਵੇਲੇ ਤੁਹਾਨੂੰ ਇੱਕ ਸਟੇਟਮੈਂਟ ਔਫ ਪਰਪਸ ਦੇਣੀ ਪਏਗੀ ਕਿ ਤੁਸੀਂ ਆਸਟ੍ਰੇਲੀਆ ਆਏ, ਆਸਟ੍ਰੇਲੀਆ ਤੋਂ ਤੁਸੀਂ ਕੈਨੇਡਾ ਕਿਉਂ ਜਾਣਾ ਚਾਹੁੰਦੇ ਹੋ? ਬਿਲਕੁਲ, ਠੀਕ ਹੈ, ਓਬਵੀਅਸਲੀ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਸਾਡੇ ਮਾਈਗ੍ਰੇਸ਼ਨ ਪ੍ਰੋਸਪੈਕਟ ਇੱਥੇ ਘੱਟ ਬਣ ਰਹੇ ਹਾਂ, ਅਸੀਂ ਉੱਥੇ ਜਾ ਰਹੇ ਹਾਂ, ਸਾਡਾ ਰਿਸ਼ਤੇਦਾਰ ਹੈ, ਸਾਨੂੰ ਦੱਸਣਾ ਪਏਗਾ ਕਿ ਸਾਨੂੰ ਇੱਕ ਪਰਟੀਕੁਲਰ ਕੋਰਸ ਨਾਲ ਕੀ ਫਾਇਦਾ ਆਉਣ ਵਾਲਾ, ਠੀਕ ਹੈ, ਅਸੀਂ ਇੱਥੇ ਆਸਟ੍ਰੇਲੀਆ ਕੀ ਕੀਤਾ, ਅਤੇ ਹੁਣ ਆਸਟ੍ਰੇਲੀਆ ਤੋਂ ਬਾਅਦ ਅਸੀਂ ਅੱਗੇ ਜਾ ਕੇ ਉੱਥੇ ਕੀ ਕਰਨਾ ਚਾਹੁੰਦੇ ਹਾਂ ਜੀ, ਤਾਂ ਇਹ ਛੋਟੀ ਛੋਟੀ ਚੀਜ਼ਾਂ ਬਹੁਤ ਮੈਟਰ ਕਰਦੀਆਂ ਕੈਨੇਡਾ ਸਟੂਡੈਂਟ ਵੀਜ਼ਾ ਲਈ ਜੀ। ਸੋ ਆਸ ਕਰਦੇ ਹਾਂ ਦੋਸਤੋ ਤੁਹਾਨੂੰ ਜਿਹੜੀ ਅੱਜ ਦੀ ਜਾਣਕਾਰੀ ਜਿਹੜੀ ਆ ਜ਼ਰੂਰ ਪਸੰਦ ਆਈ ਹੋਊਗੀ। ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਜਿਹੜਾ ਆ ਫੇਸਬੁੱਕ ਤੋਂ ਕਰਦੇ ਹਾਂ ਅਲਵਿਦਾ, ਅਤੇ ਤੁਸੀਂ ਸਾਨੂੰ ਸਵਾਲ ਪੁੱਛ ਸਕਦੇ ਹੋ, 93-560-3044 ਸਾਡਾ ਨੰਬਰ ਆ ਜੀ, 9356-0344, ਜਾਂ ਫਿਰ 044-717-1674, 044-717-1674, ਇਸ ਨੰਬਰ ਦੇ ਉੱਤੇ ਵੀ ਤੁਸੀਂ ਡਾਇਲ ਕਰਕੇ ਜਿਹੜੇ ਸਵਾਲ ਪੁੱਛ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ। ਆਪਾਂ ਹੁਣ ਲੈਂਦੇ ਹਾਂ ਫੇਸਬੁੱਕ ਤੋਂ ਇਜਾਜ਼ਤ, ਅਤੇ ਜਾਂਦੇ ਜਾਂਦੇ ਭਾਜੀ ਇੱਕ ਹੋਰ ਸਵਾਲ ਹੈ, I'm left with 1.5 year of 485 visa, so can I stay there for further 1 year to be able to apply for 190? Look, I think another question hai ki wo masters ya koi degree karna chahunde hai, visa 1.5 saal da hai, right? Haan, haan, lekin oh chahunde ki us to baad, look, je tusi inna share tusi utthe course kar loge, to obviously department thonu visa easily de dega, student visa. Te paaji je kise kol e hove bridging e, ਤੇ ਕੀ ਉਹਨਾਂ ਦੇ ਕੋਈ ਚਾਂਸਿਸ ਹੈਗੇ ਨੇ ਟੂਰਿਸਟ ਇੱਥੋਂ ਅਪਲਾਈ ਕਰ ਸਕਣ, ਕਿਸੇ ਮੰਨ ਲਓ ਜੇ ਕੈਨੇਡਾ ਉਹਨਾਂ ਨੇ ਜਾਣਾ, ਟੂਰਿਸਟ ਅਪਲਾਈ ਕਰ ਸਕਣ ਵੀਜ਼ਾ?
ਜੀ ਭਾਜੀ ਬ੍ਰਿਜਿੰਗ ਈ ਦਾ ਜੇ ਹੋਵੇ ਕਿਸੇ ਕੋਲ ਵੀਜ਼ਾ? ਭਾਜੀ ਬ੍ਰਿਜਿੰਗ ਈ ਤਾਂ ਮੁਸ਼ਕਿਲ ਹੋਏਗਾ ਕਿਉਂਕਿ ਤੁਹਾਨੂੰ ਦੱਸਣਾ ਪਏਗਾ ਜਦ ਆਪਾਂ ਗੱਲ ਕਰਦੇ ਆਸਟ੍ਰੇਲੀਆ ਕੈਨੇਡਾ ਸਾਰੀ ਕਾਮਨਵੈਲਥ ਕੰਟਰੀਜ਼ ਹੈ ਅਤੇ ਇਨਫੋਰਮੇਸ਼ਨ ਸ਼ੇਅਰਿੰਗ ਬਹੁਤ ਵੱਡੀ ਚੀਜ਼ ਹੁੰਦੀ ਹੈ ਇੱਥੇ। ਜੇ ਤੁਸੀਂ ਇੱਥੇ ਬ੍ਰਿਜਿੰਗ ਵੀਜ਼ਾ ਈ 'ਤੇ ਹੋ ਤਾਂ ਓਬਵੀਅਸਲੀ ਤੁਹਾਨੂੰ ਦੱਸਣਾ ਪਏਗਾ ਕਿ ਕੀ ਸਰਕਮਸਟਾਂਸਿਸ ਸੀ ਅਤੇ ਕੀ ਤੁਸੀਂ ਇੱਥੇ ਕਿਸ ਰੀਜ਼ਨ ਕਰਕੇ ਬ੍ਰਿਜਿੰਗ ਵੀਜ਼ਾ ਈ 'ਤੇ ਆਏ ਹੋ ਅਤੇ ਹੁਣ ਕੈਨੇਡਾ ਇੱਕਦਮ ਸਟੂਡੈਂਟ ਵੀਜ਼ਾ ਅਪਲਾਈ ਕਰਕੇ ਕੀ ਕਰਨਾ ਚਾਹੁੰਦੇ ਹੋ ਜੀ। ਅਤੇ ਇਹ ਕਾਫੀ ਮਤਲਬ ਕਹਿ ਸਕਦੇ ਹਾਂ ਕਿ ਨੋਟ ਅ ਸ਼ੋਰ ਸ਼ੋਟ ਸਕਸੈਸ ਕੇਸ ਹੈ, ਠੀਕ ਹੈ। ਇਹ ਡਿਪੈਂਡ ਕਰੇਗਾ ਕਿ ਅਸੀਂ ਕਿੰਨਾ ਸਟਰੋਂਗ ਉਹਨੂੰ ਜਸਟੀਫਾਈ ਕਰ ਲੈਂਦੇ ਹਾਂ ਅਤੇ ਕੀ ਸਰਕਮਸਟਾਂਸਿਸ ਸੀਗੇ ਤੁਹਾਡੇ ਜਿਸ ਕਰਕੇ ਤੁਸੀਂ ਬ੍ਰਿਜਿੰਗ ਵੀਜ਼ਾ ਈ 'ਤੇ ਆਏ ਹੋ ਜੀ। ਸੋ ਹੁਣ ਨਹੀਂ ਹੈ ਜੀ ਤੁਹਾਡੇ ਕੋਲੋਂ ਫੇਸਬੁੱਕ ਪੇਜ ਤੋਂ ਇਜਾਜ਼ਤ ਜੀ, ਅਤੇ ਪਰ ਆਪਾਂ ਰੇਡੀਓ ਦੇ ਉੱਤੇ ਆਪਾਂ ਹਜੇ ਵੀ ਹਾਂ ਜੀ, ਅਤੇ ਅਗਲੇ ਜਿਹੜੇ 15-20 ਮਿੰਟ ਤੁਹਾਡੇ ਸਵਾਲ ਜਿਹੜੇ ਆਪਾਂ ਜ਼ਰੂਰ ਲਵਾਂਗੇ। ਸੋ 93-560-340 ਸਾਡਾ ਨੰਬਰ ਹੋਊਗਾ। ਧੰਨਵਾਦ ਵੀਰ ਭਾਅ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਭਾਅ ਜੀ। ਥੈਂਕ ਯੂ ਜੀ, ਅਤੇ ਤੁਹਾਡਾ ਵੀ ਨਵਨੀਤ ਭਾਅ ਜੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਭਾਅ ਜੀ। ਥੈਂਕ ਯੂ ਜੀ। ਸੋ ਦੋਸਤੋ ਤੁਸੀਂ ਹੁਣ ਜਿਹੜੀਆਂ ਆਪਣੀਆਂ ਕਾਲਸ ਕਰ ਸਕਦੇ ਹੋ, 93-560-344 ਸਾਡਾ ਨੰਬਰ ਹੈ, ਇਸ ਨੰਬਰ ਨੂੰ ਡਾਇਲ ਕਰੋ, ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਮੈਸੇਜ ਵੀ ਭੇਜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਜੀ ਰੇਡੀਓ ਹਾਂਜੀ AA, ਜ਼ਰੂਰ ਪਾ ਲਿਓ ਜੀ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM ਦੋਸਤੋ, ਅਤੇ ਹੁਣ ਵੇਲਾ ਆ ਗਿਆ ਤੁਹਾਡੀਆਂ ਕਾਲਸ ਲਈਏ। ਮੇਰੇ ਨਾਲ ਕਾਲਰ ਨੇ, 1 by 1 ਉਹਨਾਂ ਨੂੰ ਔਨ ਏਅਰ ਕਰਦੇ ਹਾਂ। ਸੋ ਬੇਨਤੀ ਹੈ ਜੀ, ਸਭ ਤੋਂ ਪਹਿਲੇ ਕਾਲਰ ਨੇ ਅਮਨ ਜੀ, ਉਹਨਾਂ ਤੋਂ ਬਾਅਦ ਸਤਬੀਰ ਜੀ, ਫਿਰ ਪੁਸ਼ਪਿੰਦਰ ਕੌਰ ਜੀ, ਫਿਰ ਸਿੱਧੂ ਸਾਹਿਬ, ਤੁਹਾਡੀ ਵਾਰੀ ਹੈ ਜੀ, ਪਲੀਜ਼ 19 ਦੇਰ ਤੱਕ ਤੁਸੀਂ ਮਿਊਟ ਰੱਖਿਓ ਸਾਰੇ। ਜਗਜੀਤ ਜੀ, ਫਿਰ ਤੁਹਾਡੀ ਵਾਰੀ ਹੈ, ਅਤੇ ਅਮਨ ਜੀ ਉਸ ਤੋਂ ਬਾਅਦ। ਪਰ ਸਭ ਤੋਂ ਪਹਿਲਾਂ ਆਪਾਂ ਅਮਨ ਹੋਣਾ ਨੂੰ ਕਰਦੇ ਹਾਂ ਜੀ ਔਨ ਏਅਰ। ਜੀ ਅਮਨ ਜੀ, ਪੁੱਛੋ ਸਵਾਲ, ਸੁਣ ਰਹੇ ਨੇ ਜੀ ਤੁਹਾਡੀ ਆਵਾਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਮੈਂ 187 ਪਾਇਆ ਸੀਗਾ ਮਾਰਚ ਦੇ ਵਿੱਚ ਕੁਈਨਜ਼ਲੈਂਡ ਕੇਨਸ ਦੇ ਵਿੱਚ ਜੀ, ਤੇ ਜਿਹੜੇ ਨਵੇਂ ਰੂਲ ਆਏ ਨੇ ਹੁਣ 1 July 2017 ਤੋਂ, ਉਹਨਾਂ ਉਹ ਮੇਰੇ ਤੇ ਫਰਕ ਤਾਂ ਨਹੀਂ ਕਰ ਸਕਦੇ ਵੀ ਜਿਵੇਂ ਕਹਿੰਦੇ ਨੇ 3 ਸਾਲ ਦਾ ਐਕਸਪੀਰੀਅੰਸ ਚਾਹੀਦਾ? ਨਹੀਂ ਨਹੀਂ, ਤੁਹਾਡੇ ਲਈ ਹਜੇ ਨਹੀਂ, RSMS ਲਈ ਉਹ ਜਾ ਕੇ ਮਾਰਚ 'ਚ ਸ਼ੁਰੂ ਹੋਣਾ ਹੈ, ਮਾਰਚ 2018 ਤੋਂ ਬਾਅਦ ਜਿਹੜਾ RSMS ਲਈ 3 years ਐਕਸਪੀਰੀਅੰਸ ਚਾਹੀਦਾ। ਠੀਕ ਹੈ ਜੀ, ਅਤੇ ਮੇਰਾ ਪੇਸਟਰੀ ਕੁੱਕ ਦੇ ਵਿੱਚ ਆ, ਅਤੇ ਉਹ ਖਤਮ ਤਾਂ ਨਹੀਂ ਹੁੰਦਾ ਜਦ ਤੱਕ ਵੀ ਜਿਵੇਂ ਕਹਿੰਦੇ ਨੇ 3-3 ਮਹੀਨੇ ਬਾਅਦ ਚੇਂਜ ਕਰਨਗੇ ਉਹ? ਜੀ ਹੋਪਫੁਲੀ, ਕਿਉਂਕਿ ਜਿਹੜਾ ਨਾ RSMS ਦੀ ਉਹ ਲਿਸਟ ਡਿਫਰੈਂਟ ਹੁੰਦੀ ਆ, ਉਹਦੇ ਡਿਫਰੈਂਟ ਇੰਸਟਰੂਮੈਂਟ ਹੁੰਦਾ, ਰਾਈਟ? ਉਹਦੇ ਵਿੱਚ ਹੁਣ ਤੱਕ ਤਾਂ ਪ੍ਰੈਟੀ ਮੱਚ ਆਲ ਜਿਹੜੇ ਓਕੂਪੇਸ਼ਨ ਸਕਿੱਲ ਲੈਵਲ 1, 2, 3 ਦੇ ਸਾਰੇ ਹੈਗੇ ਆ, ਰਾਈਟ, ਵਿੱਚ ਕੁੱਕ ਸਭ ਹੈਗੇ ਆ। ਲੇਕਿਨ ਦੇਖਣਾ ਪਏਗਾ ਫਿਊਚਰ ਦੇ ਵਿੱਚ ਕਿਹੜੀ ਲਿਸਟ ਆਏਗੀ, ਲੇਕਿਨ ਮਾਰਚ 18 ਤੱਕ ਇਹ ਸੱਚ ਹੀ ਹੈ ਬਿਜ਼ਨਸ ਜੀ। ਠੀਕ ਹੈ, ਮਤਲਬ ਵੀ ਪੇਸਟਰੀ ਕੁੱਕ ਮਤਲਬ ਵੀ ਉਹ ਚੱਕ ਵੀ ਡਿਲੀਟ ਕਰ ਸਕਦੇ ਨੇ ਲਿਸਟ ਚੋਂ? ਲੁੱਕ, ਦੇਖਣਾ ਪਊਗਾ ਜੀ ਉਸ ਟਾਈਮ ਇੰਸਟਰੂਮੈਂਟ ਕਿਹੜਾ ਆਉਂਦਾ, ਕਿਹੜੇ ਓਕੂਪੇਸ਼ਨਸ ਵਾਲੀ ਲਿਸਟ ਆਉਂਦੀ ਹੈ, ਰਾਈਟ? ਲੇਕਿਨ ਫਿਲਹਾਲ ਮਾਰਚ 18 ਤੱਕ ਤਾਂ ਤੁਸੀਂ ਸੇਫ ਹੀ ਹੋ। ਓਕੇ, ਥੈਂਕ ਯੂ ਜੀ। ਸ਼ੁਕਰੀਆ ਜੀ ਤੁਹਾਡਾ। ਸੋ ਨੈਕਸਟ ਕਾਲਰ ਆਪਾਂ ਇਹਨਾਂ ਨੂੰ ਔਨ ਏਅਰ ਕਰਦੇ ਹਾਂ ਜੀ। ਜੀ ਅਮਨ ਮੇਰੇ ਨਾਲ ਨੇ ਜੀ, ਅਮਨ ਜੀ ਦੀ ਕਾਲ ਆਪਾਂ ਲੈ ਚੁੱਕੇ ਹਾਂ, ਸਤਬੀਰ ਜੀ। ਸੋ ਸਤਬੀਰ ਜੀ ਸਵਾਗਤ ਹੈ ਜੀ, ਅਤੇ ਤੁਹਾਡੇ ਤੋਂ ਬਾਅਦ ਪੁਸ਼ਪਿੰਦਰ ਕੌਰ ਜੀ, ਤੁਸੀਂ ਤਿਆਰ ਰਹੋ ਜੀ। ਸਤਬੀਰ ਜੀ, ਹੈਲੋ। ਹਾਂਜੀ ਜੀ, ਮੈਨੂੰ ਵੀ ਲੱਗ ਰਿਹਾ ਜੀ ਛੱਡ ਗਏ ਨੇ। ਚਲੋ ਖੈਰ, ਆਪਾਂ ਨੈਕਸਟ ਕਾਲਰ ਇਹਨਾਂ ਨੂੰ ਕਰਦੇ ਹਾਂ ਜੀ ਔਨ ਏਅਰ ਜੀ। ਹੈਲੋ ਹੈਲੋ, ਹਾਂਜੀ, ਆਪਾਂ ਫਿਰ ਦੁਬਾਰਾ ਟਰਾਈ ਕਰ ਲੈਣਾ ਜੀ। ਜੀ ਸਤਬੀਰ ਜੀ, ਤੁਸੀਂ ਨਾਲ ਹੋ ਜੀ? ਪੁਸ਼ਪਿੰਦਰ ਕੌਰ ਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ MBA ਦੀ ਸਟੂਡੈਂਟ ਹਾਂ ਇੱਥੇ ਜੀ, ਤੇ ਇਸ ਤੋਂ ਪਹਿਲਾਂ ਮੈਂ MA ਇਕਨੋਮਿਕਸ ਕੀਤੀ ਹੈ ਇੰਡੀਆ ਦੇ ਵਿੱਚ, ਰਾਈਟ? ਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਆਪਣੀ PR ਕਿਵੇਂ ਪਾ ਸਕਦੀ ਹਾਂ, ਕਿ ਕਿਸੇ ਰੀਜਨਲ ਏਰੀਆ ਵਿੱਚ ਮੇਰੀ PR ਪੈ ਸਕਦੀ ਆ, ਜਾਂ ਪੁਆਇੰਟ ਬੇਸ ਵਿੱਚ ਮੈਨੂੰ ਕਿੰਨੇ ਕੁ ਪੁਆਇੰਟ ਚਾਹੀਦੇ ਹੋਣਗੇ, ਜਾਂ ਮੈਂ ਉਹਦੇ ਵਾਸਤੇ ਕੀ ਕਰ ਸਕਦੀ ਹਾਂ? ਲੁੱਕ, ਅਨਫੋਰਚੁਨੇਟਲੀ MBAs ਵਾਸਤੇ ਕੋਈ ਇਹੋ ਜਿਹਾ ਓਕੂਪੇਸ਼ਨ ਨਹੀਂ ਹੈ ਜਿਹੜਾ ਕਿ MLT ਯਾਨੀ ਕਿ SOL ਜਿਹੜੀ ਪਹਿਲਾਂ ਹੁੰਦੀ ਸੀ ਉਹਦੇ ਉੱਤੇ ਹੋਵੇ, ਰਾਈਟ? ਲੇਕਿਨ ਕਾਫੀ ਓਕੂਪੇਸ਼ਨਸ ਹੈਗੇ ਆ, ਜਿੱਦਾਂ ਹੋਟਲ ਜਾਂ ਮੋਟਲ ਮੈਨੇਜਰ, ਇਸ ਤਰ੍ਹਾਂ ਦੇ ਜਿਹੜੇ ਓਕੂਪੇਸ਼ਨਸ, ਜੇ RSMS ਵਗੈਰਾ ਤੁਸੀਂ ਪਾ ਸਕਦੇ ਹੋ ਤਾਂ ਆਪਸ਼ਨਸ ਅਜੇ ਵੀ ਖੁੱਲੇ ਆ। ਮੈਮ, ਤੁਸੀਂ MBA ਕਿਹੜੀ ਸਪੈਸ਼ਲਾਈਜੇਸ਼ਨ ਕਰ ਰਹੇ ਹੋ? ਕੋਈ ਨਾ ਕੋਈ ਤੁਸੀਂ ਸਪੈਸ਼ਲਾਈਜੇਸ਼ਨ ਆਪਣੇ ਫਾਈਨਲ ਇਅਰ 'ਚ ਤਾਂ ਚੂਜ਼ ਕਰੋਗੇ ਨਾ? ਹਾਂਜੀ, ਉਹ ਫਾਈਨਲ ਇਅਰ ਦੇ ਵਿੱਚ ਹੋਏਗਾ। ਮੈਂ ਉਹਦੇ ਬਾਰੇ ਜਾਣਨਾ ਚਾਹਾਂਗੀ ਕਿ ਉਹ ਸਾਡੀ ਇੰਟਰਨਸ਼ਿਪ ਜਾਏਗੀ, ਤੇ ਉਹਦੇ ਵਿੱਚ ਸਾਨੂੰ ਇੱਕ ਆਪਸ਼ਨ ਹੋਏਗੀ ਕਿ ਤੁਸੀਂ ਕਿਸ ਡਿਪਾਰਟਮੈਂਟ ਵਿੱਚ ਆਉਣਾ ਚਾਹੁੰਦੇ ਹੋ, ਤੇ ਜਾਂ ਫਿਰ ਸਾਨੂੰ MBA ਤੋਂ ਬਾਅਦ ਕੋਈ ਸਪੈਸ਼ਲ ਕੋਰਸ ਕਰਨਾ ਪਏਗਾ ਆਪਣੀ MBA ਨੂੰ ਸਪੈਸ਼ਲਾਈਜ਼ ਕਰਨ ਵਾਸਤੇ। ਕਿਹੜੇ ਕਾਲਜ ਜਾਂ ਯੂਨੀਵਰਸਿਟੀ 'ਚ ਪੜ੍ਹ ਰਹੇ ਮੈਮ? CDU, ਚਾਰਲਸ ਡਾਰਵਿਨ ਯੂਨੀਵਰਸਿਟੀ। ਮੈਮ, ਤੁਹਾਡੇ 4th ਸਮੈਸਟਰ 'ਚ ਤੁਹਾਨੂੰ ਆਪਸ਼ਨ ਦਿੱਤੀ ਜਾਏਗੀ ਕਿ ਤੁਸੀਂ ਇੱਕ ਮੇਜਰ ਚੂਜ਼ ਕਰੋ, ਇਟ ਕੈਨ ਬੀ ਅ ਫਾਈਨੈਂਸ, ਅਕਾਊਂਟਿੰਗ, HR,
ਠੀਕ ਹੈ ਜੀ, ਇਹਨਾਂ ਤੇ ਤੁਹਾਨੂੰ ਚੂਜ਼ ਕਰਨਾ ਪਏਗਾ। ਨਾ ਇਹ ਡਿਪੈਂਡ ਕਰਦਾ ਕਿ ਕਿਹੜੀ ਸਟੇਟ ਉਸ ਵੇਲੇ ਕਿਹੜਾ ਕਿਹੜਾ ਪ੍ਰੋਫੈਸ਼ਨ ਨੂੰ ਆਪਣੇ ਓਪਨ ਹੈ। ਨੋਮੀਨੇਟ ਕਰ ਰਹੀ ਹੈ, ਓਪਨ ਹੈ, ਤੇ ਉਹਦੇ ਬੇਸ ਤੇ ਹੋਏਗਾ। ਤੇ ਜਦ ਵੀ ਆਪਾਂ ਪੀਆਰ ਦੀ ਗੱਲ ਕਰਦੇ ਤਾਂ ਉਹ ਪੁਆਇੰਟ ਬੇਸ ਸਿਸਟਮ ਹੀ ਹੁੰਦਾ ਜੀ। ਜਾਂ ਫਿਰ ਸਪਾਂਸਰਸ਼ਿਪ ਜਿਹੜੀ ਹੈਗੀ ਹੈ ਜੀ, ਸਪਾਂਸਰ ਚਾਹੀਦਾ ਹੋਏਗਾ ਤੁਹਾਨੂੰ ਜੀ। ਹਾਂ ਓਕੇ, ਤੇ ਜੀ ਫਿਰ ਜਿਹੜੀ ਪੁਆਇੰਟ ਬੇਸ ਦੇ ਵਿੱਚ ਹੋਏਗੀ ਉਹਦੇ ਵਿੱਚ ਮੈਨੂੰ ਮਤਲਬ ਕਿੰਨੇ ਪੁਆਇੰਟ ਦੀ ਜ਼ਰੂਰਤ ਹੋਏਗੀ ਪੀਆਰ ਦੇ ਲਈ? ਲੁੱਕ, ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਓਕੂਪੇਸ਼ਨ ਕਿਹੜਾ ਉਹ ਦੇਖਣਾ ਪਊਗਾ, ਉਸ ਤੋਂ ਬਾਅਦ ਫਿਰ ਤੁਹਾਡੀ ਟੋਟਲ ਪੁਆਇੰਟਸ ਬਣਨਗੇ, ਠੀਕ ਹੈ ਜੀ। ਅਤੇ ਲੈਟਸ ਏ ਸੇਲਸ ਐਂਡ ਮਾਰਕੀਟਿੰਗ ਮੈਨੇਜਰ ਹੈ, ਉਹਦੇ ਵਾਸਤੇ ਤੁਹਾਨੂੰ ਸਟੇਟ ਸਪੋਂਸਰਸ਼ਿਪ ਚਾਹੀਦੀ ਹੋਗੀ, ਲੇਕਿਨ 60 ਤੋਂ 65, 65 ਤੱਕ ਤੁਸੀਂ ਲਾ ਕੇ ਚੱਲੋਗੇ, ਸਾਨੂੰ ਪੁਆਇੰਟਸ ਚਾਹੀਦੇ ਆ ਜੀ। ਜੇ ਤੁਸੀਂ ਹੁਣੇ ਆਪਣਾ ਕੋਰਸ ਚੇਂਜ ਕਰਕੇ ਇੱਕ ਰੀਜਨਲ ਯੂਨੀਵਰਸਿਟੀ ਜਾਂਦੇ ਤਾਂ ਤੁਹਾਨੂੰ ਐਡੀਸ਼ਨਲ 5 ਪੁਆਇੰਟਸ ਉਹਦੇ ਵੱਲੋਂ ਵੀ ਮਿਲ ਜਾਂਦੇ। ਕਿਸੀ ਰੀਜਨਲ ਯੂਨੀਵਰਸਿਟੀ ਤੁਹਾਨੂੰ ਜਿਹੜੇ ਹੁਣ ਤੱਕ ਤੁਸੀਂ ਕੋਰਸ ਕੀਤਾ ਇੱਕ ਸਾਲ ਦਾ ਕੀਤਾ ਉਹਦੇ ਕ੍ਰੈਡਿਟ ਪੁਆਇੰਟਸ ਮਿਲ ਜਾਣਗੇ। ਸ਼ੁਕਰੀਆ ਜੀ ਤੁਹਾਡਾ, ਥੈਂਕ ਯੂ ਵੈਰੀ ਮੱਚ। ਸਿੱਧੂ ਸਾਹਿਬ ਤੁਸੀਂ ਹੁਣ ਅਨਮਿਊਟ ਕਰ ਸਕਦੇ ਹੋ ਤੇ ਤੁਸੀਂ ਆ ਸਕਦੇ ਹੋ ਸਾਡੇ ਨਾਲ ਜੀ। ਸਿੱਧੂ ਸਾਹਿਬ ਜੀ, ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਰ, ਅਸੀਂ ਤੁਹਾਨੂੰ ਇਹ ਕੁਐਸਚਨ ਪੁੱਛਣਾ ਸੀਗਾ ਵੀ ਮੇਰੀ ਨੂੰਹ ਹੈ, ਮਤਲਬ ਉਹਨੇ ਮਤਲਬ ਬੀ ਐਸ ਸੀ ਨਰਸਿੰਗ ਕੀਤੀ ਹੋਈ ਹੈ। ਬਹੁਤ ਵਧੀਆ ਜੀ। ਹਾਂ, ਤੇ ਉਹਦਾ 3 ਸਾਲ ਦਾ ਐਕਸਪੀਰੀਅੰਸ ਵੀ ਹੈ, ਮਤਲਬ ਉਹ ਜੋਬ ਕਰਦੇ ਸੀ ਉਹ ਜੀ ਜੀ, ਮਤਲਬ ਐਜ ਏ ਉੱਥੇ ਇੰਸਟੀਚਿਊਟ ਕੇ ਚ ਜੀ ਜੀ ਜੀ। ਤੇ ਉਹ ਮਤਲਬ ਅਸੀਂ ਉਹਦਾ ਕੇਸ ਲਾਉਣਾ ਚਾਹੁੰਦੇ, ਮਤਲਬ ਵੀ ਪੀ ਆਰ ਵਾਸਤੇ, ਮਤਲਬ ਕਿਸ ਤਰ੍ਹਾਂ ਕੀ ਪ੍ਰੋਸੈਸਿੰਗ ਹੈ, ਕੀ ਪ੍ਰੋਸੈਸ ਉਹਦੇ ਚਾਹੀਦਾ ਸਾਨੂੰ, ਮਤਲਬ ਡਾਕੂਮੈਂਟਸ ਵਗੈਰਾ ਰਿਕੁਆਇਰਮੈਂਟਸ ਕੀ ਹੈ ਮਤਲਬ ਉਹਦੇ ਵਿੱਚ? ਮਤਲਬ ਲੁੱਕ, ਸਭ ਤੋਂ ਪਹਿਲਾਂ ਤਾਂ ਜੀ ਉਹਨਾਂ ਦੀ ਇੱਕ ਤਾਂ ਪਹਿਲਾਂ ਇੰਗਲਿਸ਼ ਦੀ ਰਿਕੁਆਇਰਮੈਂਟ ਤੁਸੀਂ ਦੇਖਣੀ ਹੈ, ਉਹਨਾਂ ਨੂੰ 7E ਚਾਹੀਦਾ ਹੋਊਗਾ, ਕਿਉਂਕਿ ਉਹਨਾਂ ਸਭ ਤੋਂ ਪਹਿਲਾਂ ਜੀ ਉਹਨਾਂ ਐਪਰਾ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਪਊਗੀ, ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਪਲੱਸ ਡਿਗਰੀ, ਤਾਂ ਉਸ ਤੋਂ ਬਾਅਦ ਉਹ ਦੱਸਣਗੇ ਕਿ ਉਹਨਾਂ ਨੂੰ ਕਿਸੇ ਬ੍ਰਿਜਿੰਗ ਕੋਰਸ ਵਗੈਰਾ ਦੀ ਲੋੜ ਹੈ ਕਿ ਨਹੀਂ ਹੈ, ਜਾਂ ਡਿਗਰੀ ਉਹਨਾਂ ਦੀ ਅਸੈਸ ਹੋ ਜਾਏਗੀ। ਉਸ ਤੋਂ ਬਾਅਦ ਫਿਰ ਐਨਮੈਕ ਰਜਿਸਟ੍ਰੇਸ਼ਨ ਲਈ ਰਿਕੁਆਇਰਮੈਂਟ ਪੂਰਾ ਹੋਣ ਤੋਂ ਬਾਅਦ ਐਨਮੈਕ ਡਿਗਰੀ ਅਸੈਸ ਕਰਦੀ ਹੈ, ਤਾਂ ਉਸ ਤੋਂ ਬਾਅਦ ਫਿਰ ਉਹ ਪੁਆਇੰਟ ਬੇਸਡ ਵੀਜ਼ਾਸ 'ਤੇ ਉਹਨਾਂ ਦਾ ਕਿੰਨਾ ਸਕੋਰ ਬਣਦਾ, ਅਤੇ ਉਸ ਹਿਸਾਬ ਨਾਲ ਹੀ ਪਰਮਾਨੈਂਟ ਵਾਸਤੇ ਉਹਨਾਂ ਨੂੰ ਇਨਵੀਟੇਸ਼ਨ ਆਏਗਾ ਜੀ। ਤੇ ਜੇ ਇਨ ਕੇਸ ਉਹ ਅਗਰ 7E ਨਹੀਂ ਸਕੋਰ ਕਰ ਪਾਉਂਦੇ ਤਾਂ ਉਹ OET ਵੀਜ਼ਾ ਲਈ ਇੱਥੇ ਆ ਸਕਦੇ ਆ, ਜਿਹੜਾ ਕਿ ਓਕੂਪੇਸ਼ਨਲ ਇੰਗਲਿਸ਼ ਟੈਸਟ ਹੁੰਦਾ ਹੈ ਹੈਲਥ ਕੇਅਰ ਪ੍ਰੋਫੈਸ਼ਨਲਸ ਲਈ। ਉਹਦੇ ਲਈ ਆ ਕੇ ਅਗਰ ਉਹ OET ਬੀ ਗ੍ਰੇਡ ਸਕੋਰ ਕਰਦੇ ਆ ਤਾਂ ਬ੍ਰਿਜਿੰਗ ਕੋਰਸ ਕਰਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ AHPR ਦੇ ਨਾਲ ਜੀ। ਜੀ ਅੱਛਾ ਭਾਅ ਜੀ, ਵੈਸੇ ਇਹਦੇ ਨਾਲ ਸਿੱਧੂ ਸਾਹਿਬ ਵੈਸੇ ਬਹੁਤ ਇੰਟਰਸਟਿੰਗ ਆ ਇਹ ਸਵਾਲ, ਮੈਨੂੰ ਲੱਗਦਾ ਸ਼ਾਇਦ ਤੁਹਾਡੇ ਕੰਮ ਆਵੇ। ਕਾਫੀ ਜਾਣੇ ਨੇ ਜਿਹੜੇ ਉੱਥੋਂ ਇਹ ਚੀਜ਼ ਕਰ ਰਹੇ ਨੇ ਔਰ OET ਤੋਂ ਬਾਅਦ ਇੱਥੇ ਕਰਨ ਆਉਂਦੇ ਆ, ਤੇ ਕੀ ਉਹ ਬਾਅਦ ਦੇ ਵਿੱਚ ਆ ਕੇ ਭਾਅ ਜੀ ਵੀਜ਼ਾ ਵਧਾ ਸਕਦੇ ਹੁੰਦੇ ਆ? ਨਹੀਂ ਭਾਅ ਜੀ, OET ਦਾ 1 ਸਾਲ ਦਾ ਵੀਜ਼ਾ ਮਿਲਦਾ, 1 ਸਾਲ ਦੇ ਅੰਦਰ ਤੁਹਾਨੂੰ OET ਦਾ ਆਪਣਾ ਐਗਜ਼ਾਮ ਕਲੀਅਰ ਕਰਨਾ ਪੈਂਦਾ, ਬੀ ਗ੍ਰੇਡ ਮਿਨੀਮਮ ਚਾਹੀਦਾ ਹੁੰਦਾ ਜੀ। ਬਿਲਕੁਲ, ਜੇ ਤੁਸੀਂ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਵਾਪਸ ਆਪਣਾ ਜਾਣਾ ਹੀ ਪਊਗਾ, ਕਿਉਂਕਿ ਬਹੁਤ ਇੰਡੀਆ ਦੇ ਵਿੱਚ ਸਿਸਟਮ ਹੈਗਾ ਜੀ, ਤੁਸੀਂ ਉੱਥੋਂ ਚਲੇ ਜਾਓ ਤੇ ਕੋਈ ਨਹੀਂ ਗਾ ਬਾਅਦ। ਕਾਫੀ ਬੱਚੇ ਆਉਂਦੇ ਭਾਅ ਜੀ ਜਿਹੜੇ ਮਿਸਗਾਈਡ ਹੋ ਕੇ ਆਉਂਦੇ, ਕਹਿੰਦੇ ਆ ਕਿ ਜੇ OET ਤੋਂ ਬਾਅਦ ਤੁਸੀਂ ਸਟੂਡੈਂਟ ਵੀਜ਼ਾ ਪਾ ਸਕੋਗੇ, ਠੀਕ ਹੈ ਆਪਣਾ ਵੀਜ਼ਾ ਐਕਸਟੈਂਡ ਕਰ ਸਕੋਗੇ, ਪਰ ਇਹ ਪੋਸੀਬਿਲਿਟੀ ਨਹੀਂ ਹੁੰਦੀ ਜੀ। ਸੋ ਆਸ ਕਰਦੇ ਸੀ ਤੁਸੀਂ, ਸਵਾਲ ਦਾ ਜਵਾਬ ਮਿਲ ਗਿਆ ਹੋਊਗਾ। ਹਾਂਜੀ ਹਾਂਜੀ ਸਰ ਜੀ, ਚਲੋ ਸ਼ੁਕਰੀਆ ਜੀ, ਤੁਸੀਂ ਹੁਣ ਫੋਨ ਕੱਟ ਸਕਦੇ ਹੋ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ, ਸ਼ੁਕਰੀਆ ਜੀ। ਨੈਕਸਟ ਕਾਲਰ ਜਗਜੀਤ ਜੀ, ਜਗਜੀਤ ਜੀ ਹੈਲੋ ਜੀ, ਪ੍ਰੋਸੈਸਿੰਗ ਹੈ ਕੁਛ? ਹਾਂਜੀ, ਕਿੰਨੀ ਪ੍ਰੋਸੈਸਿੰਗ ਕੀ ਪੁੱਛ ਰਹੇ ਤੁਸੀਂ? ਮੈਂ ਬਲੱਡ ਰਿਲੇਸ਼ਨ ਜੀ, ਜਿਵੇਂ ਮੇਰੀਆਂ 2 ਬੇਟੀਆਂ ਹੈ, ਮਤਲਬ ਉਹ ਆਸਟ੍ਰੇਲੀਆ ਸਿਟੀਜ਼ਨ ਹੈ, ਮੈਰਿਡ ਹੈ ਜੀ ਜੀ। 489 ਵੀਜ਼ਾ ਜਿਹੜਾ ਹੁੰਦਾ ਡੈਜ਼ਿਗਨੇਟਿਡ, ਉਹਦੇ ਵਿੱਚ ਉਹਨਾਂ ਨੂੰ 10 ਪੁਆਇੰਟ ਮਿਲ ਸਕਦੇ ਆ ਜੀ। ਓਕੇ, ਤੁਸੀਂ ਇਹ ਮੁਲਾਕਾਤ ਕਰ ਸਕਦੇ ਹੋ ਜੀ, ਇਹਨਾਂ ਦੇ ਨਾਲ ਥੋੜ੍ਹਾ ਜਿਹਾ ਸਮਾਂ ਕੱਢ ਲਓ ਅਤੇ ਉਹਨਾਂ ਦੇ ਨਾਲ ਜ਼ਰੂਰ ਮਿਲ ਲਓ ਇੱਕ ਵਾਰੀ, ਹੈ ਨਾ, ਚੰਗੀ ਦਾ। ਔਰ ਇਹਨਾਂ ਦੇ ਆਫਿਸ ਉੱਥੇ ਵੀ ਹੈਗੇ ਆ ਜੀ, ਇੰਡੀਆ ਦੇ ਵਿੱਚ, ਤੁਸੀਂ ਉੱਥੇ ਮੁਲਾਕਾਤ ਕਰ ਸਕਦੇ ਹੋ, ਬਹੁਤ ਵਧੀਆ ਬਿਹਤਰ। ਚੰਡੀਗੜ੍ਹ ਵੀ ਹੈ ਜੀ, ਜਲੰਧਰ ਵੀ ਹੈ, ਅੰਮ੍ਰਿਤਸਰ, ਬਟਾਲਾ, ਹਰ ਪਾਸੇ, ਹਰ ਮੇਨ ਸ਼ਹਿਰ ਚ। ਤੁਸੀਂ ਦੱਸ ਦਿਓ ਕਿਹੜੇ ਸ਼ਹਿਰ ਦਾ, ਤੁਹਾਨੂੰ ਐਡਰੈਸ ਦੇ ਦਿਓ। ਚੰਡੀਗੜ੍ਹ ਜੀ, SCO 139140, Sector 9C, ਐਕਸਿਸ ਬੈਂਕ ਦੇ ਉੱਪਰ ਚੰਡੀਗੜ੍ਹ ਚ ਸਾਡਾ ਆਫਿਸ ਹੈ ਜੀ। SCO 139140, Sector 9C, ਐਕਸਿਸ ਬੈਂਕ ਦੇ ਉੱਪਰ ਚੰਡੀਗੜ੍ਹ।
ਚਲੋ ਸ਼ੁਕਰੀਆ ਜੀ, ਓਕੇ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ ਸੁਨੀਲ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਹੁਣ ਤੁਸੀਂ ਕਾਲ ਜਿਹੜੀ ਹੈ ਕਰ ਸਕਦੇ ਹੋ, ਥੈਂਕ ਯੂ। ਆਪਾਂ ਨੈਕਸਟ ਕਾਲਰ ਜੀ, ਜਗਜੀਤ ਜੀ, ਤੁਸੀਂ ਹੁਣ ਆ ਜਾਓ ਜੀ, ਤੁਹਾਡੀ ਵਾਰੀ ਆ ਗਈ ਹੈ ਜੀ। ਜੀ ਜਗਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਐਕਚੁਅਲੀ ਇੱਥੋਂ MBA ਕੀਤੀ ਹੈ ਫਰਮ ਚਾਰਟਰਡ ਯੂਨੀਵਰਸਿਟੀ ਤੇ ਮਾਰਕੀਟਿੰਗ ਦੇ ਵਿੱਚ ਕੀਤੀ ਹੈ ਜੀ। ਤੇ ਸਰ ਮੈਂ ਇੰਡੀਆ ਤੋਂ MCOM ਕਰਕੇ ਆਇਆ ਸੀ ਤੇ ਮੈਂ CPA ਤੋਂ ਆਪਣੀ ਸਟੱਡੀ ਅਸੈਸ ਕਰਵਾਈ ਹੈ ਤੇ ਉਹਨਾਂ ਨੇ ਮੈਨੂੰ ਇੱਕ ਸਬਜੈਕਟ ਕਰਨ ਨੂੰ ਦਿੱਤਾ, ਦੈਟ ਇਜ਼ ਫਾਈਨੈਂਸ਼ੀਅਲ ਅਕਾਊਂਟਿੰਗ ਐਂਡ ਰਿਪੋਰਟਿੰਗ। ਓਕੇ, ਗੁੱਡ। ਤੇ ਉਹ ਸਰ ਮੈਂ MIT ਤੋਂ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ ਜੀ ਜੀ। ਤੇ ਉਸ ਤੋਂ ਬਾਅਦ ਮੈਂ ਤਸਮਾਨੀਆ ਹੁਣ ਆ ਬੈਚ ਦੇ ਵਿੱਚ ਐਡਮਿਸ਼ਨ ਵੀ ਲੈ ਲਈ ਹੈ ਜੀ। ਵਟ ਕੋਰਸ, ਕਿਹੜੇ ਕੋਰਸ? ਮੈਂ ਸਰ ਤਸਮਾਨੀਆ ਡਿਪਲੋਮੇ ਦੇ ਵਿੱਚ ਲਈ ਹੋਈ ਹੈ। ਓਕੇ ਓਕੇ, ਫਾਈਨ। ਯਾ, ਡਿਪਲੋਮਾ ਇਨ ਬਿਜ਼ਨਸ ਜੀ ਜੀ ਜੀ। ਤਾਂ ਉਹ ਮੈਂ ਪਹਿਲਾ ਕੁਐਸਚਨ ਦਾ ਇਹ ਹੈ ਕਿਉਂਕਿ ਮੈਂ ਦੋ ਮਾਸਟਰਸ ਕਰ ਚੁੱਕਿਆ, ਉਸ ਤੋਂ ਬਾਅਦ ਮੈਂ ਉੱਥੇ ਜਾ ਕੇ ਇੱਕ ਡਿਪਲੋਮਾ ਕਰ ਰਿਹਾ ਹਾਂ, ਉਹ ਇਹ ਕੋਈ ਨੋ ਲੁੱਕ ਇਹ ਮੈਟਰ ਨਹੀਂ ਕਰੂਗਾ। ਤੁਸੀਂ ਇਹਦੇ ਲਈ ਕੀ ਵੀਜ਼ਾ ਵੀਜ਼ਾ ਵਧਾਉਣਾ ਪਊਗਾ ਜਾਂ ਤੁਹਾਡੇ ਕੋਲ ਆਲਰੇਡੀ ਵੀਜ਼ਾ ਹੈ TR ਦੇ ਉੱਤੇ ਜਾ ਕੇ? ਮੇਰੇ ਕੋਲ TR ਦੇ ਉੱਤੇ ਆ ਤੇ ਮੈਂ ਇੱਕ April 2019 ਤੱਕ ਵੀਜ਼ਾ ਹੈ। ਉਹ ਤੱਕ ਤੁਹਾਡੀ ਸਟੱਡੀ ਹੋ ਜਾਣੀ ਫਿਨਿਸ਼, ਰਾਈਟ? ਸੋ ਇਟਸ ਓਕੇ ਜੀ ਜੀ। ਜੇ ਪ੍ਰੋਬਲਮ ਆਣੀ ਸੀ ਜੇ ਤੁਸੀਂ ਵੀਜ਼ਾ ਐਕਸਟੈਂਡ ਕਰਾਉਂਦੇ, ਕਿਉਂਕਿ ਤੁਸੀਂ ਨੌਨ ਜੈਨੂਇਨ ਸਟੂਡੈਂਟ ਗਿਨੇ ਜਾਂਦੇ, ਪਰ ਸਿੰਸ ਤੁਹਾਡੇ ਕੋਲ ਆਲਰੇਡੀ ਵੀਜ਼ਾ ਹੈ ਤੇ ਇਸ ਗੱਲ ਇਸ ਨਾਲ ਕੋਈ ਪ੍ਰੋਬਲਮ ਨਹੀਂ ਪੈਂਦੀ ਕਿ ਤੁਸੀਂ ਇੱਥੇ ਹੋਰ ਇੱਕ ਡਿਪਲੋਮਾ ਪੜ੍ਹ ਰਹੇ ਹੋ ਜੀ। ਓਕੇ, ਸਰ ਮੇਰਾ ਸੈਕਿੰਡ ਕੁਐਸਚਨ ਹੈ ਕਿ ਮੇਰੇ ਕੋਲ COE ਨਹੀਂ ਹੈਗੀ, ਦੇ ਸਕਦੇ ਕਿ ਤੁਹਾਨੂੰ COE ਦੀ ਰਿਕੁਆਇਰਮੈਂਟ ਨਹੀਂ ਹੈਗੀ, ਅਸੀਂ ਤੁਹਾਨੂੰ VOE ਦੇਵਾਂਗੇ, ਦੈਟ ਇਜ਼ ਵੈਰੀਫਿਕੇਸ਼ਨ ਆਫ ਐਨਰੋਲਮੈਂਟ। ਲੁੱਕ, ਸਾਫ਼ ਉਹਨਾਂ ਨੇ ਬੋਲਿਆ ਕ੍ਰਾਈਕੋਸ ਰਜਿਸਟਰਡ ਕੋਰਸ ਹੋਣਾ ਚਾਹੀਦਾ। ਹਾਂਜੀ, ਜਿਹੜਾ ਵੀ ਕੋਈ ਕਾਲਜ ਹੈ ਜਿਹੜਾ ਕਿ ਐਸਕੁਆਰ ਨਾਲ ਰਜਿਸਟਰਡ ਹੈ, ਕ੍ਰਾਈਕੋਸ, ਉਹਨੂੰ ਬਾਜੀ ਪ੍ਰਿਜ਼ਮ ਦੇ ਥਰੂ ਤੁਹਾਨੂੰ COE ਦੇਣੀ ਪੈਗੀ, ਕਿਉਂਕਿ ਉਹ ਡਾਟਾ ਰਿਕਾਰਡ ਹੁੰਦਾ ਗਵਰਨਮੈਂਟ ਨਾਲ, ਇਮੀਗ੍ਰੇਸ਼ਨ ਨਾਲ। ਤੇ ਹਰ ਜਿਹੜਾ ਕ੍ਰਾਈਕੋਸ ਪ੍ਰੋਵਾਈਡਰ ਹੈ ਉਹਦੀ ਰਿਕੁਆਇਰਮੈਂਟ ਹੈ ਕਿ ਉਹਨੂੰ COE ਪ੍ਰੋਵਾਈਡ ਕਰਨੀ ਪੈਂਦੀ ਹੈ ਸਟੂਡੈਂਟ ਨੂੰ, ਕਨਫਰਮੇਸ਼ਨ ਆਫ ਐਨਰੋਲਮੈਂਟ ਜੀ। ਬਟ ਉਹ ਕਹਿ ਰਿਹਾ ਹੈ ਕਿ ਮਤਲਬ ਸਾਡਾ COE ਵਾਲਾ ਕੋਟਾ ਫੁੱਲ ਹੋ ਚੁੱਕਾ ਹੈ, ਬਟ ਅਸੀਂ ਤੁਹਾਨੂੰ ਵੈਰੀਫਿਕੇਸ਼ਨ ਆਫ ਐਨਰੋਲਮੈਂਟ ਦਵਾਂਗੇ। ਭਾਜੀ, ਅਗਰ ਕੋਟਾ ਪੂਰਾ ਹੋਇਆ ਤਾਂ ਫਿਰ ਉਹ ਐਕਸਟਰਾ ਸਟੂਡੈਂਟ ਰੱਖ ਹੀ ਨਹੀਂ ਸਕਦੇ ਜੀ, ਫਿਰ ਤਾਂ ਉਹ ਤੋਂ ਫਿਰ ਤਾਂ ਤੁਹਾਨੂੰ ਸਰਟੀਫਿਕੇਟ ਵੀ ਨਹੀਂ ਇਸ਼ੂ ਕਰ ਸਕਦੇ। ਲੁੱਕ ਅਗੇਨ, ਆਪਾਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਕ੍ਰਾਈਕੋਸ ਰਜਿਸਟਰਡ ਕੋਰਸ ਚਾਹੀਦਾ, ਪਰ ਇਹ ਹੁਣ ਤੁਸੀਂ ਦੱਸ ਰਹੇ ਹੋ COE ਨਹੀਂ ਹੈ। ਲੁੱਕ ਅਗੇਨ, ਜਿਹੜੀ ਤਸਮਾਨੀਆ ਦੀ ਮੈਂ ਤੁਹਾਨੂੰ ਰਿਕੁਆਇਰਮੈਂਟ ਦੱਸ ਦਿੰਦਾ, ਉਹਨਾਂ ਨੂੰ ਕ੍ਰਾਈਕੋਸ ਰਜਿਸਟਰਡ ਕੋਰਸ ਚਾਹੀਦਾ, ਰਾਈਟ? ਜੇ ਉਹ ਰਜਿਸਟਰਡ ਕੋਰਸ ਨਹੀਂ ਹੋਊਗਾ ਤਾਂ ਓਬਵੀਅਸਲੀ ਇਸ ਬੇਸ ਤੇ ਉਹ ਤੁਹਾਨੂੰ ਟਰਨ ਡਾਊਨ ਕਰ ਦੇਣਗੇ ਤੁਹਾਡਾ ਪ੍ਰਪੋਜ਼ਲ। ਭਾਜੀ, COE ਦੀ ਰਿਕੁਆਇਰਮੈਂਟ, ਈਵਨ ਤੁਸੀਂ 485 ਤੇ ਹੋ, ਤੁਹਾਨੂੰ COE ਦੀ ਰਿਕੁਆਇਰਮੈਂਟ ਰਹੇਗੀ ਰਹੇਗੀ, ਕਿਉਂਕਿ ਤਾਂ ਹੀ ਤੁਸੀਂ ਰਜਿਸਟਰ ਹੋ ਸਕਦੇ ਗਵਰਨਮੈਂਟ ਨਾਲ ਇੱਕ ਕੋਰਸ ਲਈ। ਓਕੇ, ਠੀਕ ਹੈ ਸਰ ਜੀ, ਡਬਲ ਚੈੱਕ ਕਰ ਲਿਓ ਫਿਰ ਵੀ। ਹਾਂਜੀ ਸਰ, ਮੈਂ ਇੱਕ ਵਾਰ ਡਬਲ ਚੈੱਕ ਕਰੂੰਗਾ। ਤੇ ਸਰ ਦੂਸਰਾ ਮੇਰਾ ਇੱਕ ਕੁਐਸਚਨ ਸੀਗਾ ਕਿ ਉਹਨਾਂ ਨੇ ਲਿਖਿਆ ਹੋਇਆ 12 ਮੰਥਸ ਡਿਊਰਿੰਗ ਯੂਅਰ ਸਟੱਡੀ ਪੀਰੀਅਡ। ਯੈਸ, ਤੁਸੀਂ ਉੱਥੇ ਰਹਿਣਾ ਹੈ ਜਿਹੜਾ ਕੰਡੀਸ਼ਨ ਆ ਜੀ। ਤੇ ਇਹਦਾ ਮਤਲਬ ਇਹ ਆ ਕਿ 12 ਮੰਥਸ ਆਪਾਂ ਨੂੰ ਵਿਦ ਇਨ ਸਟੱਡੀ ਉੱਥੇ ਰਹਿਣਾ ਪੈਣਾ ਕਿ 12 ਮੰਥਸ ਆਫਟਰ ਸਟੱਡੀ ਵੀ ਆਪਾਂ ਉੱਥੇ ਰਹਿਣਾ ਪੈਣਾ? ਨਾ ਨਾ, 12 ਮੰਥਸ ਡਿਊਰਿੰਗ, ਉਸ ਤੋਂ ਬਾਅਦ ਓਬਵੀਅਸਲੀ ਜੇ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤਾਂ 2 ਸਾਲ ਉਹ ਤੁਹਾਡੇ ਕੋਲ ਐਕਸਪੈਕਟ ਕਰਦੇ ਕਿ ਤੁਸੀਂ ਉੱਥੇ ਰੁਕੋਗੇ। ਓਕੇ ਤੇ ਸਰ ਮੇਰੇ ਕੋਲ ਜਦੋਂ ਵੀਜ਼ਾ ਉਸ ਤੋਂ ਬਾਅਦ ਬਚਣਾ ਹੈ ਜਦੋਂ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਮੇਰੇ ਕੋਲ ਹਾਰਡਲੀ 8 ਮੰਥ ਦਾ ਵੀਜ਼ਾ ਬਚੇਗਾ ਤਾਂ ਮੇਰੀ ਉਹ 1 ਸਾਲ ਦੀ ਸਟੇ ਪੂਰੀ ਨਹੀਂ ਹੋ ਪਾਏਗੀ, ਤਾਂ ਫਿਰ ਮੈਨੂੰ ਕੀ ਕਰਨਾ ਪਏਗ
ਸਾਲ ਉੱਥੇ ਰਹਿਣਾ ਪੈਣਾ ਹੈ ਦੈਨ ਯੂ ਕੈਨ ਅਪਲਾਈ ਫਾਰ ਯੂਅਰ ਵੀਜ਼ਾ ਬਿਲਕੁ�ਲ ਲਿਖਿਆ ਹੋਇਆ ਕੀਤੀ ਹੈ ਪਲੱਸ 12 ਮੰਥਸ ਰੈਜ਼ੀਡੈਂਸ ਉਹ ਪਲੱਸ ਨਹੀਂ ਹੈ ਮੀਨਸ ਤੁਸੀਂ ਐਵੀਡੈਂਸ ਵੀ ਪ੍ਰੂਫ ਵੀ ਨਾਲ ਦੇਣੇ ਵੀ ਤੁਸੀਂ ਉੱਥੇ ਰਹਿ ਕੇ ਪੜ੍ਹਦੇ ਰਹੇ ਹੋ ਓਕੇ ਜੀ ਠੀਕ ਹੈ ਸਰ ਜੀ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਗਜੀਤ ਜੀ ਥੈਂਕ ਯੂ ਔਰ ਨੈਕਸਟ ਕਾਲਰ ਅਮਨ ਜੀ ਜਗਜੀਤ ਜੀ ਤੁਸੀਂ ਕਾਲ ਕਰ ਸਕਦੇ ਹੋ ਅਮਨ ਜੀ ਤੁਸੀਂ ਨਾਲ ਹੋ ਸਾਡੇ ਤੇ ਜੀ ਪੁੱਛੋ ਸਵਾਲ ਸਤਿ ਸ਼੍ਰੀ ਅਕਾਲ ਸਰ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅਮਨ ਜੀ ਸਰ ਮੈਂ ਬਿਲਕੁਲ
ਪਹਿਲਾਂ ਤਾਂ ਥੈਂਕ ਯੂ ਕਰਨਾ ਚਾਹੁੰਦਾ ਸਰ, ਤੁਸੀਂ ਇੰਨੀ ਇਕੁਅਲ ਐਂਡ ਤੇ ਬਹੁਤ ਵਧੀਆ ਇਨਫੋਰਮੇਸ਼ਨ ਸਾਰਿਆਂ ਨੂੰ ਦੇ ਰਹੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਭਾਜੀ, ਇਸ ਤੁਹਾਡਾ ਪਿਆਰ ਤੇ ਸਪੋਰਟ ਹੀ ਹੈ ਜੀ। ਮੋਸਟ ਵੈਲਕਮ ਸਰ। ਸਰ ਮੇਰਾ ਇੱਕ ਸਿੰਪਲ ਜਿਹਾ ਸਵਾਲ ਆ ਸਰ, ਮੇਰੀ 24 ਇਅਰਸ ਹੈ ਸਰ। ਸਰ ਮੈਂ ਇੱਕ ਸਾਲ ਦਾ ਡਿਪਲੋਮਾ ਕੀਤਾ, ਡਿਪਲੋਮਾ ਆਫ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ। ਆਫਟਰ ਦੈਟ ਸਰ ਮੈਂ ਬੈਚਲਰ ਆਫ ਇੰਜੀਨੀਅਰਿੰਗ ਟੈਕਨੋਲੋਜੀ ਇਨ ਮਕੈਨੀਕਲ ਐਂਡ ਮੈਨੂਫੈਕਚਰਿੰਗ ਕੀਤੀ ਹੈ ਸਰ। ਜੀ ਜੀ। ਸਰ ਕੀ ਮੈਨੂੰ ਜਸਮਾਨੀਆ ਵਗੈਰਾ ਜਾਣ ਲਈ ਐਫਰਟ ਕਰਨੇ ਪੈਣਗੇ ਜਾਂ ਮੇਰੀ ਪੀਆਰ ਇੱਥੇ ਹੀ ਈਜ਼ੀਲੀ ਹੋ ਜੂਗੀ? ਲੁੱਕ ਅਗੇਨ, ਜੇ ਆਪਾਂ ਤੁਹਾਡਾ ਓਕੂਪੇਸ਼ਨ ਦੇਖੀਏ, ਤਸਮਾਨੀਆ 'ਚ ਜਿਹੜੇ ਹੈਗੇ ਆ ਪ੍ਰੋਡਕਸ਼ਨ ਐਂਡ ਆਲ, ਇਹ ਸ਼ਾਇਦ ਉਹਨਾਂ ਦੀ ਲਿਸਟ ਦੇ ਉੱਤੇ ਹੈਗੇ ਆ, ਰਾਈਟ? ਲੁੱਕ ਅਗੇਨ, ਤੁਹਾਨੂੰ ਪੁਆਇੰਟ ਬੇਸ ਸਿਸਟਮ ਹੈ, ਤੁਹਾਨੂੰ ਲੋਕਾਂ ਨਾਲ ਕੰਪੀਟ ਕਰਨਾ ਪੈਣਾ। ਇਨਵੀਟੇਸ਼ਨ ਸਿਰਫ ਉਹਨੂੰ ਹੀ ਜਾਣਾ ਜਿਹੜਾ ਮੈਕਸੀਮਮ ਸਕੋਰ ਕਰੂਗਾ। ਜੇ ਤਸਮਾਨੀਆ ਜਾਂਦੇ ਹੋ, ਉਹ ਤੁਹਾਨੂੰ ਹੈਪੀ ਹੈ ਤੁਹਾਨੂੰ ਤੁਹਾਡੇ ਓਕੂਪੇਸ਼ਨ ਵਾਸਤੇ ਤੁਹਾਨੂੰ ਸਪੋਂਸਰਸ਼ਿਪ ਦੇਣ ਲਈ, ਰਾਈਟ? ਲੇਕਿਨ ਇਹ ਤੁਸੀਂ ਦੇਖਣਾ ਵੀ ਹੁਣ ਤੁਸੀਂ ਉੱਥੇ ਜਾਣਾ ਚਾਹੁੰਦੇ ਕਿ ਨਹੀਂ। ਲੇਕਿਨ ਹੋ ਸਕਦਾ ਕਿ ਵਿਕਟੋਰੀਆ ਨਿਊ ਸਾਊਥ ਵੇਲਸ ਇੱਥੇ, ਕਿਉਂਕਿ ਸਾਰੇ ਇੱਥੇ ਰਹਿਣਾ ਚਾਹੁੰਦੇ ਆ ਅਤੇ ਇੱਥੇ ਹਾਈਐਸਟ ਸਕੋਰ ਵਾਲੇ ਲੋਕ ਬੈਠੇ ਆ, ਉੱਥੇ ਸ਼ਾਇਦ ਨਾ ਹੋਣ। ਇਹ ਹੁਣ ਤੁਸੀਂ ਭਾਈ ਤਸਮੇਨੀਆ ਦਾ ਇੱਕੋ ਹੀ ਐਡਵਾਂਟੇਜ ਦਿਖਦਾ ਇੱਥੇ, ਉਹ ਇਹ ਹੈ ਕਿ ਹਰ ਬੰਦਾ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਅਪਲਾਈ ਕਰ ਰਿਹਾ, ਜਿਹਦੇ ਕਰਕੇ ਜਿਹੜਾ ਪੁਆਇੰਟ ਸਿਸਟਮ ਬਾਹਰ ਹੈ ਉਹ ਵੱਧ ਰਿਹਾ। ਲੇਕਿਨ ਤਸਮੇਨੀਆ ਇਹੋ ਜਿਹੀ ਜਗ੍ਹਾ ਕਿ ਜਿੱਥੇ ਸਕਿੱਲ ਸ਼ੋਰਟੇਜ ਹੈ ਅਤੇ ਉਹ ਚਾਹੁੰਦੇ ਕਿ ਅਰਜੈਂਟ ਲੋਕ ਇੱਥੇ ਮਾਈਗ੍ਰੇਟ ਕਰਨ, ਅਤੇ ਉੱਥੇ ਤੁਹਾਡੇ ਚਾਂਸਿਸ ਫਾਈਲ ਖੋਲਣ ਦੇ ਅਤੇ ਪੀ ਆਰ ਆਉਣ ਦੇ ਜ਼ਿਆਦਾ ਵਧੀਆ ਹੈ ਕੰਪੇਅਰ ਟੂ ਆਪਾਂ ਮੇਨਲੈਂਡ ਆਸਟ੍ਰੇਲੀਆ ਦੀ ਗੱਲ ਕਰੀਏ। ਜੀ ਸਰ, ਜੇ ਮੈਂ ਮੰਨ ਲਓ, ਬਿਕੋਜ਼ ਆਈ ਜਸਟ ਕੰਪਲੀਟਿਡ ਮਾਈ ਸਟੱਡੀ ਸਰ, ਹਾਲੇ ਮਹੀਨਾ ਹੀ ਹੋਇਆ ਸਰ, ਜੇ ਮੈਂ ਤਸਮਾਨੀਆ ਜਾਣਾ, ਕੀ ਮੈਨੂੰ ਕੋਈ ਮਾਸਟਰ ਡਿਗਰੀ ਲੈਣੀ ਪਊਗੀ ਜਾਂ ਕੋਈ ਵੀ ਮੈਂ ਛੋਟਾ ਮੋਟਾ ਕੋਰਸ ਲੈ ਲਾਂ? ਲੁੱਕ, ਜਿਹੜੀ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਤੁਸੀਂ ਆਲਰੇਡੀ ਪੂਰੀ ਕਰ ਚੁੱਕੇ ਹੋ, ਜੇ ਕਿ ਜਿਹੜੀ ਕਿ ਮਿਨੀਮਮ 92 ਵੀਕਸ ਦੀ ਹੋਣੀ ਚਾਹੀਦੀ ਹੈ, ਰਾਈਟ? ਜਿੱਥੇ ਤੁਹਾਨੂੰ 5 ਪੁਆਇੰਟ ਮਿਲਣੇ ਆ, ਇਹ ਸਟੇਟ ਦਾ ਮਾਮਲਾ ਹੈ। ਸਟੇਟ ਨੇ ਇੱਕ ਤਰੀਕੇ ਨਾਲ, ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਦੇ ਉੱਥੇ ਲੋਕਲ ਤੁਸੀਂ ਰਹਿ ਨਹੀਂ ਰਹੇ, ਬਿਜ਼ਨਸ ਉਹਨਾਂ ਨੂੰ ਦੇ ਨਹੀਂ ਰਹੇ, ਲੇਕਿਨ ਸਪੋਂਸਰਸ਼ਿਪ ਉਹਨਾਂ ਕੋਲ ਲੈ ਕੇ ਫਿਰ ਤੁਸੀਂ ਉੱਥੋਂ ਵਾਪਸ ਨਿਕਲ ਜਾਂਦੇ ਹੋ, ਰਾਈਟ? ਇਸ ਕਰਕੇ ਉਹਨਾਂ ਨੇ ਬਣਾਇਆ ਵੀ ਸਾਨੂੰ ਇੱਥੇ ਲੋਕਲ ਬਿਜ਼ਨਸ ਦੇਣ, ਇੱਥੋਂ ਪੜ੍ਹੇ ਲੋਕਾਂ ਨੂੰ ਅਸੀਂ ਸਪੋਂਸਰਸ਼ਿਪ ਦੇਣੀ ਆ। ਇਸ ਕਰਕੇ ਉਹ ਕਹਿ ਰਹੇ ਕਿ ਐਨੀ ਕੋਰਸ ਤੁਸੀਂ ਕਰ ਸਕਦੇ ਹੋ, ਰਾਈਟ? ਠੀਕ ਹੈ ਸਰ, ਬਹੁਤ ਬਹੁਤ ਥੈਂਕ ਯੂ ਸਰ ਤੁਹਾਡਾ ਇਨਫੋਰਮੇਸ਼ਨ ਦੇਣ ਲਈ। ਯੂ ਵੈਲਕਮ ਭਾਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਮਤਲਬ ਕਿ ਸਕਿੱਲ ਅਸੈਸਮੈਂਟ ਜੇ ਅਪਲਾਈ ਕਰਨੀ ਹੈ ਤਾਂ ਉਹਨਾਂ ਦੇ ਕੋਲ ਮਤਲਬ ਕਿ ਇੰਡੀਆ ਦਾ ਐਕਸਪੀਰੀਅੰਸ ਹੈਗਾ, ਮਤਲਬ ਕਿ 8 ਸਾਲ ਤੋਂ ਉੱਪਰ ਦਾ ਹੀ ਹੈ ਤੇ ਉਹ ਮਤਲਬ ਕਿ ਐਕਸਪੀਰੀਅੰਸ ਓਵਰਟੇਕ ਕਰ ਸਕਦੇ ਇੱਥੋਂ ਦੇ ਐਕਸਪੀਰੀਅੰਸ ਨੂੰ, ਹਾਲਾਂਕਿ ਉਹ ਇੱਥੇ ਵੀ ਜੋਬ ਕਰ ਰਹੇ ਆ, 7-8 ਮਹੀਨੇ ਹੋ ਗਏ ਉਹਨਾਂ ਨੂੰ ਜੋਬ ਕਰਦੇ ਨੂੰ ਜੀ। ਲੁੱਕ, ਲੇਕਿਨ ਉਸ ਤੋਂ ਪਹਿਲਾਂ ਕੀ ਉਹ ਕੋਈ ਉੱਥੇ ਉਹਨਾਂ ਨੇ ਐਜੂਕੇਸ਼ਨ ਕੀਤੀ ਸੀ ਉਸ ਤੋਂ ਪਹਿਲਾਂ ਜਿਹੜਾ ਮਤਲਬ ਇੰਡੀਆ ਦੇ ਵਿੱਚ? ਹਾਂਜੀ, ਉੱਥੇ ਵੀ ਉਹਨਾਂ ਨੇ ਸਰਟੀਫਿਕੇਟ 3 ਕੀਤਾ ਸੀਗਾ, ਰਾਈਟ? ਬਾਕੀ ਕੁਛ ਟ੍ਰੇਨਿੰਗ ਹੈਗੀਆਂ ਮਤਲਬ ਕਿ ਜਿਹੜੇ ਛੋਟੇ ਕੋਰਸਿਸ ਹੁੰਦੇ ਤੇ ਬਾਕੀ ਇੱਕ ਉਹ ਹੈਗਾ ਵੈਲਡਿੰਗ ਦਾ ਡਿਪਲੋਮਾ ਵੀ ਉਹਨਾਂ ਕੋਲ, ਜਿਹੜਾ ਟ੍ਰੇਡ ਟੈਸਟ ਹੁੰਦਾ ਨਾ ਉਹ ਵੀ ਹੈਗਾ ਸਰਟੀਫਿਕੇਟ ਟ੍ਰੇਡ ਟੈਸਟ ਦਾ ਵੀ ਵੈਲਡਿੰਗ ਦੇ ਵਿੱਚ। ਲੁੱਕ ਅਗੇਨ, ਉਹ ਦੇਖਣਾ ਪਊਗਾ ਉਹਨਾਂ ਦਾ ਜਿਹੜਾ ਕਿ ਹੈਗਾ, ਕਿਉਂਕਿ ਵੈਸੇ ਰਿਕੁਆਇਰਮੈਂਟ ਇਜ਼ ਸਰਟ 4 ਮਿਨੀਮਮ ਉਹਦੇ ਵਾਸਤੇ, ਠੀਕ ਹੈ? ਜੇ ਉਹ ਹੈਗੀ ਫਿਰ ਓਬਵੀਅਸਲੀ ਉਸ ਤੋਂ ਬਾਅਦ, ਕਿਉਂਕਿ ਸਕਿੱਲ ਲੈਵਲ ਰੀਚ ਹੋਣ ਤੋਂ ਬਾਅਦ ਦਾ ਐਕਸਪੀਰੀਅੰਸ ਹੀ ਕਾਊਂਟ ਹੁੰਦਾ, ਠੀਕ ਹੈ ਜੀ? ਜੇ ਉਹ ਹੋ ਗਿਆ ਫਿਰ ਉਹ ਕਾਊਂਟ ਹੋਏਗਾ, ਅਦਰਵਾਈਜ਼ ਨਹੀਂ ਕਾਊਂਟ ਹੋਏਗਾ। ਕੰਪਲੀਟ ਕਰ ਰਹੇ ਡਿਪਲੋਮਾ ਇਹਦਾ ਆਟੋਮੋਟਿਵ ਮੈਨੇਜਮੈਂਟ ਦਾ ਨਾ ਜੀ, ਤੇ ਮਤਲਬ ਕਿ ਜੇ ਆਪਾਂ ਪਹਿਲਾਂ ਪਾਉਣੀ ਆ ਪਾ ਸਕਦੇ ਹਾਂ ਉਹਨਾਂ ਕੋਲੇ ਸਰਟੀਫਿਕੇਟ 3 ਤੇ ਸਰਟੀਫਿਕੇਟ 4 ਆਲਰੇਡੀ 4 ਤੇ 4 ਤੇ ਯੈਸ ਹਾਂਜੀ ਉਹ ਮਤਲਬ ਕਿ ਕਿਹੜੀ ਮਤਲਬ ਅਸੈਸਮੈਂਟ ਪਾ ਸਕਦੇ ਆਪਾਂ ਸਕਿੱਲ ਅਸੈਸਮੈਂਟ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਜਿਹੜੀ ਹੁੰਦੀ ਹੈ
ਲੇਕਿਨ 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 ਟੀਆਰ ਲਈ ਐਲੀਜੀਬਲ ਹੋਣ ਲਈ 92 ਵੀਕਸ ਦੀ ਸਟੱਡੀ ਹੋਣੀ ਚਾਹੀਦੀ ਹੈ, ਰਾਈਟ? ਜਿਹੜਾ ਸੈਟ 3 ਸੈਟ 4 ਯੂਜੂਲੀ 78 ਵੀਕਸ ਦੇ ਅਰਾਊਂਡ ਹੁੰਦਾ ਤੇ ਕੱਲੇ ਉਹਨਾਂ ਦੇ ਬੇਸ ਤੇ ਤੁਹਾਨੂੰ ਟੀਆਰ ਨਹੀਂ ਮਿਲੇਗੀ, ਡਿਪਲੋਮਾ ਕਰਨਾ ਪੈਣਾ। ਓਕੇ ਜੀ, ਧੰਨਵਾਦ ਗੁਰਤੇਜ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਦੇ ਲਈ। ਤੇ ਇੱਕ ਜਾਂਦੇ ਜਾਂਦੇ ਸਵਾਲ ਸੀਗਾ ਜੀ, ਪ੍ਰੋਗਰਾਮ ਐਨਾਲਿਸਟ ਇਹਨਾਂ ਦੇ ਲਈ ਕੁਝ ਚੇਂਜ ਭਾਜੀ ਡਿਊਰਿੰਗ? ਨੋਟ ਮਚ, ਨੋ, ਕੁਛ ਨਹੀਂ ਹੈ ਜੀ। ਵੈਸੇ ਇੱਕ ਨਾ ਸਵਾਲ ਜਿਹੜਾ ਵਾ ਅੱਜ ਦੇ ਦਿਨ ਵੀ ਮੈਨੂੰ ਲੱਗਾ ਵੀ ਕਾਫੀ ਜ਼ਿਆਦਾ ਸੀ, ਜਿਹੜੇ ਕਵੀਜ਼ ਜੀ ਸਨ ਜਿਹੜੇ ਮੇਰੇ ਪਟਿਸਟਰੀ ਦਾ ਜਿਹੜਾ ਸਵਾਲ ਕਰ ਰਹੇ ਸਨ, ਮਤਲਬ ਉਹ ਨਾ ਬਹੁਤ ਜ਼ਿਆਦਾ ਇੱਕ ਇਸ ਵਕਤ ਲੋਕਾਂ ਦੇ ਦਿਮਾਗ ਦੇ ਵਿੱਚ ਸਾਡੇ ਸਾਰਿਆਂ 'ਚ ਆਹ ਚੀਜ਼ ਆ ਗਈ ਆ ਕਿ ਭਾਜੀ ਅੱਗੇ ਕੀ ਬਣੂੰਗਾ, ਅਤੇ ਉਸ ਚੀਜ਼ ਨੂੰ ਬੜੇ ਸਾਰੇ ਲੋਕ ਨੇ ਜਿਹੜੇ ਕੈਸ਼ ਕਰ ਰਹੇ ਨੇ। ਇਹ ਵੀ ਤਾਂ ਹੋ ਸਕਦਾ ਨਾ ਭਾਜੀ ਜੀ, ਅੱਗੇ ਜਾ ਕੇ ਜੇ ਬਾਹਰ ਚੱਲ ਜਾਏ ਤਾਂ ਫਿਰ 6 ਮਹੀਨਿਆਂ ਬਾਅਦ ਆ ਜਾਏ। ਭਾਜੀ ਦੇਖੋ, ਇਹ ਡਿਪੈਂਡ ਕਰਦਾ ਹੈ, ਗਵਰਨਮੈਂਟ ਆਪਣਾ ਇੱਕ ਐਨਾਲਾਈਜ਼ ਕਰਦੀ ਹੈ ਸਿਚੁਏਸ਼ਨ ਨੂੰ, ਮਾਰਕੀਟ ਟੈਸਟਿੰਗ ਕਰਦੀ ਹੈ ਕਿ ਕਿਹੜੇ ਓਕਿਊਪੇਸ਼ਨ ਦੀ ਡਿਮਾਂਡ ਵੱਧ ਰਹੀ ਹੈ, ਕਿਹੜੀ ਘੱਟ ਰਹੀ ਹੈ, ਕਿੰਨੇ ਗ੍ਰੈਜੂਏਟ ਆ ਰਹੇ ਹੈ ਅਤੇ ਕਿੰਨੀ ਮਾਰਕੀਟ ਨੂੰ ਡਿਮਾਂਡ ਹੈ ਉਹਨੂੰ ਗ੍ਰੈਜੂਏਟਸ ਦੀ। ਉਹਦੇ ਤੇ ਬੇਸਿਸ 'ਤੇ ਹਰ ਸਾਲ ਆਪਣੀ ਸਕਿੱਲ ਓਕਿਊਪੇਸ਼ਨ ਲਿਸਟ ਆਉਂਦੀ ਹੈ, ਠੀਕ ਹੈ? ਹੁਣ ਇਹ ਜ਼ਰੂਰੀ ਨਹੀਂ ਹੈ ਕਿ ਅੱਜ ਅਕਾਊਂਟੈਂਟ ਦੀ ਡਿਮਾਂਡ ਹੈ ਅਤੇ ਕੱਲ੍ਹ ਵੀ ਰਹੇਗੀ, ਅਤੇ ਕੱਲ੍ਹ ਅਗਰ ਨਹੀਂ ਰਹੀ ਤਾਂ ਇਹ ਹੈ ਕਿ 6 ਮਹੀਨੇ ਬਾਅਦ ਫਿਰ ਵੱਧ ਸਕਦੀ ਹੈ। ਇਹ ਤਾਂ ਡਿਪੈਂਡ ਕਰਦਾ ਨਾ ਕਿ ਮਾਰਕੀਟ ਸਿਨਾਰੀਓ ਕੀ ਕਹਿੰਦਾ। ਬਿਲਕੁਲ ਜੀ, ਰਾਈਟ? ਅਤੇ ਇਹ ਨਹੀਂ ਹੁੰਦਾ ਕਿ ਕੋਈ ਓਕਿਊਪੇਸ਼ਨ ਹਮੇਸ਼ਾ ਲਈ ਚਲੀ ਜਾਂਦੀ ਹੈ, ਠੀਕ ਹੈ? ਅਗਰ ਕੋਈ ਬਾਹਰ ਜਾਂਦੀ ਵੀ ਹੈ ਤਾਂ ਚਾਂਸਿਸ ਉਨੇ ਹੀ ਹੁੰਦੇ ਕਿ ਵਾਪਸ ਆਉਣ ਦੇ ਵੀ ਉਨੇ ਹੀ ਹੁੰਦੇ। ਡਿਪੈਂਡ ਕਰਦਾ ਹੈ ਕਿ ਕਿੰਨੇ ਬਿਜ਼ਨਸਿਸ ਖੁੱਲ੍ਹ ਰਹੇ ਹੈ, ਕਿੰਨੀ ਡਿਮਾਂਡ ਵੱਧ ਰਹੀ ਹੈ, ਕਿੰਨੀ ਟੂਰਿਜ਼ਮ ਵੱਧ ਰਿਹਾ ਹੈ, ਕਾਫੀ ਫੈਕਟਰਸ ਹੈ ਜਿਹੜੇ ਪਲੇ ਆਉਂਦੇ ਆ ਜੀ। ਲੁੱਕ ਜੀ, ਇਹ 'ਚ ਮੈਂ ਥੋੜ੍ਹਾ ਐਡ ਕਰ ਦੇਵਾਂ, ਜਿੱਦਾਂ ਕਿ ਹੁਣ ਓਕੂਪੇਸ਼ਨਸ ਕੁੱਕ, ਪੈਪਸੀ ਕੁੱਕ, ਬੇਕਰੀ ਬੇਕਰ ਜਿਹੜੇ ਹੈਗੇ ਸਾਰੇ ਸ਼ੋਰਟ ਲਿਸਟ 'ਤੇ ਹੈਗੇ ਆ, ਠੀਕ ਹੈ? ਲੇਕਿਨ ਆਉਣ ਵਾਲੇ ਟਾਈਮ 'ਚ ਵੀ ਹੋ ਸਕਦਾ ਹੈ, ਕਿਉਂਕਿ ਜਿੱਦਾਂ RSMS ਲਈ ਉਹ ਕਹਿ ਰਿਹਾ ਕਿ MLT ਲਿਸਟ 'ਤੇ ਹੋਣਾ ਜ਼ਰੂਰੀ ਹੈ, ਰਾਈਟ? ਹੋ ਸਕਦਾ ਕਿ ਇਹਨਾਂ ਨੂੰ ਅਪਗ੍ਰੇਡ ਕਰਕੇ MLT ਦੇ ਵਿੱਚ ਲੈ ਆਉਣ। ਅਤੇ ਕੋਈ ਵੱਡੀ ਗੱਲ ਨਹੀਂ, ਮੈਨੂੰ ਲੱਗਦਾ ਕਿ ਆਪਾਂ ਇਸ ਚੀਜ਼ ਨੂੰ ਨੈਗੇਟਿਵਿਟੀ ਨੂੰ ਹੀ ਸੋਚ ਰਹੇ ਹਾਂ ਵੀ ਇਹ ਨਹੀਂ ਹੋਊਗਾ, ਅਤੇ ਪਰ ਇਹ ਵੀ ਤਾਂ ਹੋ ਸਕਦਾ ਨਾ ਵੀ ਆਪਾਂ ਆ ਜਾਈਏ, ਜੇ ਅੱਜ ਨਹੀਂ ਹੈਗੇ ਤਾਂ ਆਪਾਂ ਕੱਲ੍ਹ ਆ ਵੀ ਸਕਦੇ ਹਾਂ ਜੀ। ਸੋ ਹੋ ਸਕਦਾ ਜਿਨ੍ਹਾਂ ਦੇ ਉੱਤੇ ਤਲਵਾਰ ਖੜੀ ਆ ਉਹਨਾਂ 'ਤੇ ਤਲਵਾਰ ਖੜੀ ਆ, ਪਰ ਜਿਨ੍ਹਾਂ ਦੇ ਉੱਤੇ ਨਿਕਲਣੀ ਹੈ ਵੀ ਪਤਾ ਨਹੀਂ ਲੱਗਣਾ ਕਿਹੜੇ ਵੇਲੇ, ਕਿਉਂਕਿ ਇਹ ਕਾਫੀ ਕੁਛ ਜਿਹੜਾ ਡਿਪੈਂਡ ਕਰਦਾ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਦੋਵਾਂ ਦਾ, ਥੈਂਕ ਯੂ ਵੈਰੀ ਮੱਚ, ਤੁਸੀਂ ਦੋਨੋਂ ਆਏ, ਬਹੁਤ ਵਧੀਆ ਔਰ ਬੜੀ ਅੱਛੀ ਇਨਫੋਰਮੇਸ਼ਨ ਜਿਹੜੀ ਦਿੱਤੀ ਆ, ਔਰ ਅਗਲੇ ਤੋਂ ਅਗਲੇ ਮੰਗਲਵਾਰ ਫਿਰ ਦੁਬਾਰਾ ਆਉਣਗੇ ਜੀ, ਔਰ ਫਿਰ ਦੁਬਾਰਾ ਆਪਾਂ ਇਹਨਾਂ ਕੋਲ ਇਸੇ ਤਰ੍ਹਾਂ ਹੀ ਇਨਫੋਰਮੇਸ਼ਨ ਜਿਹੜੀ ਲਵਾਂਗੇ। ਕੁਛ ਹੋਰ ਜੀ, ਜਾਂਦੇ ਜਾਂਦੇ ਮੈਂ ਕੋਈ ਮਿਸ ਕਰ ਗਿਆ ਵਾਂ, ਚਾਵਲਾ ਸਾਹਿਬ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਤੁਸੀਂ ਇਹ ਕਹਿਣਾ ਚਾਹੁੰਦਾ ਭਾਅ ਜੀ ਕਿ ਨਿਰਾਸ਼ ਨਾ ਹੋ, ਇੱਕ ਤਾਂ ਰਸਤਾ ਬੰਦ ਹੁੰਦਾ ਤਾਂ ਦੂਜਾ ਜ਼ਰੂਰ ਖੁੱਲ੍ਹਦਾ ਹੈ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇੱਥੇ ਪਰੇਸ਼ਾਨ ਹੋ ਅਤੇ ਤੁਸੀਂ ਫੈਮਿਲੀ ਨਾਲ ਰੀਯੂਨਾਈਟ ਨਹੀਂ ਹੋ ਸਕਦੇ, ਕੈਨੇਡਾ ਦੀ ਆਪਸ਼ਨ ਦੇਖਣਾ ਚਾਹੁੰਦੇ ਹੋ, ਤਾਂ ਵੀ OECC ਐਕਸਪਰਟ ਗਾਈਡੈਂਸ ਦਿੰਦਾ ਹੈ ਤੁਹਾਨੂੰ ਕੈਨੇਡਾ ਲਈ। ਜੇ ਤੁਸੀਂ ਦੇਖ ਰਹੇ ਹੋ ਕਿ ਤੁਹਾਡਾ ਕੋਈ ਰਿਲੇਟਿਵ ਹੈ ਜਿਹੜਾ ਇੱਥੇ ਸਟੂਡੈਂਟ ਵੀਜ਼ਾ 'ਤੇ ਆਉਣਾ ਚਾਹੁੰਦਾ ਜਾਂ ਮਾਈਗ੍ਰੇਸ਼ਨ ਆਪਸ਼ਨ ਇੰਡੀਆ ਤੋਂ ਦੇਖ ਰਿਹਾ, ਤਾਂ ਉਹਦੇ ਲਈ ਵੀ OECC ਤੁਹਾਨੂੰ ਪੂਰੀ ਸਪੋਰਟ ਕਰਦਾ ਜੀ। ਸੋਰੀ, ਇੱਕ ਮੈਂ ਨਾ ਮੈਸੇਜ ਮੈਂ ਮਿਸ ਕਰ ਗਿਆ, ਮਾਫੀ ਚਾਹੁੰਦਾ, ਇਹ ਕਾਫੀ ਦੇਰ ਦਾ ਮੈਸੇਜ ਆਇਆ ਹੋਇਆ ਸੀਗਾ। ਕਹਿੰਦੇ ਨੇ ਕਿ ਮੇਰੇ ਕੋਲ 461 ਵੀਜ਼ਾ ਹੈ ਅਤੇ ਮੇਰੀ ਹੁਣ ਹੀ ਮੈਰਿਜ ਹੋਈ ਹੈ, ਮੈਂ ਆਪਣੇ ਹਸਬੈਂਡ ਨੂੰ ਬੁਲਾਉਣਾ, ਪਲੀਜ਼ ਕੁਛ ਦੱਸ ਦਿਓ ਕਿੱਦਾਂ ਬੁਲਾਵਾਂ। ਲੁੱਕ, 461 ਵੀਜ਼ਾ ਤਾਂ ਨਿਊਜ਼ੀਲੈਂਡ ਦੇ ਜਿਹੜੇ ਪਾਰਟਨਰ ਨੂੰ ਮਿਲਦਾ ਹੈ, ਰਾਈਟ ਜੀ? ਆਈ ਡੋਨਟ ਨੋ, ਇਹ ਕਿਸ ਹਿਸਾਬ ਨਾਲ ਕਹਿ ਰਿਹਾ, ਜੇ ਉਹਦੀ ਇੱਕ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਉਹ ਪਾਰਟਨਰ ਨਾਲ ਹੀ ਰਹਿਣਾ, ਰਾਈਟ? ਈਵਨ ਜੇ ਸੈਪਰੇਟ ਵੀ ਹੋ ਜਾਂਦੇ ਆ, ਉਹ ਅੱਗੇ ਤੁਸੀਂ ਕਿਸੇ ਹੋਰ ਨਾਲ ਮੈਰੀ ਨਹੀਂ ਕਰ ਸਕਦੇ, ਰਾਈਟ? ਆਈ ਡੋਨਟ ਨੋ, ਬਾਕੀ ਡਿਟੇਲ ਦਾ ਆਪਾਂ ਫਿਰ ਗੱਲ ਕਰ ਸਕਦੇ ਹਾਂ, ਆਫਿਸ ਜਾਂ ਈਮੇਲ ਕਰ ਲਈ, ਠੀਕ ਹੈ? ਬਿਲਕੁਲ ਜੀ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਔਰ ਸੈਟਰਡੇ ਸੰਡੇ ਵੀ ਜਿਹੜੀ ਆ ਤੁਸੀਂ ਇੱਕ ਅਪੁਆਇੰਟਮੈਂਟ ਬਣਾ ਕੇ ਜਿਹੜੀ ਆ ਮੁਲਾਕਾਤ ਇਹਨਾਂ ਨਾਲ ਰੱਖ ਸਕਦੇ ਹੋ। 0449661822, 0449661822, 0449661822। ਇੱਕ ਹੋਰ ਸੀਗਾ ਭਾਜੀ ਇਹਨਾਂ ਦੀ, ਅਗਰ ਤੁਸੀਂ ਹੈਲਪ ਆਊਟ ਕਰ ਦਿਓ। ਇਹ ਤਸਮਾਨੀਆ ਕਹਿੰਦੇ ਨੇ ਕਿ ਮੈਂ ਮੂਵ ਹੋਣ ਜਾ ਰਿਹਾ, ਹੈਲਪ ਮੀ ਟੂ ਪ੍ਰੋਵਾਈਡ ਜੋਬ ਦੇਅਰ ਇਨ ਅਕਾਊਂਟਿੰਗ ਫੀਲਡ, ਆਈ ਹੈਵ ਡਨ CA ਇਨ ਇੰਡੀਆ ਐਂਡ ਮਾਸਟਰ ਇਨ professional accounting in Australia, and I'm ready to work for this. Agar mainu koi kaam vi dinda hai te main thinking ek volunteer base te utte vi kaam karn nu taiyar ha. Second option, help me to found accommodation. ਕਮਲਦੀਪ ਸਿੰਘ ਇਹ ਮੇਰੇ ਖਿਆਲ ਇੰਡੀਆ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਹਾਲ ਦੀ ਘੜੀ ਜੇ ਆਪਾਂ ਅੰਦਾਜ਼ਾ ਲਾ ਲਈਏ। ਪਹਿਲੀ ਗੱਲ, ਜਿੰਨੇ ਭਾਅ ਜੀ ਨੇ ਇਹੋ ਜਿਹੇ ਮੈਸੇਜ ਛੱਡਿਆ, ਮਾਸਟਰਸ ਇਨ ਪ੍ਰੋਫੈਸ਼ਨਲ ਅਕਾਊਂਟਿੰਗ ਕੀਤੀ ਜੋਬਸ ਲਈ, ਦੇਖੋ ਅਸੀਂ ਐਜ਼ ਅ ਕੰਪਨੀ ਜੋਬਸ ਸਪੋਰਟ ਨਹੀਂ ਕਰਦੇ, ਪਰ ਮੈਂ ਤੁਹਾਨੂੰ ਆਈਡੀਆ ਦੇ ਦਿੰਦਾ ਕਿ ਤੁਸੀਂ ਅਗਰ ਹੋਬਾਰਟ ਸਿਟੀ ਜਾਓਗੇ ਤਾਂ ਮੈਕਵਾਰੀ ਸਟਰੀਟ 'ਤੇ KPMG ਦਾ ਆਫਿਸ ਹੈ ਅਤੇ ਹੋਰ ਵੀ ਕਾਫੀ ਸਾਰੀ ਅਕਾਊਂਟਿੰਗ ਫਰਮਸ ਹੈ, ਅਤੇ ਉੱਥੇ 2-3 ਹੋਪਸਨਸ ਹੈ ਰਿਕਰੂਟਮੈਂਟ ਕੰਪਨੀ ਜਿਹੜੀ ਕਿ ਬਹੁਤ ਜ਼ਿਆਦਾ ਸਪੋਰਟਿਵ ਹੈ, ਜੋਬਸ ਲਈ ਹੈਲਪ ਕਰਦੀ ਹੈ, ਕੋਂਟੈਕਟ ਦੈਮ ਐਂਡ ਆਈ ਐਮ ਸ਼ੋਰ ਦੇ ਵਿਲ ਅਸਿਸਟ ਯੂ। ਹੋਬਾਰਟ ਸਿਟੀ ਹੀ ਇੱਥੇ ਮੇਨ ਏਰੀਆ ਜਿੱਥੇ ਤੁਹਾਨੂੰ ਅਕਾਊਂਟਿੰਗ ਦੀ ਜੋਬਸ ਵੈਸੇ ਵੀ ਮਿਲਣੀ ਹੈ, ਕਿਉਂਕਿ ਉੱਥੇ ਸਾਰੀ ਹੀ ਵੱਡੀ ਮਲਟੀਨੈਸ਼ਨਲ ਕੰਪਨੀਜ਼ ਹੈ, ਬਹੁਤ ਛੋਟੀ ਸਿਟੀ ਹੈ, ਇਟ ਵੁੱਡ ਨੋਟ ਟੇਕ ਟਾਈਮ। ਹਾਂ,
ਇਹ ਜ਼ਰੂਰ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਇੱਥੇ ਕੋਈ ਆਸਟ੍ਰੇਲੀਅਨ ਇੰਪਲੋਇਰ ਦਾ ਰੈਫਰੈਂਸ ਹੋਵੇ, ਕਿਉਂਕਿ ਹਰ ਉੱਥੇ ਵੱਡੀ ਕੰਪਨੀ ਮੰਗਦੀ ਹੈ ਕਿ ਤੁਹਾਡੇ ਕੋਲ ਲੋਕਲ ਐਕਸਪੀਰੀਅੰਸ ਹੋਵੇ ਬਿਫੋਰ ਦੇ ਕੈਨ ਇੰਪਲੋਈ ਯੂ। ਜੀ, ਤੇ ਅਕੋਮੋਡੇਸ਼ਨ ਦਾ ਜਿਹੜਾ ਸਵਾਲ ਇਹ ਕਰ ਰਹੇ ਨੇ, ਉਹਦੇ ਵਿੱਚ ਕੋਈ ਇਹਨਾਂ ਦੀ ਹੈਲਪ ਆਊਟ ਹੋ ਸਕਦੀ ਭਾਜੀ? ਬਿਲਕੁਲ ਹੋ ਸਕਦੀ ਹੈ ਭਾਜੀ, ਤੁਸੀਂ ਸਾਨੂੰ ਕੰਟੈਕਟ ਕਰੋ, ਸਾਡੇ ਕਾਫੀ ਉੱਥੇ ਲਿੰਕਅਪਸ ਹੈ, ਦੋਸਤ ਵੀ ਹੈ, ਕਾਫੀ ਵਾਕਫ ਵੀ ਹੈ, ਸਾਡੇ ਉੱਥੇ ਇੰਪਲੋਈਜ਼ ਵੀ ਹੈ, ਅਸੀਂ ਡੈਫੀਨੇਟਲੀ ਤੁਹਾਡੀ ਅਸਿਸਟ ਕਰਾਂਗੇ ਹੋਵਰ ਚ ਅਕੋਮੋਡੇਸ਼ਨ ਲਈ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਨ OECC ਤੋਂ ਬੀਰੀ ਚਾਵਲਾ ਜੀ ਔਰ ਉਹਨਾਂ ਦੇ ਨਾਲ ਨਵਨੀਤ ਸਿੰਘ ਜੀ, ਧੰਨਵਾਦ ਕਰਦਾ ਇੱਕ ਵਾਰੀ ਬੜੀ ਤਰੀਕੇ ਨਾਲ ਜਿਹੜੀ ਇਹਨਾਂ ਨੇ ਜਾਣਕਾਰੀ ਸਾਨੂੰ ਦਿੱਤੀ ਹੈ, ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ, ਧੰਨਵਾਦ। ਅਤੇ ਹੁਣ ਮੈਂ ਵੀ ਤੁਹਾਡੇ ਕੋਲੋਂ ਲੈਣਾ ਜੀ ਇਜਾਜ਼ਤ, ਗੱਲਾਂ ਬਾਤਾਂ ਕਰਦਿਆਂ ਕੁਛ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਮਾਫ਼ੀ, ਤੁਸੀਂ ਜੁੜੇ ਰਹੋ ਔਰ ਸੁਣਦੇ ਰਹੋ ਰੇਡੀਓ ਹਾਂਜੀ 1674 AM।